ਪਰਦੇਸੀ ਟੀਵੀ ਦੇ ਨਾਲ ਜੁੜੇ ਸਾਰੇ ਹੀ ਪਰਿਵਾਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਿੱਘੀ ਜੀਆਂ। ਤੁਹਾਡਾ ਹੋਸਟ ਦੋਸਤ ਨਰਿੰਦਰ ਸਿੰਘ ਜਸਵਾਲ, ਪਿਆਰ ਨਾਲ ਤੁਸੀਂ ਮੰਗਾ ਵੀ ਕਹਿੰਦੇ ਹੋ, ਪ੍ਰੋਗਰਾਮ ਪਰਿਵਾਰਕ ਸਾਂਝ ਲੈ ਕੇ ਤੁਹਾਡੇ ਨਾਲ ਜੀ ਹਾਜ਼ਰ ਹਾਂ। ਪਰਿਵਾਰਕ ਸਾਂਝ ਪਰਦੇਸੀ ਟੀਵੀ ਦੀ ਪੇਸ਼ਕਸ਼, ਜਿਸ ਨੂੰ ਤੁਸੀਂ ਆਪਣੇ ਟੀਵੀ ਦੇ ਉੱਪਰ 875 ਚੈਨਲ ਦੁਆਰਾ ਵੇਖ ਸਕਦੇ ਹੋ, ਜਾਂ ਤੁਸੀਂ ਪੰਜਾਬੀ ਪ੍ਰੋਫਾਈਲ ਦੇ ਵਿੱਚ ਜਾ ਕੇ ਪਰਦੇਸੀ ਟੀਵੀ ਦੀ ਸਰਚ ਕਰਕੇ ਪਰਦੇਸੀ ਟੀਵੀ ਦੇ ਨਾਲ ਜੁੜ ਸਕਦੇ ਹੋ। ਪਰਦੇਸੀ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਂ ਪਰਦੇਸੀ ਟੀਵੀ ਦੇ ਐਪ ਨੂੰ ਡਾਊਨਲੋਡ ਕਰਕੇ ਆਪਣੇ ਫੋਨ ਦੇ ਉੱਪਰ ਵੀ ਪਰਦੇਸੀ ਟੀਵੀ ਦੇ ਨਾਲ ਜੁੜ ਸਕਦੇ ਹੋ। ਸੋ ਪਰਦੇਸੀ ਟੀਵੀ ਦੇ ਨਾਲ ਜੁੜਨਾ, ਫੇਸਬੁੱਕ ਦਾ ਜ਼ਮਾਨਾ, ਹਰ ਇੱਕ ਫੋਨ ਕੰਪਿਊਟਰ ਦੇ ਉੱਤੇ, ਆਈਪੈਡ ਦੇ ਉੱਤੇ ਫੇਸਬੁੱਕ ਜਿਹੜੀ ਹੈ ਜੀ ਹੈ। ਸੋ ਫੇਸਬੁੱਕ ਦੇ ਉੱਪਰ ਇਹ ਪ੍ਰੋਗਰਾਮ ਸਾਰੇ ਲਾਈਵ ਕਰ ਦਿੱਤੇ ਜਾਂਦੇ ਨੇ। ਪਰਦੇਸੀ ਟੀਵੀ ਦੇ ਪੇਜ ਨੂੰ ਜੇ ਨਹੀਂ ਲਾਈਕ ਕੀਤਾ, ਤੁਸੀਂ ਲਾਈਕ ਕਰ ਸਕਦੇ ਹੋ। ਨਰਿੰਦਰ ਜਸਵਾਲ, ਸਤਨਾਮ ਸਿੰਘ, ਪੰਜਾਬੀ ਜਿੰਦਾਬਾਦ, ਇਹਨਾਂ ਸਾਰਿਆਂ ਹੀ ਅਕਾਊਂਟਾਂ ਦੇ ਉੱਪਰ ਜਿਹੜਾ ਪ੍ਰੋਗਰਾਮ ਹੈ ਲਾਈਵ ਕਰ ਦਿੱਤਾ ਗਿਆ। ਸੋ ਪ੍ਰੋਗਰਾਮ ਦੇ ਨਾਲ ਤੁਸੀਂ ਫੋਨ ਦੁਆਰਾ ਜੁੜਨਾ ਚਾਹੁੰਦੇ ਹੋ, ਜੇ ਆਪਣੇ ਫੋਨ ਦਾ ਇੱਕ ਨੰਬਰ ਡਾਇਲ ਕਰਕੇ ਆਪਣੇ ਫੋਨ ਦੁਆਰਾ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ, ਕੈਨੇਡਾ ਦੇ ਵਿੱਚ ਫਰੀ ਆਫ ਕਾਸਟ ਨੰਬਰ ਹੈ ਜੀ 647-557-1016 647-557-1016। ਅਤੇ ਜੇ ਤੁਸੀਂ ਯੂ ਐੱਸ ਵਾਲੀ ਸਾਈਡ 'ਤੇ ਜਾਂ ਯੂ ਐੱਸ ਨੂੰ ਟਰੈਵਲ ਕਰ ਰਹੇ ਹੋ, ਅਤੇ ਯੂ ਐੱਸ ਵਾਲੇ ਪਾਸੇ ਇੱਕ ਨੰਬਰ ਜਿਹੜਾ ਆ ਜੀ, ਉਹ ਤੁਸੀਂ ਆਪਣੇ ਫੋਨ ਦੇ ਵਿੱਚ ਹਮੇਸ਼ਾ ਦੇ ਲਈ ਸੇਵ ਕਰ ਲੈਣਾ, 605-475-0075 6054-75-0075। ਇਹਨਾਂ ਨੰਬਰਾਂ ਦੇ ਉੱਪਰ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸਿਰਫ ਸੁਣ ਸਕਦੇ ਹੋ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਨਾਲ ਕੋਈ ਗੱਲਬਾਤ ਕਰਨੀ, ਸਟੂਡੀਓ ਦੇ ਵਿੱਚ ਆਪਣਾ ਕੋਈ ਸੁੱਖ ਸੁਨੇਹਾ ਪਹੁੰਚਦਾ ਕਰਨਾ, ਹਮੇਸ਼ਾ ਦੀ ਤਰ੍ਹਾਂ ਇੱਕੋ ਹੀ ਇੱਕ ਸਟੂਡੀਓ ਦਾ ਨੰਬਰ ਹੈ ਜੀ 24 ਘੰਟੇ 7 ਦਿਨ ਤੁਹਾਡੀ ਸੇਵਾ ਦੇ ਵਿੱਚ, 647-933-1313 6479-33-1313। ਇਸ 'ਤੇ ਕਾਲ ਕਰੋਗੇ ਅਤੇ ਕਾਲ ਤੁਹਾਡੀ ਜਿਹੜੀ ਹੈ ਬਿਲਕੁਲ ਰਾਈਟ ਵੇ ਸਟੂਡੀਓ ਦੇ ਵਿੱਚ ਜਿਹੜੀ ਹੈ ਜੀ ਪਹੁੰਚ ਜਾਵੇਗੀ, ਅਤੇ ਅਸੀਂ ਤੁਹਾਡੇ ਨਾਲ ਗੱਲਬਾਤ ਅਤੇ ਤੁਹਾਡੀ ਗੱਲਬਾਤ ਪਰਿਵਾਰਾਂ ਤੱਕ ਜਿਹੜੀ ਹੈ ਟੈਲੀਕਾਸਟ ਕਰ ਦੇਵਾਂਗੇ। ਪ੍ਰੋਗਰਾਮ ਪਰਿਵਾਰਕ ਸਾਂਝ ਟੋਰਾਂਟੋ ਟਾਈਮ 7 ਵਜੇ ਤੁਹਾਡੇ ਨਾਲ ਸਾਂਝ ਪਾਉਂਦਾ ਹੈ, ਜਿਸ ਦੇ ਵਿੱਚ ਅਸੀਂ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਉੱਤੇ ਗੱਲਬਾਤ ਕਰਦੇ ਹਾਂ। ਸੋ ਜਿਵੇਂ ਕੱਲ੍ਹ ਅਤੇ ਪਰਸੋਂ ਜਿਹੜਾ ਹੈ ਜੀ ਕੁਛ ਕਹਿ ਲਓ ਟੈਕਨੀਕਲ ਰਜ਼ੇਵੇਂ ਕਰਕੇ ਜਾਂ ਕਰਕੇ ਜਿਹੜਾ ਪ੍ਰੋਗਰਾਮ ਆ ਉਹਦੀ ਜਿਹੜੀ ਰੂਪਰੇਖਾ ਡਿਫਰੈਂਟ ਤਰੀਕੇ ਨਾਲ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸੋ ਡਿਲੇ ਕਈ ਵਾਰੀ ਹੋ ਜਾਂਦੀ ਆ। ਸੋ ਅੱਜ ਪ੍ਰੋਗਰਾਮ ਜਿਹੜਾ ਹੈ ਜੀ ਲੈ ਕੇ ਫਿਰ ਲਾਈਵ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਜੀ ਅਸੀਂ ਜੁੜ ਬੈਠੇ ਹਾਂ। ਸੋ ਪ੍ਰੋਗਰਾਮ ਪਰਿਵਾਰਕ ਸਾਂਝ ਦੇ ਵਿੱਚ ਤੁਸੀਂ ਵੀ ਆਪਣੀ ਸਾਂਝ ਪਾਉਂਦੇ ਹੋ, ਸੁੱਖ ਸੁਨੇਹਾ ਆਪਣਾ ਸਾਡੇ ਨਾਲ, ਜਾਂ ਜਿਹੜੀਆਂ ਗੱਲਾਂ ਬਾਤਾਂ ਕਰਨ ਵਾਲੀਆਂ ਆ ਪਰਿਵਾਰਾਂ ਵਿੱਚ ਬੈਠ ਕੇ, ਸਮਾਜ ਵਿੱਚ ਬੈਠ ਕੇ, ਉਹਨਾਂ ਦੇ ਉੱਤੇ ਅਸੀਂ ਇੱਕ ਝਾਤ ਮਾਰਦੇ ਹਾਂ। ਅਤੇ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਕਰੀਏ, ਪਹਿਲਾਂ ਸਾਂਝ ਸਤਨਾਮ ਸਿੰਘ ਉਹਨਾਂ ਦੇ ਨਾਲ ਪਾ ਕੇ, ਅਤੇ ਫਿਰ ਆਪਣੇ ਪਰਿਵਾਰਾਂ ਦੇ ਨਾਲ ਜਿਹੜੀ ਹੈ ਜੀ ਸਾਂਝ ਪਾ ਕੇ। ਸਤਨਾਮ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼੍ਰੀ ਅਕਾਲ ਜੀ। ਸਾਰੇ ਹੀ ਪਰਦੇਸੀ ਟੀਵੀ ਨਾਲ ਜੁੜੇ ਹੋਏ ਪਰਿਵਾਰ ਸਾਰਿਆਂ ਨੂੰ ਇੱਕ ਵਾਰ ਫਿਰ ਸਤਨਾਮ ਸਿੰਘ ਵੱਲੋਂ ਨਿੱਘੇ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਲੱਗਦਾ ਜਿੰਨਾ ਕੁ ਤੁਸੀਂ ਬੋਲਦੇ ਹੋ ਨਾ, ਸਾਰੇ ਪਰਿਵਾਰਾਂ ਦੇ ਹੁਣ ਬੁਝ ਵਾਰ ਯਾਦ ਹੋ ਗਿਆ ਹੋਣਾ। ਬਿਲਕੁਲ ਜੀ, ਕਿਉਂਕਿ ਜਦੋਂ ਪਤਾ ਨਹੀਂ ਜਦੋਂ ਫਿਰ ਜਦੋਂ ਟੀਵੀ ਦੇ ਮੂਹਰੇ ਆ ਕੇ ਬੋਲਣਾ ਸ਼ੁਰੂ ਕਰੀਦਾ, ਉਸ ਆਹ ਮੁਹਾਰੇ ਜਿਹੜੀਆਂ ਉਹ ਗੱਲਾਂ ਆ, ਜਿੱਦਾਂ ਇੱਕ ਰਿਪੀਟ ਛੋਟੇ ਹੁੰਦੇ ਹੁੰਦੇ ਸੀ ਮੈਂ ਇੱਕ ਬੁੱਕ ਪੜ੍ਹਦਾ ਹੁੰਦਾ ਸੀ, ਉਹ ਕਹਿੰਦੇ ਵੀ ਤੁਹਾਡੇ ਅੰਦਰ ਚਿੱਤਰਗੁਪਤ ਆ ਨਾ। ਸੋ ਚਿੱਤਰਗੁਪਤ ਐਕਚੁਲੀ ਉਹ ਚਿੱਤਰਗੁਪਤ ਦੇ ਉੱਤੇ ਜਦੋਂ ਹੁਣ ਵੱਡੇ ਹੋ ਕੇ ਇੱਕ ਸਰਚ ਮਾਰੀ ਸੀ, ਸੋ ਉਹ ਚਿੱਤਰਗੁਪਤ ਮਤਲਬ ਆ ਕਿ ਇੱਕ ਅੰਦਰ ਤੁਹਾਡੇ ਵਾਕਿਆ ਹੀ ਇੱਕ ਕੋਈ ਚੀਜ਼ ਆ ਜਿਹੜੀ ਹਾਰਡ ਡਰਾਈਵ ਆ ਤੁਹਾਡੇ ਅੰਦਰ, ਉਹਦੇ ਉੱਤੇ ਉੱਕਰਿਆ ਹੋਇਆ ਸਾਰਾ ਕੁਛ। ਸੋ ਉਹ ਜਿਹੜੀ ਇਮਾਰਤ ਆ ਉਹ ਆਪਣੇ ਆਪ ਤੁਹਾਡੀ ਜ਼ਬਾਨ ਦੇ ਉੱਤੇ ਰਿਪੀਟ ਹੋਇਆ ਜੀ, ਉਹ ਰਿਪੀਟ ਹੋਣੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ। ਮਗੇ ਵੀਰ ਜਦੋਂ ਨਾ ਅਸੀਂ ਚਲੋ ਨਵਾਂ ਘਰ ਲੈ ਲਿਆ ਫਿਰ ਤਾਂ ਵੱਖਰੀ ਗੱਲ ਆ, ਜਦੋਂ ਅਸੀਂ ਘਰ 'ਚ ਰਹਿੰਦੇ ਨੂੰ 6 ਮਹੀਨੇ ਜਾਂ ਸਾਲ ਹੋ ਜਾਵੇ, ਹਾਂਜੀ, ਤਾਂ ਜਦੋਂ ਅਸੀਂ ਆਪਣੇ ਘਰ ਵੱਲ ਨੂੰ ਜਾਈਏ ਸਕੂਟਰ ਤੇ ਕਾਰ ਤੇ ਗੱਡੀ ਤੇ ਜਾਂ ਤੁਰ ਕੇ, ਅਸੀਂ ਕਦੇ ਨਹੀਂ ਸੋਚਿਆ ਵੀ ਅਸੀਂ ਖੱਬੇ ਮੁੜਨਾ ਜਾਂ ਸੱਜੇ ਮੁੜਨਾ। ਹਾਂਜੀ, ਸਾਡੇ ਦਿਮਾਗ ਵਿੱਚ ਇੱਕ ਐਸਾ ਮੈਪ ਬਣ ਜਾਂਦਾ ਵਾ ਬਈ, ਉਹ ਆਪਣੇ ਆਪ ਹੀ ਸਾਨੂੰ ਆਪਣੇ ਘਰ ਵੱਲ ਲੈ ਜਾਂਦਾ। ਅਸੀਂ ਮੈਨੂੰ ਲੱਗਦਾ ਕਦੇ ਸੋਚਦੇ ਵੀ ਨਹੀਂ ਗੇ, ਬਿਲਕੁਲ, ਕਦੇ ਸੋਚ ਕੇ ਦੇਖ ਲਓ, ਵਿਚਾਰ ਕਰਕੇ ਦੇਖ ਲਓ, ਕਦੇ ਕੀਤਾ ਹੋਣਾ ਜਾਂ ਨਹੀਂ ਕੀਤਾ ਹੋਣਾ, ਇੱਕ ਗੱਲ ਇਹ ਆ। ਦੂਜੀ ਗੱਲ, ਸਾਡੇ ਭੈਣ ਜੀ ਉਹਨਾਂ ਦਾ ਫੋਨ ਆਇਆ ਸੀਗਾ, ਕਹਿੰਦੇ ਸੀਗੇ ਵੀ ਟੋਰਾਂਟੋ ਦਾ ਇਸ ਟਾਈਮ 6 ਨਹੀਂ ਵਜੇ, ਤੇ ਤੁਸੀਂ ਕਹਿ ਦਿੰਦੇ ਹੋ ਵੀ ਡਾਕਟਰ ਕੁਲਦੀਪ ਕੌਰ ਦਾ ਪ੍ਰੋਗਰਾਮ ਹੁਣ 6 ਵਜੇ ਆ ਰਿਹਾ। ਸੋ ਆਪਾਂ ਥੋੜ੍ਹਾ ਜਿਹਾ ਕਲੈਰੀਫਾਈ ਕਰ ਦਈਏ ਕਿ ਜਿਹੜਾ ਪ੍ਰੋਗਰਾਮ ਲਾਈਵ ਹੁੰਦਾ ਉਹ ਹਰ ਵੀਰਵਾਰ ਨੂੰ ਟੋਰਾਂਟੋ ਟਾਈਮ 6 ਵਜੇ ਲਾਈਵ ਹੁੰਦਾ। ਅੱਛਾ, ਰਿਕਾਰਡਡ ਦੇਖਦੇ ਹੋਣੇ ਆ, ਉਹ ਦੇਖਦੇ ਹੁੰਦੇ ਰਿਕਾਰਡਡ, ਤਾਂ ਜਾਂ ਮੰਗੇ ਵੀਰ ਦੇ ਜਿਹੜੇ ਉੱਪਰ ਜਿਹੜੀ ਚੀਜ਼ ਲਾਈਵ ਨਾ ਲਿਖਿਆ ਵਾ, ਹਾਂਜੀ,
ਜੇ ਉੱਥੇ ਰਿਕਾਰਡਡ ਲਿਖਿਆ ਹੋਵੇ ਪ੍ਰੋਗਰਾਮ ਤਾਂ ਉਹ ਸਮਝ ਲੈਣਾ ਵੀ ਟੋਰਾਂਟੋ ਦੇ 6 ਨਹੀਂ ਵਜੇ ਬਿਲਕੁਲ ਜੀ ਦੇਖੋ ਜਿੱਥੇ ਆ ਮੇਰੇ ਬਿਲਕੁਲ ਦੂਜੇ ਪਾਸੇ ਹਾਂਜੀ ਜਿਹੜਾ ਇਹ ਆ ਲੋ ਮੇਰਾ ਹੁਣ ਹੱਥ ਟੱਚ ਕਰਦਾ ਇੱਥੇ ਆ ਲਾਈਵ ਨਾਓ ਇੱਥੇ ਲਿਖਿਆ ਜੀ ਇੱਥੇ ਲਾਈਵ ਨਾਓ ਲਿਖਿਆ ਆ ਤੇ ਪ੍ਰੋਗਰਾਮ ਜਿਹੜਾ ਆ ਅਸੀਂ ਬੈਠੇ ਹੁਣ ਤੁਹਾਡੇ ਸਾਹਮਣੇ ਅਸੀਂ ਬੈਠੇ ਗੱਲਬਾਤ ਕਰ ਰਹੇ ਆ ਤੇ ਹੁਣ ਤੁਸੀਂ ਕਾਲ ਕਰਕੇ ਜਿਹੜੀ ਸਾਡੇ ਕੋਲ ਕੋਈ ਵੀ ਗੱਲਬਾਤ ਜਿਹੜੀ ਪੁੱਛ ਸਕਦੇ ਹੋ ਸੋ ਜੇ ਇਹਦੀ ਜਗ੍ਹਾ ਰਿਕਾਰਡਡ ਲਿਖਿਆ ਹੋਵੇ ਤੇ ਕਾਲ ਜਿਹੜਾ ਪ੍ਰੋਗਰਾਮ ਆ ਉਹ ਰਿਕਾਰਡਡ ਚੱਲ ਰਿਹਾ ਹੁੰਦਾ ਮਤਲਬ ਰਿਕਾਰਡ ਕਿਸੇ ਹੋਰ ਦੇ ਅੰਦਰ ਰਿਕਾਰਡ ਕੀਤਾ ਹਾਂਜੀ ਉਸ ਦਿਨ ਚੱਲ ਰਿਹਾ ਹੁੰਦਾ ਸੋ ਇੰਨਾ ਕੁ ਫਰਕ ਆ ਕਿ ਰਿਕਾਰਡਡ ਪ੍ਰੋਗਰਾਮ ਦਿਖਾਉਣ ਦੀ ਲੋੜ ਤਾਂ ਪੈਂਦੀ ਆ ਕਿ ਅਸੀਂ ਆਪਾਂ ਇੱਕੋ ਚੀਜ਼ ਨੂੰ ਵਾਰ ਵਾਰ ਦੱਸ ਨਹੀਂ ਸਕਦੇ ਲੇਕਿਨ ਉਹ ਪ੍ਰੋਗਰਾਮ ਇੰਨੇ ਕੁ ਇਨਫੋਰਮੈਟਿਕ ਹੁੰਦੇ ਆ ਕਿ ਅਸੀਂ ਵਾਰ ਵਾਰ ਰਿਪੀਟ ਕਰੀਏ ਤਾਂ ਉਹ ਲੋਕਾਂ ਦੇ ਖਾਨੇ 'ਚ ਵੱਜ ਜਾਂਦਾ ਫਿਰ ਵੀ ਜੇ ਤੁਹਾਡੀ ਕਾਲ ਆ ਜਾਂਦੀ ਆ ਰਿਕਾਰਡਡ ਪ੍ਰੋਗਰਾਮ ਤੇ ਅਸੀਂ ਆਨਸਰ ਕਰ ਦਿੰਦੇ ਹਾਂ ਬਿਲਕੁਲ ਸੋ ਤੁਸੀਂ ਜਿਹੜਾ ਆ ਜੇ ਤੁਹਾਨੂੰ ਜਿਹੜੀ ਜਾਣਕਾਰੀ ਚਾਹੀਦੀ ਹੁੰਦੀ ਸਾਡੇ ਕੋਲ ਜਾਂ ਡਾਕਟਰ ਸਾਹਿਬ ਕੋਲ ਅਸੀਂ ਨੰਬਰ ਜਿਹੜੇ ਆ ਤੁਹਾਨੂੰ ਮੁਹੱਈਆ ਕਰਵਾ ਦਿੰਦੇ ਹਾਂ ਸੋ ਪਰ ਹਰ ਵੀਰਵਾਰ ਨੂੰ ਜਿਵੇਂ ਕੱਲ੍ਹ ਦਾ ਕੱਲ੍ਹ ਨੂੰ 6 ਵਜੇ ਪਹਿਲਾਂ ਜੀ ਉਹ ਆਉਣਗੇ ਸੋ ਤੁਸੀਂ ਜੇ ਕੋਈ ਤੁਹਾਡਾ ਕੋਈ ਸਵਾਲ ਆ ਕੋਈ ਵੀ ਜਿਹੜਾ ਆ ਤੁਹਾਡੀ ਹੈਲਥ ਦੇ ਨਾਲ ਰਿਲੇਟਡ ਆ ਬੜੇ ਵਧੀਆ ਜਿਹੜੇ ਆ ਜੀ ਉਹ ਟਿਪਸ ਦਿੰਦੇ ਆ ਕਿਉਂਕਿ ਇੱਕ ਦੋ ਟਿਪਸ ਜਿਹੜੇ ਉਹਨਾਂ ਦੇ ਮੈਂ ਵੀ ਖੁਦ ਜਿਹੜੇ ਆ ਜਮਾ ਕੇ ਦੇਖੇ ਸੀਗੇ ਸੋ ਕੰਮ ਕਰ ਗਏ ਉਹ ਕੰਮ ਕਰਦੇ ਆ ਜੀ ਸੋ ਤੁਸੀਂ ਹੁਣ ਲਾਈਨਾਂ ਸਾਡੀਆਂ ਖੁੱਲੀਆਂ ਵਾ ਬਿਲਕੁਲ ਜੀ ਮੈਂ ਲਾਈਨਾਂ ਖੋਲਤੀਆਂ ਤੇ ਤੁਸੀਂ ਕਾਲ ਕਰ ਸਕਦੇ ਹੋ 647-933-1313 ਤੇ ਆਪਦਾ ਯੋਗਦਾਨ ਵਿੱਚ ਪਾ ਸਕਦੇ ਹੋ ਇੱਕ ਤਾਂ ਇਹ ਗੱਲ ਹੋ ਗਈ ਦੂਸਰੀ ਇੱਕ ਗੱਲ ਆ ਹਰ ਮੰਗਲਵਾਰ ਕੱਲ੍ਹ ਮੰਗਲਵਾਰ ਸੀਗਾ 6 ਇੱਕ ਸਾਡੇ ਹੋਸਟ ਨੇ ਜੀ ਹਰਪ੍ਰੀਤ ਕੌਰ ਸੋਨੀ ਜੀ ਸੋਨੀ ਖੰਨਾ ਵੀ ਕਹਿ ਦਿੰਦੇ ਉਹਨਾਂ ਨੂੰ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਇੰਪੋਸੀਬਲ ਨਥਿੰਗ ਇਜ਼ ਇੰਪੋਸੀਬਲ ਜਾਣੀ ਲਿਵਿੰਗ ਸਟਾਈਲ ਤੁਹਾਡਾ ਜਿਸ ਹਿਸਾਬ ਨਾਲ ਤੁਹਾਡੀ ਰਹਿਣੀ ਬਹਿਣੀ ਆ ਜਾਂ ਤੁਸੀਂ ਕਿਸੇ ਸਟ੍ਰੈਸ ਵਿੱਚੋਂ ਗੁਜ਼ਰ ਰਹੇ ਹੋ ਤਾਂ ਉਹਨੂੰ ਤੁਸੀਂ ਸਟ੍ਰੈਸ 'ਚੋਂ ਬਾਹਰ ਕਿਵੇਂ ਨਿਕਲਣਾ ਵਾ ਜਾਂ ਹੋਰ ਐਸੇ ਤਰੀਕੇ ਆ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਦੇ ਉਹ ਤੁਹਾਨੂੰ ਦੱਸ ਕੇ ਜਾਇਆ ਕਰਨਗੇ ਸੋ ਲਾਈਵ ਪ੍ਰੋਗਰਾਮ ਜਿਹੜਾ ਹਰ ਮੰਗਲਵਾਰ ਨੂੰ ਤੁਸੀਂ 6 ਲਾ ਲੈਣਾ ਬਿਲਕੁਲ ਜੀ ਕਿਉਂਕਿ ਪ੍ਰਦੇਸੀ ਟੀਵੀ ਦੇ ਪੂਰੇ ਪਰਿਵਾਰ ਵੱਲੋਂ ਜਿਹੜਾ ਜੀ ਉਹਨਾਂ ਨੂੰ ਵੈਲਕਮ ਆ ਜੀ ਆਇਆਂ ਨੂੰ ਆ ਸੋ ਮੰਗਲਵਾਰ ਨੂੰ ਜਿਹੜਾ ਆ ਉਹ ਪ੍ਰੋਗਰਾਮ 6 ਤੁਹਾਡੇ ਲਈ ਲੈ ਕੇ ਆਇਆ ਕਰਨਗੇ ਵਾਕਿਆ ਨਥਿੰਗ ਇਜ਼ ਇੰਪੋਸੀਬਲ ਸੋ ਤੁਸੀਂ ਜਦੋਂ ਕਹਿੰਦੇ ਆ ਵੀ ਨੈਪੋਲੀਅਨ ਜਿਹੜਾ ਬਹੁਤ ਵੱਡਾ ਜਰਨੈਲ ਹੋਇਆ ਦੁਨੀਆਂ ਦਾ ਉਹ ਵੀ ਕਹਿੰਦੇ ਵੀ ਥੱਕ ਹਾਰ ਕੇ ਕਿਸੇ ਗੁਫਾ ਦੇ ਵਿੱਚ ਲੁੱਕ ਗਿਆ ਸੀ ਤੇ ਫਿਰ ਉਹਨੇ ਇੱਕ ਮੱਕੜੀ ਦੇ ਕੋਲੋਂ ਜਾਂ ਇੱਕ ਕੀੜੀ ਕਾਢੇ ਦੇ ਕੋਲੋਂ ਸਪਾਈਡਰ ਦੇ ਕੋਲੋਂ ਇੰਸਪਾਇਰੇਸ਼ਨ ਲੈ ਕੇ ਫਿਰ ਦੁਬਾਰਾ ਜਿਹੜਾ ਆ ਉਹ ਦੁਨੀਆਂ ਨੂੰ ਜਿੱਤਣ ਦੀ ਉਹ ਬੈਠਾ ਸੀ ਜੀ ਹਾਰ ਕੇ ਹਾਂਜੀ ਤੇ ਉਹ ਕੀ ਸਪਾਈਡਰ ਸੀਗਾ ਉਹ ਜਾਲ ਤਾਂ ਬੜਾ ਹੀ ਹੁੰਦਾ ਉਹਦਾ ਉੱਪਰ ਚੜ੍ਹ ਜਾ ਕਰੇ ਫਿਰ ਡਿੱਗ ਪਿਆ ਕਰੇ ਉੱਪਰ ਚੜ੍ਹ ਜਾ ਕਰੇ ਫਿਰ ਡਿੱਗ ਪਿਆ ਕਰੇ ਉਹ ਕਹਿੰਦਾ ਵੀ ਇਹਦਾ ਜ਼ਿੰਦਗੀ ਦਾ ਰੂਲ ਆ ਬਿਲਕੁਲ ਉੱਪਰ ਚੜ੍ਹਨਾ ਨੀਚੇ ਆਉਣਾ ਵੀ ਜਿਹੜੀ ਚੀਜ਼ ਉੱਪਰ ਜਾਂਦੀ ਉਹ ਥੱਲੇ ਆਉਣੀ ਹੋਣੀ ਹਾਰ ਨਹੀਂ ਮੰਨਦੇ ਹਾਰ ਨਹੀਂ ਮੰਨਦੇ ਚਲੋ ਆਪਾਂ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਜੀ ਜੀ ਗੁਰੂ ਪਿਆਰ ਤੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਅੱਜ ਥੋੜਾ ਜਿਹਾ ਤੁਹਾਡਾ ਟਾਈਮ ਜ਼ਿਆਦਾ ਲੈਣਾ ਇੱਕ ਅੱਧਾ ਮਿੰਟ 2 ਮਿੰਟ 5 ਮਿੰਟ ਲਓ ਜੀ ਤੁਸੀਂ ਲਓ ਮਿਹਰਬਾਨੀ ਹੋ ਜਾ ਸ਼ੁਰੂ ਇੱਕ ਸ਼ਬਦ ਨੇ ਜਮਹੂਰੀਅਤ ਡੈਮੋਕ੍ਰੇਸੀ ਔਰ ਲੋਕਤੰਤਰ ਹਾਂਜੀ ਇਹ ਸਾਡੇ ਲੀਡਰ ਬੜੀ ਚੌੜੀ ਛਾਤੀ ਕਰਕੇ 52 ਦੀ 60 ਦੀ ਕਰਕੇ ਤਾਂ ਉਹ ਸਟੇਜਾਂ ਦੇ ਬੋਲਦੇ ਆ ਹਾਂਜੀ ਤੇ ਅਸੀਂ ਦੁਨੀਆਂ ਦਾ ਸਭ ਤੋਂ ਬੜਾ ਲੋਕਤੰਤਰ ਆ ਬਿਲਕੁਲ ਜੀ ਮੈਂ ਇਹ ਕਹੂੰਗਾ ਵੀ ਲੋਕਤੰਤਰ ਨਹੀਂ ਹੈ ਇਹ ਲੋਕਤੰਤਰ ਦੇ ਕਾਤਲ ਨੇ ਸਿੱਧ ਹੋ ਗਿਆ ਜਿਸ ਜਿਹਨਾਂ ਬੰਦਿਆਂ ਨੇ ਜਿਸ ਪਾਰਟੀ ਨੇ ਅਰਵਿੰਦ ਕੁਮਾਰ ਨੂੰ 34 ਸਾਲ ਆਪਣੇ ਘਰ ਦੇ ਵਿੱਚ ਲੁਕੋ ਕੇ ਰੱਖਿਆ ਉਹਨੂੰ ਪ੍ਰੋਟੈਕਸ਼ਨ ਦਿੱਤੀ ਉਹ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਹਿੰਦੁਸਤਾਨ ਆਜ਼ਾਦ ਹੋਇਆ ਇਹਦੇ ਨਾਲ ਅੰਗਰੇਜ਼ ਬਹੁਤ ਚੰਗੇ ਸੀਗੇ ਅਸੀਂ ਅੰਗਰੇਜ਼ਾਂ ਦਾ ਰਾਜ ਦੇਖਿਆ ਥੋੜਾ ਜਿਹਾ ਦੇਖਿਆ ਬਹੁਤ ਤਾਂ ਨਹੀਂ ਦੇਖਿਆ ਇਹ ਕੰਮ ਨੀ ਹੁੰਦੇ ਜਿਹੜੇ ਹੁਣ ਹੁੰਦੇ ਆ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਹਿੰਦੂ ਨੇ ਨੱਥੂ ਰਾਮ ਗੋਡਸੇ ਨੇ ਉਹਨੂੰ ਮਾਰਿਆ ਹਾਂਜੀ ਉਸ ਵੇਲੇ ਕਿਸੇ ਹਿੰਦੂ ਦੇ ਝੀਟ ਵੀ ਆਈ ਬਿਲਕੁਲ ਜੀ
ਮੈਂ ਸਿੱਖਾਂ ਜਾਂ ਹਿੰਦੂਆਂ ਦੀ ਗੱਲ ਨਹੀਂ ਕਰਦਾ, ਮੈਂ ਨੀਟ ਦੀ ਗੱਲ ਕਰਦਾ। ਬਿਲਕੁਲ ਬਿਲਕੁਲ ਜੀ, ਜੋ ਵੀ ਭਰਾ ਸਾਡੇ ਦੋਸਤ ਨੇ। ਹਾਂਜੀ ਹਾਂਜੀ, ਸਮਝੋ ਤਾਂ ਨਹੀਂ। ਹਾਂਜੀ ਹਾਂਜੀ ਬਿਲਕੁਲ ਜੀ, ਸਾਡੇ ਦੋਸਤ ਨੇ, ਮੁਸਲਮਾਨ ਵੀ ਸਾਡੇ ਦੋਸਤ ਨੇ, ਸਾਰੀ ਦੁਨੀਆਂ ਦੇ ਵਿੱਚ ਘੁੰਮੇ ਆ, ਦੁਨੀਆਂ ਦੇਖੀ ਆ। ਜੀ ਜੀ, ਪਰ ਦੂਸਰੇ ਇਹ ਆ, ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਇਆ, ਕਿਉਂਕਿ ਹੁਣ ਇੰਦਰਾ ਗਾਂਧੀ ਨੇ ਡੈਮੋਕ੍ਰੇਸੀ ਦਾ ਕਤਲ ਕੀਤਾ ਸੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਕਰਫਿਊ ਅੱਖਾਂ ਨਾਲ ਦੇਖਿਆ ਹੋਇਆ ਹੈ। ਹਾਂਜੀ ਹਾਂਜੀ, ਇਹ ਕਿੰਨੀ ਡੈਮੋਕ੍ਰੇਸੀ ਆ ਤੇ ਤੁਸੀਂ ਇੱਕ ਸਟੇਟ ਦੇ ਵਿੱਚ ਬਿਲਕੁਲ ਕਰਫਿਊ ਲਾ ਦਿਓ ਔਰ ਲੋਕਾਂ ਨੂੰ ਬਿਲਕੁਲ ਆਪਣੇ ਘਰਾਂ ਦੇ ਵਿੱਚ ਬੰਦ ਕਰ ਦਿਓ। ਬਿਲਕੁਲ ਬਿਲਕੁਲ ਜੀ, ਹਰਿਮੰਦਰ ਸਾਹਿਬ ਤੇ ਅਟੈਕ ਕਰਨਾ ਕਿਹੜੀ ਡੈਮੋਕ੍ਰੇਸੀ ਆ, ਕਿਹੜਾ ਲੋਕਤੰਤਰ ਆ? ਬਿਲਕੁਲ ਜੀ, ਸਿਰਫ ਸਿੱਖਾਂ ਨੂੰ ਇਹ ਸਬਕ ਸਿਖਾਉਣ ਲਈ ਹੁਣ ਜੋ ਮਰਜ਼ੀ ਗੱਡਾ ਕਰਨ, ਭਾਵੇਂ ਅਕਾਲੀ ਕਰਨ, ਭਾਵੇਂ ਕਾਂਗਰਸੀ ਕਰਨ, ਭਾਵੇਂ ਕੋਈ ਵੀ ਕਰੇ, ਲੇਕਿਨ ਆਪਣੇ ਦਿਲ ਤੇ ਹੱਥ ਰੱਖ ਕੇ ਇਹ ਬੋਲੋ, ਠੀਕ ਹੈ ਕਿ ਨਹੀਂ? ਹਾਂਜੀ, ਇਹ ਸੱਚ ਕੀ ਸੀਗਾ? ਸਹੀ ਗੱਲ ਆ, ਸੱਚ ਕੀ ਸੀਗਾ? ਬਾਕੀ ਤਾਂ ਸਭ ਕੁਝ ਹੁੰਦਾ, ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਵੱਖਰੀ ਗੱਲ ਹੈ। ਹਾਂਜੀ, ਉਹਦਾ ਕਤਲ ਹੋਇਆ, ਕਿੰਨੇ ਸਿੱਖ ਮਰੇ, ਹਾਂਜੀ, ਦੋ ਸਿੱਖਾਂ ਨੇ ਉਹਨੂੰ ਗੋਲੀ ਮਾਰੀ ਸੀ ਜੋ ਇਹ ਰਿਕਾਰਡ ਦੱਸਦੇ ਆ, ਪਰ ਇੱਕ ਹੋਰ ਵੀ ਸਭ ਮੁੰਡਾ ਵੀ ਸੀਗਾ। ਬਿਲਕੁਲ, ਤੁਸੀਂ ਇਹ ਦੱਸੋ ਮੈਨੂੰ ਕਿੰਨੇ ਹਜ਼ਾਰ ਸਿੱਖ ਮਰੇ ਆ ਗੱਡੀਆਂ ਦੇ ਵਿੱਚੋਂ, ਫੌਜੀ ਸਿੱਖ ਵਰਦੀ ਸਣੇ ਕੱਢ ਕੱਢ ਕੇ ਗਾਜ਼ੀਆਬਾਦ ਮੇਰਠ ਦੇ ਵਿੱਚ ਮਾਰੇ ਗਏ, ਉਹਨਾਂ ਦਾ ਕੀ ਕਸੂਰ ਸੀ? ਉਹਨਾਂ ਨੇ ਇੰਦਰਾ ਗਾਂਧੀ ਨੂੰ ਗੋਲੀ ਮਾਰੀ ਸੀ, ਇਹਨਾਂ ਨੇ ਮਾਰੀ ਸੀ, ਉਹਨਾਂ ਨੂੰ ਸਜ਼ਾ ਮਿਲ ਗਈ, ਲੱਥੂ ਰਾਮ ਗੌਡਸੇ ਨੂੰ ਫਾਂਸੀ ਮਿਲ ਗਈ, ਠੀਕ ਹੈ। ਉਸ ਤੋਂ ਬਾਅਦ ਬੁਖਾਰੋ ਦੇ ਵਿੱਚ ਪੱਟੀਆਂ ਦੇ ਵਿੱਚ ਸਿੱਖ ਜੀ ਜੋ ਸਿੱਟੇ ਗਏ, ਜਿੱਥੇ ਲੋਹਾ ਸਿੱਟ ਰਹੇ ਆ ਬਾਰਡਰਾਂ ਦੇ ਵਿੱਚ, ਹੋਰ ਹਿੰਦੁਸਤਾਨ ਕਾਨਪੁਰ ਲੈ ਲਓ, ਹੋਰ ਲੈ ਲਓ, ਕਿੰਨੇ ਸਿੱਖ ਉਹਨਾਂ ਨੇ, ਇੰਦਰਾ ਗਾਂਧੀ ਨੇ ਉਂਗਲੀ ਵੀ ਲਾਈ ਕਿਸੇ ਨੇ? ਬਿਲਕੁਲ, ਉਹ ਕਿਉਂ ਮਾਰੇ ਨੇ? ਹਾਂਜੀ, ਸਿਰਫ ਇਹ ਸੀ ਕਿ ਸਿੱਖਾਂ ਨੂੰ ਸਬਕ ਸਿਖਾ ਲਓ, ਤੇਰੀ ਮਾਂ ਨੂੰ ਮਾਰਿਆ। ਹਾਂਜੀ, ਜਦ ਉਹਦੀ ਵਾਰੀ ਆਈ ਸਾਊਥ ਇੰਡੀਆ ਦੇ ਵਿੱਚ, ਕਿੰਨੇ ਤਾਮੜਾ ਦੇ ਉਂਗਲੀ ਲਾਈ? ਸਹੀ ਗੱਲ ਆਈ, ਕਿੰਨੇ ਤਾਮੜਾ ਦੇ ਫੜੇ ਜਾਂ ਗ੍ਰਿਫਤਾਰ ਕੀਤੇ ਜਾਂ ਕੁਛ ਵੀ ਕੀਤਾ। ਹਾਂਜੀ ਹਾਂਜੀ ਜੀ ਜੀ, ਇੱਕ ਬੰਦਾ ਵੀ ਹੋਰ ਨੀ, ਮਤਲਬ ਵੱਧ ਜਾਓ, ਬੀਬੀ ਜਿਹੜੀ ਸੀ ਉਹ ਤਾਂ ਸ਼ਹੀਦ ਹੋ ਗਈ। ਇੱਥੇ ਤਾਂ ਪੇਪਰਾਂ ਤਾਂ ਇਹ ਵੀ ਲਿਖਿਆ ਕਿ ਉਹ ਜਿਹੜੀ ਹੈ ਬੀਬੀ, ਉਹਦੇ ਜਿਹੜੇ ਨਕਸ਼ ਨੇ ਉਹ ਨਾਰਥ ਇੰਡੀਆ ਦੇ ਨਾਲ ਮਿਲਦੇ ਨੇ, ਨਵਦੀਨ ਦੇ ਨਾਲ ਮਿਲਦੇ ਨੇ, ਹੋ ਸਕਦਾ ਸਿੱਖ ਟੈਰਰਿਸਟ ਹੋਵੇ। ਉਹ ਮਰ ਗਈ ਨਾਲ, ਕੁਛ ਹੋਰ ਮਰ ਗਿਆ, ਲੇਕਿਨ ਉਸ ਤੋਂ ਬਗੈਰ ਕਿਸੇ ਤਾਮਰ ਨੂੰ ਹੱਥ ਵੀ ਲਾਇਆ ਗਿਆ। ਸਹੀ ਗੱਲ, ਸਿੱਖਾਂ ਦੀ ਨਸਲ ਨੂੰ ਖਤਮ ਕਰਨ ਵਾਸਤੇ ਇਹਨਾਂ ਨੂੰ ਇਹ ਪਤਾ ਸੀ ਜੇ ਸਾਡੇ ਗੱਲ ਨੂੰ ਹੱਥ ਪਾਉਣਾ ਸਿੱਖਾਂ ਨੇ ਪਾਉਣਾ। ਇੰਨਾ ਕੁਝ ਹੁੰਦਿਆਂ ਹੋਇਆ ਤੁਸੀਂ ਦੇਖੋ 34 ਸਾਲ ਸਾਡੇ ਹੋਰ ਵੀ ਮਗਰ ਮੱਛ ਹੈਗੇ, ਬਹੁਤ ਵੱਡੇ ਵੱਡੇ ਰੱਖਿਆ ਸੀ ਸੱਜਣ ਕੁਮਾਰ, ਇੱਕ ਚਾਹ ਵੇਚਣ ਵਾਲਾ ਬੰਦਾ, ਮੋਦੀ ਨੂੰ ਤਾਂ ਕਹਿੰਦੇ ਚਾਹ ਵੇਚਦਾ ਸੀ ਸੱਜਣ ਕੁਮਾਰ, ਕਿਤੇ ਮੈਡ ਰੋਡ ਤਾਂ ਨਾ ਇੱਕ ਚਾਹ ਵੇਚਦਾ ਹੁੰਦਾ ਸੀ, ਇਹ ਇਹਨਾਂ ਦੇ ਕਿਤੇ 10 ਕਰੋੜ ਚਾਹ ਵੇਚਦਾ ਹੋਊਗਾ, ਹੌਲੀ ਹੌਲੀ ਤਰੱਕੀਆਂ ਕਰਦਾ ਹੋਊ, ਇੱਥੇ ਪਹੁੰਚ ਗਿਆ। ਕਿਸੇ ਦੀ ਕੋਈ ਐਜੂਕੇਸ਼ਨ ਨੀ ਹੈ ਇਹਨਾਂ ਦੀ, ਕੋਈ ਪੜ੍ਹਿਆ ਲਿਖਿਆ ਨਹੀਂ ਹੈ। ਬਿਲਕੁਲ, ਜਿਹੜੇ ਮੂਰਖ ਬੰਦੇ ਉੱਠੇ ਲੋਕਾਂ ਨੂੰ ਨਜ਼ਰ ਲਾ ਕੇ ਸੱਜਣ ਕੁਮਾਰ ਬਣ ਗਏ, ਉਹਨੂੰ 14-34 ਸਾਲ ਕਿਉਂ ਉਹਨੂੰ ਪ੍ਰੋਟੈਕਸ਼ਨ ਦਿੱਤੀ? ਉਹਨੂੰ ਕਿਹੜੇ ਮੂੰਹ ਨਾਲ ਕਹਿੰਦੇ ਅਸੀਂ ਡੈਮੋਕ੍ਰੇਟ ਮੁਲਕ ਦੇ ਵਿੱਚ ਰਹਿੰਦੇ ਆ? ਬਿਲਕੁਲ ਜੀ ਬਿਲਕੁਲ, ਮਿਹਰਬਾਨੀ, ਧੰਨਵਾਦ ਜੀ। ਬਿਲਕੁਲ ਗਿਆਨ ਸਿੰਘ ਜੀ, ਸਾਡਾ ਅੱਜ ਦਾ ਵਿਸ਼ਾ ਵੀ ਇਹ ਹੀ ਸੀ, ਇਸੇ ਹੀ ਪੁਆਇੰਟ ਤੋਂ ਅਸੀਂ ਸੱਜਣ ਕੁਮਾਰ ਵਾਲੇ ਹੀ ਪੁਆਇੰਟ ਤੋਂ ਅਸੀਂ ਇਹ ਗੱਲ ਪਿੱਕ ਕਰਨੀ ਸੀ, ਪਰ ਇੱਥੇ ਅੱਜ ਇੱਕ ਗੱਲ ਜਾਣੂ ਕਰਵਾ ਦਈਏ ਸਾਧ ਸੰਗਤ ਨੂੰ ਆਪਣੀ ਨੂੰ, ਕਿ ਇੰਦਰਾ ਗਾਂਧੀ ਜਿਉਂਦੀ ਸੀ, ਰਾਜੀਵ ਗਾਂਧੀ ਜਿਹੜਾ ਆ ਉਸ ਜਿਹੜਾ ਆ ਉਹ ਵੀ ਕਹੋ ਵੀ ਜਿਉਂਦਾ ਹੀ ਸੀਗਾ ਉਹ ਵੀ ਇਸ ਵੇਲੇ,
ਕਿਸੇ ਸਟੇਜ ਦੇ ਉੱਪਰ ਜਿਹੜਾ ਆ ਕੋਈ ਵਾਕਿਆ ਹੋਇਆ ਸੀਗਾ, ਸ਼ਾਇਦ ਗਿਆਨ ਸਿੰਘ ਉਹਨਾਂ ਨੂੰ ਯਾਦ ਹੋਵੇ ਕਿ ਰਾਜੀਵ ਗਾਂਧੀ ਨੂੰ ਸਪੀਚ ਕਰਦੇ ਨੂੰ, ਕਿਉਂਕਿ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ ਇਹ ਨੰਗੇ ਸਿਰ ਆ ਗਿਆ ਸੀ। ਓ ਅੱਛਾ। ਹਾਂਜੀ, ਤੇ ਇਹਨੂੰ ਉਸ ਵੇਲੇ ਇਹਨੂੰ ਕਿਹਾ ਸੀ ਵੀ ਇਹ ਕੌਣ ਆ ਬੰਦਾ, ਇਹਨੂੰ ਤਾਰੋ ਥੱਲੇ। ਉਸ ਵੇਲੇ ਤੇ ਜਹੇਦਾਰ ਦੇ ਵਿੱਚ ਇੰਨੀ ਯੁਰਤ ਸੀਗੀ, ਠੀਕ ਹੈ, ਇਹਨੂੰ ਤਾਰੋ। ਇਹ ਕਹਿੰਦੇ ਵੀ ਉਸ ਵੇਲੇ ਤੋਂ ਹੀ ਇੰਨੀ ਕੁ ਜ਼ਿਆਦਾ ਘਿਰਣਾ ਕਰਦਾ ਸੀ ਨਾ ਦਿਮਾਗ 'ਚ ਰਹਿ ਗਈ ਸਿੰਘਾਂ ਦੇ ਲਈ ਵੀ ਇਹਦੀ। ਇਹ ਕਹਿੰਦਾ ਸੀ ਵੀ ਜਦੋਂ ਕਿਤੇ ਮੇਰਾ ਬਾਅਦ ਚੱਲਿਆ ਨਾ ਇਹਨਾਂ ਨੂੰ ਮੈਂ ਸਾਬਕ ਜਿਹੜਾ ਆ ਵੀ ਇਹਨਾਂ ਨੂੰ ਮੈਂ ਸਿਖਾਉਣਾ। ਫਿਰ ਦੇਖੋ ਕਿ ਜਿਹੜਾ ਆ ਇੰਦਰਾ ਗਾਂਧੀ ਮਰਨ ਤੋਂ ਬਾਅਦ ਕੋਈ ਜਿਹੜੇ ਆ ਕਿਹੜਾ ਕਤਲੇਆਮ ਆ ਉਹ ਰਾਈਟ ਵੇ ਨਹੀਂ ਸ਼ੁਰੂ ਹੋਇਆ, ਕੋਈ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਔਰ ਇਸ ਬੰਦੇ ਨੇ ਦੇਖਿਆ ਕਿ ਮੇਰੀ ਮਾਂ ਵੀ ਮਰ ਗਈ, ਕਾਂਗਰਸ ਦਾ ਏਡਾ ਕੱਦਵਾਰ ਨੇਤਾ ਵੀ ਮਰ ਗਿਆ, ਸੋ ਇਹਨੂੰ ਤਾਂ ਫਿਰ ਮੋਹਰੇ ਇਲੈਕਸ਼ਨਾਂ ਵਾਲੀਆਂ ਸੀਆਂ, ਇਹਨੂੰ ਅਸੀਂ ਕੈਸ਼ ਕਿੱਦਾਂ ਕਰੀਏ, ਕੈਸ਼ ਕਿਵੇਂ ਕਰੀਏ, ਕਿਉਂਕਿ ਪਹਿਲਾਂ ਜਿਹੜਾ 1984 ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਸੀ ਉਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਿਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਖਿਲਾਫ ਲੜਾਈ ਕਰਨਾ ਜਾਂ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨਾ ਹੀ ਪਲੈਨ ਨਹੀਂ ਸੀ, ਕਿਉਂਕਿ ਇੰਦਰਾ ਗਾਂਧੀ ਆਪਣਾ ਗ੍ਰਿਪ ਬਹੁਤ ਬੁਰੀ ਤਰ੍ਹਾਂ ਲੂਜ਼ ਕਰ ਚੁੱਕੀ ਸੀ ਪੂਰੇ ਹਿੰਦੁਸਤਾਨ ਦੇ ਵਿੱਚ। ਉਹਦੇ ਕੋਲ ਇਲੈਕਸ਼ਨਾਂ ਜਿੱਤਣ ਦੇ ਲਈ ਕੋਈ ਵੀ ਜਿਹੜਾ ਆ ਉਹ ਰਾਸਤਾ ਨਹੀਂ ਸੀ ਨਜ਼ਰ ਆਉਂਦਾ, ਸੋ ਇਹ ਸਾਰੀ ਇਲੈਕਸ਼ਨਾਂ ਜਿੱਤਣ ਦੀ ਹੀ ਪਲੈਨਿੰਗ ਸੀ ਜਿਹੜੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਾ, ਬਾਕੀ ਹਿੰਦੁਸਤਾਨ ਨੂੰ ਦੱਸਣਾ ਵੀ ਦੇਖੋ ਪਾਕਿਸਤਾਨ ਜਿਹੜਾ ਆ ਉਹ ਸਾਡੇ 'ਤੇ ਅਟੈਕ ਕਰ ਦਊਗਾ, ਮੈਂ ਜਿਹੜੀ ਆ ਇੱਕ ਦੁਰਗਾ ਬਣ ਕੇ ਤੁਹਾਨੂੰ ਬਚਾ ਰਹੀ ਹਾਂ, ਸਾਰਾ ਕੁਛ। ਇਹ ਸਾਰੀਆਂ ਜਿਹੜੀਆਂ ਆ ਇਲੈਕਸ਼ਨ ਜਿੱਤਣ ਦੀਆਂ ਪਲੈਨਿੰਗਾਂ ਸੀਆਂ। ਉਹ ਤੋਂ ਬਾਅਦ ਇਹਨਾਂ ਨੇ ਦੇਖਿਆ ਬਈ ਇਹ ਵੀ ਮਰ ਗਈ, ਕਿਸੇ ਦੇ ਕੰਨ 'ਤੇ ਤਾਂ ਯੂਮ ਨਹੀਂ ਸਰਕੀ, ਹੈਨਾ, ਕਿਸੇ ਨੇ ਤਾਂ ਕੋਈ ਗੱਲ ਨਹੀਂ ਕੀਤੀ ਵੀ ਏਡਾ ਵੱਡਾ ਨੇਤਾ ਮਰਨ ਦੇ ਬਾਵਜੂਦ। ਫਿਰ ਇਹਨਾਂ ਨੇ ਮਹਾਰਾਜ ਪੂਰੀ ਪਲੈਨਿੰਗ ਕੀਤੀ, ਪੂਰੀ ਪਲੈਨਿੰਗ ਕਰਨ ਤੋਂ ਬਾਅਦ ਚਾਰ ਸਾਰੀ ਜਗ੍ਹਾ ਦੇਖੋ ਉਹ ਜਿਹੜਾ ਕੈਮੀਕਲ ਵਰਤਿਆ ਗਿਆ ਉਹ ਕਿੱਥੋਂ ਆਇਆ, ਕੈਮੀਕਲ ਸੀ ਉਹ, ਸਰਕਾਰੀ ਕੈਮੀਕਲ ਸੀ, ਆਮ ਬੰਦੇ ਨੂੰ ਉਹ ਆਇਆ ਕੈਮੀਕਲ ਜਿਹੜਾ ਆ ਮੁਹੱਈਆ ਨਹੀਂ ਹੋ ਸਕਦਾ, ਉਹ ਕੈਮੀਕਲ ਲਿਆਂਦੇ ਗਏ, ਫਿਰ ਹਥਿਆਰ ਲਿਆਂਦੇ ਗਏ, ਫਿਰ ਬੰਦੇ ਦੇਖੋ ਕਿੱਥੋਂ ਕਿੱਥੋਂ ਲੱਭ ਕੇ ਲਿਆਂਦੇ ਗਏ। ਤੁਸੀਂ ਇਹ ਦੇਖੋ ਬਈ ਪੁਲਿਸ ਖੜੀ ਆ, ਪੁਲਿਸ ਉੱਥੇ ਖੜੀ ਆ, ਪਰ ਪੁਲਿਸ ਦੇਖ ਨਹੀਂ ਰਹੀ, ਪੁਲਿਸ ਦੇਖ ਨਹੀਂ ਰਹੀ। ਤੁਸੀਂ ਇਹ ਦੇਖੋ ਕਿ ਕੋਈ ਵੀ ਇੱਦਾਂ ਦਾ ਇੰਸੀਡੈਂਟ ਨਹੀਂ ਹੋਇਆ ਜਿੱਥੇ ਮੇਰੇ ਮੁਹੱਲੇ ਦਾ ਜਿਹੜਾ ਕੋਈ ਹਿੰਦੂ ਵੀਰ ਸੀਗਾ ਉਹਨੇ ਕਿਸੇ ਸਿੱਖ ਦਾ ਨੁਕਸਾਨ ਕੀਤਾ ਹੋਵੇ, ਕਿਉਂਕਿ ਜਿਹੜਾ ਹਜੂਮ ਸੀਗਾ ਉਹਦਾ ਪਤਾ ਹੀ ਨਹੀਂ ਸੀ, ਬਾਹਰੋਂ ਟਰੱਕਾਂ ਦੇ ਟਰੱਕ ਕੇ ਜਿਹੜੇ ਆ ਉਹ ਹਾਇਰ ਕੀਤੇ ਲੈ ਕੇ ਲਿਆਂਦੇ ਗਏ। ਔਰ ਉਸ ਵੇਲੇ ਦੇਖੋ ਜਿਹੜਾ ਆਰਮੀ ਦੇ ਵਿੱਚ ਜਿਹਨਾਂ ਨੇ ਬੰਗਲਾਦੇਸ਼ ਦੀ ਲੜਾਈ ਲੜੀ ਸੀ ਉਸ ਵੇਲੇ ਪਟੇਲ ਨਗਰ ਦੇ ਵਿੱਚ ਰਹਿੰਦੇ ਸੀਗੇ, ਉਹਨਾਂ ਨੂੰ ਵੀ ਜਿਹੜਾ ਆ ਉਸ ਵੇਲੇ ਹਾਰਨ ਕੀਤਾ ਗਿਆ, ਉਹਨਾਂ ਦੇ ਹਥਿਆਰ ਜਿਹੜੇ ਆ ਉਹ ਜ਼ਬਤ ਕੀਤੇ ਗਏ। ਗਿਆਨੀ ਜੈਲ ਸਿੰਘ ਉਸ ਵੇਲੇ ਜਿਹੜਾ ਆ ਗਿਆਨੀ ਤਾਂ ਹੁਣ ਮੇਰਾ ਨਾਂ ਲਾਉਣ ਨੂੰ ਵੀ ਦਿਲ ਨਹੀਂ ਕਰਦਾ, ਜੈਲ ਸਿੰਘ ਉਸ ਵੇਲੇ ਦੇਸ਼ ਦਾ ਰਾਸ਼ਟਰਪਤੀ ਸੀਗਾ ਅਤੇ ਉਸ ਵੇਲੇ ਦਾ ਗ੍ਰਹਿ ਮੰਤਰੀ ਜਿਹੜਾ ਸੀ ਉਸ ਵੇਲੇ ਨਰਸਿਮਹਾ ਰਾਓ, ਉਹਨੂੰ ਇਹ ਗੱਲ ਕਹਿ ਰਿਹਾ ਆ ਵੀ ਜੇ ਤੇ ਤੂੰ ਆਪਣਾ ਆਪ ਬਚਾਇਆ ਜਾ ਰਿਹਾ ਜਾ ਸਕਦਾ ਆ ਤੂੰ ਆਪਣਾ ਆਪ ਬਚਾ, ਰਾਸ਼ਟਰਪਤੀ ਨੂੰ, ਰਾਸ਼ਟਰਪਤੀ ਨੂੰ ਉਹ ਕਿੰਨਾ ਸੈਨਾ ਦਾ ਰਾਸ਼ਟਰਪਤੀ ਮੁਖੀ ਹੋਵੇ, ਉਹ ਤਿੰਨਾਂ ਸੈਨਾ ਦੇ ਮੁਖੀ ਨੂੰ ਇਹ ਗੱਲ ਇੱਕ ਗ੍ਰਹਿ ਮੰਤਰੀ ਕਹਿ ਰਿਹਾ ਹੋਵੇ। ਤੁਸੀਂ ਇਹ ਦੇਖੋ ਵੀ ਉਹਨਾਂ ਮੁਲਕਾਂ ਵਿੱਚ ਚੱਲਦੀ ਕਿਹਦੀ ਆ, ਹਾਂਜੀ ਪ੍ਰੈਜੀਡੈਂਟ ਤਾਂ ਇੱਥੇ ਰਹਿ ਗਏ ਨਾ, ਨਾਰਥ ਅਮਰੀਕਾ 'ਚ ਹੀ ਪ੍ਰੈਜੀਡੈਂਟ ਰਹਿ ਗਏ ਆ, ਬਿਲਕੁਲ ਉਹਨਾਂ ਮੁਲਕਾਂ 'ਚ ਚੱਲਦੀ ਪ੍ਰਾਈਮ ਮਿਨਿਸਟਰ ਦੀ ਆ, ਹਾਂਜੀ ਕਿਉਂਕਿ ਪ੍ਰਾਈਮ ਮਿਨਿਸਟਰ ਉੱਤੇ ਆ, ਬਿਲਕੁਲ ਹੁਣ ਪ੍ਰੈਜੀਡੈਂਟ ਨੂੰ ਵੀ ਆਪਦੇ ਹੱਥਾਂ ਪੈਰਾਂ ਦੀ ਬਚਾਉਣ ਨੂੰ ਕਿਹਾ ਗਿਆ ਵਾ। ਹਾਂਜੀ ਲਓ ਜੀ ਕਾਲ ਵੀ ਲੈਂਦੇ ਆਪਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਬੇਨਤੀ ਕਰਦਾ ਵੀ ਜਿਸ ਵੇਲੇ ਉਹਨੇ ਉਤਰ ਕੇ ਜਹਾਜ਼ ਤੋਂ ਕਿਹਾ ਵੀ ਜੇ ਜਦ ਬੜਾ ਦਰਖਤ ਗਿਰਤਾ ਹੈ ਤੋ ਧਰਤੀ ਕਾਂਪਦੀ ਹੈ, ਮਹਾਤਮਾ ਗਾਂਧੀ ਦਾ ਬੜਾ ਦਰਖਤ ਕਿਹੜਾ ਸੀ, ਕਿਹੜਾ ਸੀ, ਹਾਂਜੀ ਉਸ ਵੇਲੇ ਧਰਤੀ ਕਿਉਂ ਨੀ ਕੰਬਾਈ ਗਈ, ਬਿਲਕੁਲ ਬਿਲਕੁਲ ਮਹਾਤਮਾ ਗਾਂਧੀ ਨਾਲੋਂ ਬੜਾ ਦਰਖਤ ਇੰਡੀਅਨ ਕਾਂਗਰਸ ਦੇ ਵਿੱਚ ਕਿਹੜਾ ਬੰਦਾ ਸੀ, ਬਿਲਕੁਲ ਜੀ, ਇਹਨੂੰ ਬਾਅਦ ਚ ਸਾਰੇ ਮੁਲਕ ਦਾ ਪੇ ਬਣਾ ਕੇ ਰੱਖ ਦਿੱਤਾ, ਹਾਂਜੀ ਮਹਾਤਮਾ ਬਣਾਤਾ। ਔਰ ਜਿਸ ਵੇਲੇ ਇਹ ਦੰਗੇ ਹੋਏ ਆ, ਮੈਂ ਦੰਗੇ ਨਹੀਂ ਕਤਲੇਆਮ ਪ੍ਰੈਜ਼ੀਡੈਂਟ ਉਹ ਐਮਰਜੈਂਸੀ ਲਾ ਸਕਦਾ ਸੀ, ਬਿਲਕੁਲ, ਔਰ ਰਾਜੀਵ ਗਾਂਧੀ ਜਿਹੜਾ ਕਿ ਪ੍ਰਾਈਮ ਮਿਨਿਸਟਰ ਸੀਗਾ ਉਹ ਵੀ ਐਮਰਜੈਂਸੀ ਲਾ ਸਕਦਾ ਸੀ, ਉਹ ਕਰਫਿਊ ਦਿੱਲੀ ਦੇ ਵਿੱਚ ਉਸ ਵੇਲੇ ਬੰਦ ਹੋ ਗਿਆ ਸੀ ਆਰਡਰ ਲਾਉਣ ਦਾ, ਪੰਜਾਬ 'ਚ ਕਰਫਿਊ ਲਾਉਣ ਨੂੰ ਤਾਂ ਇੱਕ ਮੀਟਰ ਲੱਗਾ। ਹਾਂਜੀ ਰਾਤ ਨੂੰ ਮੈਨੂੰ ਯਾਦ ਆ ਮੈਂ ਡੁੱਬਿਆ ਹੋਇਆ ਸੀਗਾ, ਉਹ ਰੋਟੀ ਖਾਣ ਵਾਲਾ ਮੈਨੂੰ ਕਹਿੰਦਾ ਹੋਟਲ ਦਾ ਸਾਜੀ ਰੋਟੀ ਖਾ ਲਓ ਰਾਤ ਨੂੰ ਕਰਫਿਊ ਲੱਗ ਜਾਂਦਾ, ਉੱਥੇ ਤਾਂ ਮਿੰਟਾਂ ਚ ਲੱਗਦਾ ਦਿੱਲੀ ਚ ਤਿੰਨ ਦਿਨ ਕਿਉਂ ਨੀ ਕਰਫਿਊ ਲੱਗਾ, ਬਿਲਕੁਲ ਹਾਂਜੀ ਸਿੱਖ
ਅੱਖਾਂ ਲਿਆ ਉਹ ਬੀਬੀ ਵਿਚਾਰੀ ਮੈਂ ਮੈਨੂੰ ਤਾਂ ਡੂਣਾ ਆਉਂਦਾ ਦੇਖ ਕੇ ਜਿਹੜੇ ਤਿੰਨ ਜਵਾਨ ਪੁੱਤ ਮਰ ਗਏ ਹੁਣ ਖੇਤੀ ਉਹਨਾਂ ਦੇ ਕਿਹੜੇ ਹੌਸਲੇ ਦੇ ਨਾਲ ਉਹਨਾਂ ਦੇ ਮੁਕਾਬਲਾ ਕੀਤਾ ਲੱਖਾਂ ਕਰੋੜਾਂ ਰੁਪਈਏ ਉਹਨਾਂ ਦੇ ਮੂਹਰੇ ਢੇਰੀ ਕੀਤੇ ਗਏ ਗਿਆਨ ਸਿੰਘ ਜੀ ਗਿਆਨ ਸਿੰਘ ਜੀ ਜਿਹੜੇ ਸੱਜਣ ਕੁਮਾਰ ਹੋਣੀ ਇਹ ਬਾਹਰ ਇੱਕ ਮਿੰਟ ਜੀ ਇਹ ਬਾਹਰ ਬਾਹਾਂ ਖੜੀਆਂ ਕਰਕੇ ਰੱਖੇ ਕਹਿੰਦੇ ਸੀ ਮਾਰੀ ਮਾਂ ਕੋ ਮਾਰਦੀ ਆ ਦੂਸਰੀ ਗੱਲ ਇਹ ਹੈ ਸਾਡੇ ਮੂੰਹੋਂ ਨਿਕਲ ਜਾਂਦਾ ਲੱਭ ਲੇਕਿਨ ਐਕਚੁਅਲੀ ਅਗਰ ਦੇਖਿਆ ਜਾਵੇ ਇਹ ਇੱਕ ਸਿੱਖ ਕੌਮ ਨੂੰ ਨਸਲ ਖੁਸ਼ੀ ਉਸਦੇ ਬੱਚਿਆਂ ਤੱਕ ਮਾਰਨ ਦਾ ਪ੍ਰੋਗਰਾਮ ਬਣਾ 80 ਲਾਸ਼ਾਂ ਜਦੋਂ ਯੂਪੀ ਦੀ ਟ੍ਰੇਨ ਜਾਂਦੀ ਹੈ ਕਿਹੜਾ ਸ਼ਹਿਰ ਸੀਗਾ ਵਿੱਚ ਆਉਂਦਾ ਵਾ ਇੱਕ ਮੇਰਠ ਵਿੱਚ 80 ਫੌਜੀਆਂ ਦੀਆਂ ਲਾਸ਼ਾਂ ਦੇ ਕੰਕਾਲ ਉਹਨੂੰ ਮਗਰੋਂ ਕੱਢੇ ਆ ਉਹਨਾਂ ਨੇ ਜਿਹੜੇ ਕਿ ਉਹਨਾਂ ਨੇ ਜਿਉਂਦੇ ਸਾੜ ਕੇ ਉੱਥੇ ਦੱਬਦੇ ਸੀਗੇ ਹੁਣ ਫੌਜੀਆਂ ਦਾ ਕੀ ਕੰਮ ਹੁੰਦਾ ਬਾਰਡਰ 'ਤੇ ਰਾਖੀ ਕਰਨੀ ਹੁਣ ਉਹਨਾਂ ਦਾ ਕੀ ਕਸੂਰ ਸੀਗਾ ਉਹਨਾਂ ਨੂੰ ਕਿਉਂ ਮਾਰਿਆ ਗਿਆ ਸਿਰਫ ਪੱਗ ਕਰਕੇ ਮਾਰਿਆ ਗਿਆ ਦਸਤਾਰ ਬੰਨਦੇ ਆ ਉਹ ਸਜ਼ਾ ਹੈ ਨਾ ਸਿੱਖ ਬਣਨ ਦੀ ਸਜ਼ਾ ਦਿੱਤੀ ਉਹਨਾਂ ਨੂੰ ਬਿਲਕੁਲ ਸਿੱਖ ਬਣਨ ਦੀ ਸਜ਼ਾ ਦਿੱਤੀ ਗਈ ਤਾਂ ਤੁਸੀਂ ਕਿਉਂ ਸਿੱਖ ਬਣੇ ਅੱਛਾ ਤੁਹਾਨੂੰ ਕੇਸਾਂ ਧਾਰੀ ਹਿੰਦੂ ਰੱਖਿਆ ਹੈ ਜੀ ਜੀ ਬਿਲਕੁਲ ਬਿਲਕੁਲ ਔਰ ਦੂਸਰੇ ਉਹ ਜਿਹੜੇ ਸੀਗੇ ਉਸ ਵੇਲੇ ਕਿਉਂਕਿ ਇਹ ਕਰਫਿਊ ਨਹੀਂ ਲੱਗ ਸਕਦਾ ਸੀ ਦਿੱਲੀ ਦੇ ਵਿੱਚ ਲੱਖ ਫੌਜ ਜਿਹੜੀ ਆ ਰਾਜਪੂਤ ਰਾਈਫਲ ਦਾ ਸੈਂਟਰ ਉੱਥੇ ਆ ਨਾਲ ਆ ਜੀ ਬਿਲਕੁਲ ਬਿਲਕੁਲ ਉਹ ਦਿੱਲੀ ਨੂੰ ਚਾਰੇ ਪਾਸੇ ਘੇਰ ਸਕਦੇ ਸੀ ਗੁੰਡਿਆਂ ਨੂੰ ਜਿਹੜੇ ਬਦਮਾਸ਼ ਆਏ ਤੇ ਆ ਭਜਨ ਲਾਲ ਲੱਗਦੇ ਨੇ ਇਕੱਠੇ ਕਰਕੇ ਲਿਆਂਦੇ ਸੀਗੇ ਵਫਾਦਾਰੀ ਦਿਖਾ ਲਈ ਬੀਬੀ ਦੀ ਕਾਂਗਰਸੀ ਵਫਾਦਾਰੀ ਦਿਖਾ ਲਈ ਉਹਨਾਂ ਨੂੰ ਮਿਲਿਆ ਕੀ ਬਿਲਕੁਲ ਜੀ ਲੋਟੋ ਲਿਖਿਆ ਸੀਗਾ ਕਿਉਂਕਿ ਲੋਟੋ ਜਿਹੜੀ ਕੰਪਨੀ ਆ ਉਹ ਇਟਲੀ ਦੀ ਸੀਗੀ ਉਹ ਇਟਲੀ ਦੇ ਹੀ ਸ਼ੂ ਪਾਉਂਦਾ ਹੁੰਦਾ ਸੀ ਰਾਜੀਵ ਗਾਂਧੀ ਉਹਨਾਂ ਦੇ ਸ਼ੂ ਤੋਂ ਹੀ ਪਤਾ ਲੱਗਿਆ ਬਈ ਇਹ ਰਾਜੀਵ ਗਾਂਧੀ ਦੇ ਸ਼ੂ ਆ ਬਈ ਜੇ ਮਾਲਕ ਜਿਹੜਾ ਕਰਦਾ ਨਾ ਮਿਹਰਬਾਨੀ ਜਿਹੜਾ ਉਹ ਰੱਬ ਕਰਦਾ ਨਾ ਉਹਨੂੰ ਸਮਝਣ ਦੀ ਲੋੜ ਆ ਬਿਲਕੁਲ ਸਰਕਲ ਆਓ ਹਾਂਜੀ ਹਾਂਜੀ ਜਿਹੜਾ ਕੋਈ ਤੁਸੀਂ ਕਰੀ ਜਾਓਗੇ ਤੁਹਾਨੂੰ ਘਰੀ ਭਰੀ ਜਾਣਾ ਭਰਨਾ ਪੈਂਦਾ ਪਰ ਇੱਥੇ ਇੱਕ ਗੱਲ ਸਤਨਾਮ ਸਿੰਘ ਜੀ ਆਉਂਦੀ ਆ ਦੇਖੋ ਕਾਂਗਰਸ ਇੱਕ ਪਾਰਟੀ ਆ ਮੰਨਦੇ ਆ ਕਿ ਇੱਕ ਪਾਰਟੀ ਆ ਪਰ ਜਿੰਨਾ ਮਰਜ਼ੀ ਅਸੀਂ ਦੋਸ਼ ਕਿਸੇ ਹੋਰ ਨੂੰ ਦਿੰਦੇ ਰਹੀਏ ਕਰੀਏ ਕਿਉਂਕਿ ਇਹ ਦੋਸ਼ ਜਿਹੜਾ ਆ ਇਹਨੂੰ ਤੁਸੀਂ ਕਿਸੇ ਹੋਰ ਦੇ ਸਿਰ ਮੜ ਨਹੀਂ ਸਕਦੇ ਇਹ ਜਿਹੜਾ ਆ 84 ਦਾ ਦੇਖੋ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਆ ਨਾ ਉਹ ਵੀ ਕਿਤੇ ਨਾ ਕਿਤੇ ਜਾ ਕੇ ਜਸਟੀਫਾਈ ਕਰ ਸਕਦੇ ਸੀਗੇ ਕਿ ਅਸੀਂ ਪਾਵਰ ਦੇ ਵਿੱਚ ਸੀ ਹਨਾ ਅਸੀਂ ਇੱਕ ਦੇਸ਼ ਦੀ ਪਾਵਰ 'ਚ ਸੀ ਪਰ ਜਿਹੜਾ ਸਿੱਖ ਕਤਲੇਆਮ ਕੀਤਾ ਗਿਆ ਉਹਨੂੰ ਜਸਟੀਫਾਈ ਇਹ ਪਾਰਟੀ ਕਦੇ ਵੀ ਨਹੀਂ ਕਰ ਸਕਦੀ ਅੱਜ ਇੱਕ ਮੈਂ ABP ਸਾਂਝਾ ਦੇ ਉੱਤੇ ਦੇਖਦਾ ਸੀ ਡਿਬੇਟ ਉੱਥੇ ਇੱਡੀ ਸ਼ਰਮ ਦੀ ਗੱਲ ਇਹ ਹੋ ਗਈ ਕਿ ਕਾਂਗਰਸ ਦੇ ਵੱਲੋਂ ਪ੍ਰਵਕਤਾ ਜਿਹੜਾ ਸੀਗਾ ਉਹ ਚਰਨ ਸਿੰਘ ਸੰਪਲਾ ਆਇਆ ਸੀਗਾ ਔਰ ਉਹ ਕਿੰਨੀ ਉਸ ਬੰਦੇ ਨੇ ਬੇਇੱਜ਼ਤੀ ਆਪਣੀ ਕਰਵਾਈ ਤੂੰ ਦਸਤਾਰ ਸਿਰ ਤੇ ਸਜਾ ਕੇ ਤੇ ਤੂੰ ਕਿਹਨਾਂ ਨੂੰ ਬਚਾ ਰਿਹਾ ਅੱਛਾ ਉੱਥੇ ਉਹ ਕਹਿ ਵੀ ਰਹੇ ਆ ਬਈ ਅਸੀਂ ਸੱਜਣ ਕੁਮਾਰ ਨੂੰ ਬਚਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਵਾਂਗੇ ਹਾਂਜੀ 35 ਸਾਲਾਂ ਬਾਅਦ ਜਿਹੜਾ ਕੇਸ ਪਹਿਲਾਂ ਤਾਂ 35 ਸਾਲਾਂ ਬਾਅਦ ਡਿਸੀਜਨ ਲਿਆ ਹਾਂਜੀ ਚਲੋ ਸਲਮਾਨ ਖੁਰਸ਼ੀਦ ਨੇ ਇਹ ਇੰਟਰਵਿਊ ਦਿੱਤੀ ਆ ਬਹੁਤ ਇਹ ਕਹਿ ਲਓ ਬਈ ਉੱਥੇ ਲੋਕ ਆਪਣੇ ਕਿੱਥੇ ਹਾਂਜੀ ਬਹੁਤ ਨਿੰਦਣ ਯੋਗ ਹੈ ਉਸ ਵੇਲੇ ਮੈਂ ਤਾਂ ਇਹ ਗੱਲ ਕਹਿੰਦਾ ਵੀ ਹਰ ਇੱਕ ਸਿੱਖ ਜਿਹੜਾ ਆ ਕਿਉਂਕਿ ਉਹੀ ਗੱਲ ਹੋ ਗਈ ਵੀ ਅਸੀਂ ਕਹਿ ਲਓ ਵੀ ਉਹੀ ਟੁਕੜ ਬੋਚ ਆ ਨਾ ਟੁਕੜ ਬੋਚ ਹਰ ਇੱਕ ਸਿੱਖ ਨੂੰ ਪਹਿਲਾਂ ਤਾਂ ਉੱਥੇ ਜਿਹੜੇ 10 ਸਾਲ ਪ੍ਰਾਈਮ ਮਿਨਿਸਟਰ ਰਹੇ ਆ ਉਹਨਾਂ ਨੂੰ ਉਸ ਵੇਲੇ ਉੱਥੇ ਸਟੈਂਡ ਇਹ ਕਰ ਲੈਣਾ ਚਾਹੀਦਾ ਸੀਗਾ ਵੀ ਜੇ ਤੁਹਾਡੀ ਕਾਂਗਰਸ ਪਾਰਟੀ ਇਹ ਗੱਲ ਕਹਿੰਦੀ ਆ ਸੋ ਇਹਦਾ ਮਤਲਬ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਪੂਰੀ ਦੀ ਪੂਰੀ ਦੋਸ਼ੀ ਹੈ ਇਸ ਚੀਜ਼ ਦੀ ਸੋ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਗੱਲ ਵੀ ਕਿਉਂ ਕਰਦੇ ਆ ਔਰ ਕਹਿੰਦੇ ਜੱਜਾਂ ਨੇ ਰੋਂਦਿਆਂ ਹੋਇਆ ਫੈਸਲਾ ਦਿੱਤਾ ਕਿ ਇਸ ਬੰਦਿਆਂ ਨੂੰ ਇਹਨਾਂ ਬੰਦਿਆਂ ਨੂੰ 34 ਸਾਲ ਜਿਹੜਾ ਪੋਲੀਟੀਕਲ ਜਿਹੜਾ ਸੁਰੱਖਿਆ ਕਬਜ਼ਾ ਨਾ ਉਹ ਪਹਿਨਾ ਕੇ
ਕੇ ਰੱਖਿਆ ਗਿਆ, ਨਹੀਂ ਤਾਂ ਇਹ ਕਾਦੇ ਬੰਦੇ ਜਿਹੜੇ ਆ ਸਲਾਕਾਂ ਦੇ ਪਿੱਛੇ ਹੋਣੇ ਸੀ। ਵੈਸੇ ਤਾਂ ਬਥੇਰਾ ਕੁਛ ਦੱਸ ਦਿੰਦੇ ਆ ਵੀ ਉੱਥੇ ਉਹਨੂੰ ਮਾਰ ਕੁੱਟ ਕੇ ਸਾਰਾ ਕੁਛ ਬਾਹਰ ਕੱਢ ਲੈਂਦੇ ਆ, ਉਹਨੂੰ ਉਹ ਕੰਮ ਇੱਥੇ ਕਿਉਂ ਨੀ ਕੀਤਾ ਗਿਆ, ਕਿਉਂ ਨੀ ਕੀਤਾ, ਰਿਮਾਂਡ ਚ ਕਿਉਂ ਨੀ ਲਿਆ ਗਿਆ, ਕਿਉਂ ਨੀ ਲੈ ਗਿਆ, ਕੁਝ ਦੇ ਰਿਮਾਂਡ ਚ ਲੈਂਦੇ ਉਹਨਾਂ ਨੂੰ ਪੁੱਛਦੇ ਕਿਉਂਕਿ ਪੁਲਿਸ ਵੀ ਉਹਨਾਂ ਦੀ ਆ। ਔਰ ਉਹ ਤੋਂ ਬਾਅਦ ਫਿਰ ਇੱਕ ਕਿੱਡਾ ਵੱਡਾ ਹਾਸੋਹੀਣਾ ਜਿਹੜਾ ਕੰਮ ਕੀਤਾ ਆ ਕਿ ਉਹਨੂੰ 30 ਤਰੀਕ ਤੱਕ ਦਾ ਟਾਈਮ ਦਿੱਤਾ ਹੈ ਸਰੈਂਡਰ ਕਰਨ ਵਾਸਤੇ, ਸੋ ਇਹਦਾ ਮਤਲਬ ਫੜਨਾ ਫੇਵ ਨੀ, 30 ਤਰੀਕ ਤੱਕ ਅਪੀਲ ਪਾ ਕੇ ਜਿਹੜਾ ਬਾਹਰ ਆ ਜਾਣਾ ਉਹਨੇ, ਬਿਲਕੁਲ ਹਜੇ ਵੀ ਬਾਹਰ ਆ ਉਹ, ਹਾਂਜੀ ਹਜੇ ਵੀ ਬਾਹਰ, ਹਜੇ ਵੀ ਕਹਿ ਰਹੇ ਵੀ ਇਸ 30 ਜਾਂ 31 ਤਰੀਕ ਤੱਕ ਆਪਦੇ ਆਪ ਨੂੰ ਸਰੈਂਡਰ ਕਰ ਦੇਣ, ਹਾਂਜੀ ਜਾਨੀ ਹਜੇ ਵੀ ਉਹਨੂੰ ਪੁੱਛ ਰਿਹਾ ਵੀ ਆਉਣਾ ਨਹੀਂ ਆਉਣਾ, ਬਿਲਕੁਲ ਇਹ ਗੱਲ ਜਿਵੇਂ ਹੁਣ ਜਿਹੜਾ ਉੱਥੇ ਬਿਲਕੁਲ ਜਿਹੜਾ ਕਾਨੂੰਨ ਆ ਉਹ ਦੋ ਤਰ੍ਹਾਂ ਦਾ ਆ, ਰਾਈਟ, ਗਰੀਬ ਲਈ ਹੋ ਰਿਹਾ, ਅਮੀਰ ਲਈ ਹੋ ਰਿਹਾ, ਸੋ ਅਮੀਰਾਂ ਨੇ ਉਸ ਕਾਨੂੰਨ ਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਆ ਤਰੋੜ ਮਰੋੜ ਕੇ ਆਪਣੇ ਫਾਇਦੇ ਲਈ ਵਰਤਣ ਦੇ ਲਈ ਜਿਹੜਾ ਬਣਾ ਰਿਹਾ ਆ, ਬਿਲਕੁਲ ਆ। 1900 ਜਦੋਂ ਦੇਸ਼ ਆਜ਼ਾਦ ਹੋਇਆ ਪਹਿਲਾਂ ਗਾਂਧੀ ਮਾਰਿਆ, ਗਾਂਧੀ ਕਿਹਨੇ ਮਾਰਿਆ, ਨੱਥੂ ਰਾਮ ਗੌਡਸੇ ਨੇ, ਨੱਥੂ ਰਾਮ ਗੌਡਸੇ ਕੌਣ ਸੀਗਾ, RSS ਦਾ, RSS ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਇੱਕ ਡੱਕਾ ਨਹੀਂ ਤੋੜਿਆ, ਇੱਕ ਤੁਸੀਂ ਇਹ ਦੇਖੋ ਕਿ ਦੇਸ਼ ਦੀ ਆਜ਼ਾਦੀ ਦੇ 60 ਸਾਲਾਂ ਤੱਕ ਉਹਨਾਂ ਨੇ ਆਪਣੇ ਹੈੱਡਕੁਆਰਟਰ ਦੇ ਉੱਤੇ ਝੰਡਾ ਨਹੀਂ ਚਲਾਇਆ, ਉਹ ਅੱਜ ਵੀ ਜਿਹੜਾ ਝੰਡਾ ਆ ਹਿੰਦੁਸਤਾਨ ਦਾ ਉਹਨੂੰ ਉਹ ਮਾਨਤਾ ਨਹੀਂ ਦਿੰਦੇ। ਮੈਨੂੰ ਨਾਮ ਦੱਸ ਦੇਣ ਕਿਸੇ ਦਾ, ਕੋਈ ਕੋਈ ਆਜ਼ਾਦੀ ਘੁਲਾਟੀ ਆ, ਕੋਈ ਵੀ ਨਾਂ ਲੈ ਕੇ ਦੱਸੋ ਜਿਹੜਾ RSS ਨੂੰ ਫੋਲੋ ਕਰਦਾ ਹੋਵੇ, ਜਿਹੜਾ ਮੂਹਰੇ ਆਇਆ ਹੋਵੇ। ਔਰ ਉਹ ਨੱਥੂ ਰਾਮ ਗੌਡਸੇ ਨੂੰ ਸ਼ਹੀਦ ਕਹਿੰਦੇ ਆ, ਹਾਂ ਉਹ ਸ਼ਹੀਦ ਕਹਿੰਦੇ, ਉਹਨਾਂ ਦੇ ਕਾਗਜ਼ਾਂ ਦੇ ਵਿੱਚ ਨੱਥੂ ਰਾਮ ਗੌਡਸੇ ਸ਼ਹੀਦ ਸੀਗਾ, ਸੋ ਹੁਣ ਤੁਸੀਂ ਦੱਸੋ ਵੀ ਨੱਥੂ ਰਾਮ ਗੌਡਸੇ ਜਿਹੜਾ ਹੈ ਉਹਨਾਂ ਦੇ ਕਾਗਜ਼ਾਂ ਸ਼ਹੀਦ ਸੀਗਾ, ਤੇ ਫਿਰ ਅੱਤਵਾਦੀ ਕੌਣ ਹੋਇਆ, ਵੱਖਵਾਦੀ ਕੌਣ ਹੋਇਆ, ਤੇ ਫਿਰ ਉਹ ਤੋਂ ਬਾਅਦ ਖੁਦ ਜਿਸ ਬੰਦੇ ਨੇ ਜਿਹੜਾ ਏਡਾ ਵੱਡਾ ਜਿਹੜਾ ਸਿੱਖ ਨਸਲਕੁਸ਼ੀ ਦਾ ਦੋਸ਼ੀ ਸੀਗਾ ਉਹਨੂੰ ਖੁਦ ਜਿਹੜਾ ਆ ਜੀ ਤਾਮਿਲਾਂ ਨੇ ਆਪਣਾ ਬਦਲਾ ਲਿਆ, ਕਿਉਂਕਿ ਉੱਥੇ ਜਿਹੜੀ ਕਹਿ ਲਓ ਵੀ ਪੀਸ ਆਰਮੀ ਭੇਜੀ ਸੀ ਇਹਨੇ, ਉਸ ਪੀਸ ਆਰਮੀ ਨੇ ਸ਼੍ਰੀਲੰਕਾ ਦੇ ਵਿੱਚ ਇੰਨਾ ਘਟਾਣ ਕੀਤਾ, ਬਿਲਕੁਲ ਜੀ, ਕਿਉਂਕਿ ਉਸ ਚੀਜ਼ ਦਾ ਬਦਲਾ ਜਿਹੜਾ ਆ ਉਹ ਉਹਨਾਂ ਨੇ ਜਿਹੜੇ ਲਿਟੇ ਸੀਗੇ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ ਉਹਨਾਂ ਤੋਂ, ਪਰ ਉਦੋਂ ਵੀ ਵਾਕਿਆ ਹੀ ਕੋਈ ਵੀ ਗੱਲ ਜਿਹੜੀ ਆ ਜਿਹੜੀ ਆ ਕੋਈ ਟਸ ਤੋਂ ਮਸ ਨਹੀਂ ਹੋਇਆ ਕਿਸੇ ਦੇ ਉੱਤੇ, ਇੱਕ ਕਿਸੇ ਦੇ ਉੱਤੇ ਇੱਕ ਇੱਦਾਂ ਦੀ ਖਰੋਚ ਤੱਕ ਨਹੀਂ ਆਈ ਕੋਈ ਕਿਸੇ ਨੂੰ ਕਹਿ ਗਿਆ, ਕਿਉਂਕਿ ਉਸ ਵੇਲੇ ਪੁੱਛੇ ਬਈ ਬੜੇ ਦਰਖਤ ਦਾ ਤੂੰ ਵੀ ਹਿੱਸਾ ਹੀ ਸੀ, ਤੇਰੇ ਡਿੱਗਣ ਦੇ ਨਾਲ ਤਾਂ ਕੋਈ ਜਿਹੜਾ ਕੋਈ ਫਰਕ ਨਹੀਂ ਪਿਆ, ਉਹਦਾ ਦਰਖਤ ਡਿੱਗਿਆ ਵੀ ਨਹੀਂ, ਹੋਰ ਹੀ ਕੋਈ ਉੱਪਰ ਹੀ ਚਲਾ ਗਿਆ। ਹਾਂਜੀ ਚਲੋ, ਫਿਰ ਹੁਣ ਜੇ ਹੁਣ 34 ਸਾਲਾਂ ਬਾਅਦ ਉਮਰ ਕੈਦ ਦੀ ਸਜ਼ਾ ਹੋਈ ਆ, ਮੈਨੂੰ ਇੱਕ ਉਮਰ ਰਹਿ ਕਿੰਨੀ ਗਈ, ਮੈਨੂੰ ਇੱਕ ਨਹੀਂ ਚਲੋ ਉਹ ਵੀ ਛੱਡੋ, ਮੈਨੂੰ ਹਾਸਾ ਇਹ ਆਉਂਦਾ ਕਿ ਸੁਖਬੀਰ ਬਾਦਲ ਬਿਆਨ ਦੇ ਰਿਹਾ ਆ ਕਿ ਮੈਂ ਹੁਣ ਸੱਜਣ ਕੁਮਾਰ ਨੂੰ ਸਜ਼ਾ ਦਵਾਤੀ ਆ, ਇਹ ਤੋਂ ਬਾਅਦ ਹੁਣ ਮੈਂ ਜਗਦੀਸ਼ ਟਾਈਟਲ ਨੂੰ ਸਜ਼ਾ ਦਵਾਵਾਂਗਾ। ਅੱਛਾ, ਦੇਖੋ ਬਿਆਨ ਕਿਹੜੇ ਬੰਦੇ ਤੁਸੀਂ ਬਿਆਨ ਦੇ ਰਹੇ ਹੋ, ਤੁਹਾਡੀਆਂ ਕਿਹਨਾਂ ਲੋਕਾਂ ਦੇ ਨਾਲ ਆ, ਸਾਰਾ ਜੱਗ ਜਾਣਦਾ ਆ, ਤੁਹਾਡੀਆਂ ਸਰਕਾਰਾਂ ਪਹਿਲੀ ਵਾਰੀ ਨਹੀਂ ਆਈਆਂ, ਸੋ ਤੁਹਾਡੇ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਕਿ ਤੁਹਾਡੀ ਜਿਹੜੀ ਆ BJP ਦੀ ਸਰਕਾਰ, ਜੇ ਇਨਸਾਫ਼ ਦਿਵਾਉਣਾ ਸੀ ਜਦੋਂ ਪਹਿਲੀ ਵਾਰੀ BJP ਦੀ ਸਰਕਾਰ ਜਿੱਤ ਕੇ ਆਈ ਸੀ, ਜਦੋਂ ਪਹਿਲੀ ਵਾਰੀ ਜਿਹੜਾ ਬਣਿਆ ਸਾ ਵਾਜਪਾਈ, ਕਿਉਂਕਿ ਵਾਜਪਾਈ ਹੁਣੀ ਕਿੱਦਾਂ ਕਰ ਸਕਦੇ ਤੇ, ਵਾਜਪਾਈ ਹੁਣੀ ਤਾਂ ਆਪਣੀਆਂ ਬੁੱਕਾਂ ਦੇ ਵਿੱਚ ਲੈ ਕੇ ਗਏ ਆ ਕਿ ਅਸੀਂ ਜਿਹੜਾ ਆ ਇੰਦਰਾ ਗਾਂਧੀ ਨੂੰ ਕਿਹਾ ਸੀਗਾ ਦਰਬਾਰ ਸਾਹਿਬ 'ਤੇ ਅਟੈਕ ਕਰਨ ਦੇ ਆਪ ਕਿਹਾ ਜੀ, ਵਾਜਪਾਈ ਨੇ ਆਪ ਲਿਖਿਆ ਵਾ, ਵਾਜਪਾਈ ਨੇ ਲਿਖਿਆ, ਅਡਵਾਨੀ ਨੇ ਵੀ ਲਿਖਿਆ, ਅਡਵਾਨੀ ਨੇ ਵੀ ਲਿਖਿਆ, ਮਾਈ ਕੰਟਰੀ ਮਾਈ ਲਾਈਫ, ਮਾਈ ਕੰਟਰੀ ਮਾਈ ਲਾਈਫ ਵਿੱਚ ਸਾਰਾ ਕੁਝ ਲਿਖਿਆ ਬਈ, ਅਸੀਂ ਕਹਿਣ ਵਾਲੇ ਆ ਕਰੋ ਕਰਨ ਵਾਲੇ ਆ। ਹਾਂਜੀ, ਉਹ ਇਹਦਾ ਮਤਲਬ ਕਿ ਬੈਕ ਐਂਡ ਤੇ ਹਜੇ ਵੀ RSS ਖੜੀ ਆ, ਬਿਲਕੁਲ ਹਰੇਕ ਦੇ, ਬਿਲਕੁਲ, ਭਾਵੇਂ ਕਾਂਗਰਸੀ ਹੋਵੇ ਤੇ ਭਾਵੇਂ BJP ਹੋਵੇ। ਹਾਂਜੀ, ਤੇ ਫਿਰ ਇਹ ਚੋਰੀ ਚੁੱਕ ਸਾਡੇ ਬਾਦਲ ਸਾਹਿਬ, ਇਹ ਹਜੇ ਵੀ ਨਹੀਂ ਸਮਝ ਆ ਰਹੇ, ਪਤਾ ਨਹੀਂ ਤੁਹਾਨੂੰ ਦੱਸਿਆ ਵੀ ਪੰਥ ਦੀਆਂ ਵੋਟਾਂ ਲੈਣ ਨੂੰ ਮੂਹਰੇ ਹੋ ਜਾਂਦੇ, ਮੂਹਰੇ ਹੋ ਜਾਂਦੇ ਆ, ਰਾਈਟ, ਤੁਸੀਂ ਪੰਥ ਖਤਰੇ 'ਚ, ਜੁੱਤੀਆਂ ਦਾ ਟੋਕਰਾ ਤੁਸੀਂ ਸਿਰ ਦੇ ਉੱਤੇ ਰੱਖ ਕੇ ਜਿਹੜੀ ਆ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਆ ਗਏ ਸੀਗੇ, ਤੁਸੀਂ ਦਿੱਲੀ ਦਰਬਾਰ ਜਾ ਕੇ ਮਾਫੀਆਂ ਮੰਗ ਮੰਗ ਕੇ ਆਪਣੇ ਆਪ ਨੂੰ ਤੁਸੀਂ ਫਿਰ ਬਹਾਲ ਕਰਾਇਆ, ਮੰਤਰੀ ਫਿਰ ਤੁਸੀਂ ਉਸੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਆ, ਤੁਸੀਂ ਉਸੇ ਸੰਵਿਧਾਨ ਦੇ ਵਿੱਚ ਅੱਜ ਨਿਸ਼ਠਾ ਦਿਖਾਉਂਦੇ ਆ, ਪਤਾ ਨਹੀਂ ਇਹ ਜਿਹੜੇ ਇਹ ਪੋਲੀਟੀਕਲ ਲੋਕ ਹੁੰਦੇ ਨਾ ਇਹਨਾਂ ਦਾ। ਫਿਰ ਸਭ ਤੋਂ ਵੱਡੀ ਇਹ ਗੱਲ ਆ ਕਿ ਆਪਣੇ ਆਪ ਨੂੰ ਦਸਮ ਪਾਤਸ਼ਾਹ ਦੇ ਪਰਿਵਾਰ ਦੇ ਨਾਲ ਜੋੜ ਲੈਣਾ ਤਾਂ ਬੜੀ ਆਸਾਨੀ ਦੇ ਨਾਲ ਕੰਮ ਕਰ ਜਾਂਦੇ ਕੈਪਟਨ ਸਾਹਿਬ। ਹੁਣ ਕੈਪਟਨ ਦੇ ਮੂੰਹ ਦੇ ਵਿੱਚੋਂ ਸੱਜਣ ਕੁਮਾਰ ਦੇ ਲਈ ਦੋ ਸ਼ਬਦ ਨਹੀਂ ਨਿਕਲ ਸਕੇ, ਦੋ ਗੱਲਾਂ ਨਹੀਂ ਉਹ ਬੰਦਾ ਕਹਿ ਸਕਿਆ। ਔਰ ਦੂਜੀ ਗੱਲ, ਬਿਆਨ ਇਹ ਦੇ ਦਿੱਤਾ ਆ ਵੀ ਜਿਹੜਾ ਪਾਕਿਸਤਾਨ ਵੱਲੋਂ ਕੋਰੀਡੋਰ ਬਣਾਇਆ ਜਾ ਰਿਹਾ, ਉਹ ਬਿਆਨ ਬੜਾ ਬੜਾ ਘਟੀਆ ਬਿਆਨ ਦਿੱਤਾ ਕੈਪਟਨ ਨੇ, ਕਹਿੰਦਾ ਉਹ ਕਿ ਇਹ ਇਸ ਗੱਲ ਕਰਕੇ ਬਿਆਨ ਦਿੱਤਾ, ਇਹ ਕੀਤਾ ਕਿ ਪੰਜਾਬ ਦਾ ਜਿਹੜਾ ਜਿਹੜਾ ਨੌਜਵਾਨ ਆ, ਭਟਕਿਆ ਨੌਜਵਾਨ ਆ, ਉਹ ਦਹਿਸ਼ਤਗਰਦੀ ਦੇ ਰਾਹ ਤੇ ਤੁਰ ਪਵੇ। ਸੋ 2020 ਦੇ ਵਿੱਚ ਜਿਹੜਾ ਖਾਲਿਸਤਾਨ ਦਾ ਮੁੱਦਾ ਆ ਉਹਦੇ ਵਿੱਚ ਸਹਿਯੋਗ, ਦੇਖੋ ਕਿੱਡੀ
ਔਰ ਇਹ ਕਲੰਕਿਤ ਬਿਆਨ ਜਿਹੜਾ ਦਿੱਤਾ ਆ ਇਹ ਕਿਤੇ ਨਾ ਕਿਤੇ ਉਹਨਾਂ ਦੇ ਖਾਤੇ ਦੇ ਵਿੱਚ ਹਮੇਸ਼ਾ ਲਈ ਲਿਖਿਆ ਰਹਿਣਾ ਇਹ। ਕੈਪਟਨ ਸਾਹਿਬ ਮੈਂ ਤੁਹਾਨੂੰ ਗੱਲ ਦੱਸਵਾਂ, ਜਿਹਨਾਂ ਨੂੰ ਤੁਸੀਂ ਕਹਿ ਰਹੇ ਹੋ ਨਾ ਵੀ ਸਾਡੀ ਜਵਾਨੀ ਭਟਕ ਰਹੀ ਆ ਜਾਂ ਵੀਹ ਵੀਹ ਵਾਲੇ ਰੈਫਰੈਂਡਮ ਵਾਲੇ ਪਾਸੇ ਜਾ ਰਹੇ ਆ ਜਾਂ ਖਾੜਕੂਵਾਦ ਵੱਲ ਜਾ ਰਹੇ, ਹਜੇ ਗਏ ਨੀ, ਲੇਕਿਨ ਤੁਹਾਨੂੰ ਜਿਤਾਇਆ ਵੀ ਇਹਨਾਂ ਨੇ ਹੀ ਆ। ਬਿਲਕੁਲ ਬਿਲਕੁਲ ਜੀ, ਤੁਸੀਂ ਜਿੱਤੇ ਹੋ ਇਹਨਾਂ ਕਰਕੇ ਜਿੱਤੇ, ਇਹਨਾਂ ਦੀ ਵੋਟਾਂ ਕਰਕੇ ਜਿੱਤੇ ਹੋ, ਇਹ ਮਾੜਾ ਜਿਹਾ ਧਿਆਨ ਰੱਖੋ, ਕੋਈ ਗੱਲ ਕਹਿਣ ਤੋਂ ਪਹਿਲਾਂ ਉਹਨੂੰ ਐਨਾਲਾਈਜ਼ ਕਰੋ। ਸੁਖਬੀਰ ਬਾਦਲ ਸਾਹਿਬ ਤੁਸੀਂ ਮਾੜਾ ਜਿਹਾ ਇਹਨੂੰ ਪੱਲਾ ਛੱਡ ਕੇ ਕੌਮ ਦੇ ਥੋੜੇ ਕੰਮ ਬਾਰੇ ਸਵਾਰੋ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੀ ਨਾਂ, ਆਪਣਾ ਪੇ, ਆਪਣਾ ਦੀਨ, ਆਪਣਾ ਸਭ ਕੁਛ ਸਮਝਦੇ ਆ, ਇਸ ਕਰਕੇ ਇਹ ਸਿੱਖੀ ਦੇ ਨੇੜੇ ਨਹੀਂ ਜਾਂਦੇ, ਕਿਉਂਕਿ ਇਹਨਾਂ ਲਈ ਸਭ ਕੁਛ ਜੋ ਕੁਛ ਹੈ ਕਾਂਗਰਸ ਹੈ। ਜਮੀਰ ਮਰੀ ਹੋਗੀ ਆ, ਵੱਡੀ ਸਾਬਕਾ ਜੈਲ ਚੋ ਵੀ ਮਿਲਦੀ ਆ, ਜਿਹਨੂੰ ਕਿ ਪਾਲਿਆ ਗੁਰਦੁਆਰੇ ਨੇ, ਬਿਲਕੁਲ ਗਿਆਨ ਸਿੰਘ ਜੀ ਉਸ ਤੋਂ ਬਿਨਾਂ ਵੀ ਬਹੁਤ ਨੇ। ਬੂਟਾ ਸਿੰਘ ਸਾਡੇ ਹੋਮ ਮਿਨਿਸਟਰ ਰਹੇ ਆ, ਉਹਨਾਂ ਨੇ ਕੁਛ ਨੀ ਕੀਤਾ। ਕਿਉਂਕਿ ਫਗਵਾੜੇ ਜਮੀਰ ਜਿਹੜੀ ਆ ਨਾ ਉਹ ਹੋਰ ਕੋਈ ਗੱਲ ਕਰੇ ਨੀ ਸਕਦੇ। ਅੱਜ ਵੀ ਮੈਂ ਦੋ ਚੈਨਲਾਂ ਤੇ ਦੇਖਦਾ ਸੀਗਾ, ਇੱਕ ਬੜਾ ਸਾਡਾ ਭੁੱਖ ਗਿਆ ਸਰਦਾਰ ਮਟਾ ਰਿਹਾ ਸੀਗਾ ਕਾਂਗਰਸ ਦਾ, ਮਸਲੇ ਦੇ ਲਈ ਪਾਰਲੀਮੈਂਟ ਦੇ ਵਿੱਚ ਮਾਫ਼ੀ ਮੰਗੀ ਗਈ। ਮਾਫ਼ੀ ਕੀ ਤੋਂ ਮੰਗਾਈ? ਸਿੱਖ ਤੋਂ, ਸਿੱਖ ਤੋਂ। ਔਰ ਕਿੱਡੀ ਵੱਡੀ, ਮੈਂ ਕਹਿੰਦਾ ਬਈ ਦੇਖੋ, ਮੈਂ ਬੜੀ ਮੇਰੀ ਬੜੀ ਰਿਸਪੈਕਟ ਆ ਮਨਮੋਹਨ ਸਿੰਘ ਉਹਨਾਂ ਦੇ ਲਈ। ਸੋ ਉਹਨਾਂ ਵਰਗਾ ਅਰਥ ਸ਼ਾਸਤਰੀ ਜਿਹੜਾ ਦੁਨੀਆਂ ਦੇ ਵਿੱਚ ਨਹੀਂ ਹੋ ਸਕਦਾ, ਪਰ ਉਹ ਪੋਲੀਟੀਸ਼ੀਅਨ ਨਹੀਂ ਹੈਗੇ, ਪਰ ਕਿਤੇ ਨਾ ਕਿਤੇ ਜੇ ਉਹ ਪੜ੍ਹੇ ਲਿਖੇ ਤਾਂ ਹੈ ਸੀ। ਸੋ ਉਹਨਾਂ ਨੂੰ ਇਸ ਚੀਜ਼ ਨੂੰ ਕੰਡੈਮ ਕਰਨਾ ਚਾਹੀਦਾ ਸੀ। ਉਹ ਉਸ ਵੇਲੇ ਪਾਰਟੀ ਪ੍ਰਧਾਨ ਨਹੀਂ ਸੀ, ਸੋ ਪਾਰਟੀ ਪ੍ਰਧਾਨ ਨੂੰ ਜਿਹੜੀ ਮਾਫ਼ੀ ਆ ਜਿਹੜੀ ਉਹ ਮੰਗਣੀ ਚਾਹੀਦੀ ਸੀ। ਸੋ ਪਾਰਟੀ ਪ੍ਰਧਾਨ ਜਿਹੜੇ ਉਹ ਅੱਗੇ ਆ ਕੇ, ਉਸ ਵੇਲੇ ਸੋਨੀਆ ਗਾਂਧੀ ਪਾਰਟੀ ਪ੍ਰਧਾਨ ਸੀ, ਉਸ ਫੈਮਿਲੀ ਨਾਲ ਰਿਲੇਟਡ ਸੀ, ਸੋਨੀਆ ਗਾਂਧੀ ਨੂੰ ਆ ਕੇ ਮਾਫ਼ੀ ਮੰਗਣੀ ਚਾਹੀਦੀ। ਦੇਖੋ ਹੋਇਆ, ਅਬ ਚਲੋ ਕਾਲ ਲੈਣੇ ਪਹਿਲਾਂ ਜੀ। ਗਿਆਨ ਸਿੰਘ ਜੀ ਸਤਿ ਸ਼੍ਰੀ ਅਕਾਲ ਅਗੇਨ। ਕਿਉਂਕਿ ਇਹਨਾਂ ਕੋਲ ਸ਼ਡਿਊਲ ਕਾਸਟ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਬੰਦਾ ਹੈ ਨਾ। ਹਾਂਜੀ, ਬੂਟਾ ਸਿੰਘ ਦਾ ਜਿਹੜਾ ਪਿਤਾ ਜੀ ਸੀਗੇ ਉਹ ਬੰਗਲਾਦੇਸ਼ ਦੇ ਹੁੰਦੇ ਸੀ ਸੈਕਲਾਂ ਤੇ ਰੱਖ ਕੇ। ਬਿਲਕੁਲ ਬਿਲਕੁਲ ਜੀ, ਕਿਤੇ ਤੁਹਾਨੂੰ ਮੈਂ ਕਵਿਤਾ ਵੀ ਸੁਣਾ ਦੂਗਾ। ਪੁੱਟ ਤੇ ਲਾਏ ਹੋਏ ਬੂਟੇ ਬੀਬੀ ਇੰਦਰਾ ਦੇ, ਉਹ ਵੀ ਬਗੀਚੀ ਖਾਲੀ। ਕੱਲ੍ਹ ਲਾਵਾਂਗੇ ਜੀ ਕਵਿਤਾ ਦਾ। ਹਾਂਜੀ, ਕੱਲ੍ਹ ਨੂੰ ਲਾਵਾਂਗੇ ਜੀ, ਕੱਲ੍ਹ ਨੂੰ ਬਾਤਾਂ ਵਾਲੇ ਪ੍ਰੋਗਰਾਮ ਵਿੱਚ ਸੁਣਾਵਾਂਗੇ ਕਵਿਤਾ ਵਾ। ਕੱਲ੍ਹ ਨੂੰ ਹੋਰ ਬਹੁਤ ਹੀ ਸੰਜੀਦਾ ਮਸਲੇ ਤੇ ਗੱਲ ਕਰਨੀ ਆ, ਪਰ ਆਪਾਂ ਇਹਦੀ ਪਹਿਲਾਂ ਵਾਈਂਡ ਅਪ ਕਰ ਲਈਏ ਪਹਿਲਾਂ। ਬਿਲਕੁਲ ਜੀ, ਕਿਉਂਕਿ ਹੁਣ ਮਾਫ਼ੀ ਜਿਹੜੀ ਆ ਉਹ ਮੰਗਣੀ ਚਾਹੀਦੀ ਸੀਗੀ ਪਾਰਟੀ ਪ੍ਰਧਾਨ ਨੂੰ। ਮਾਫ਼ੀ ਕੀ ਤੋਂ ਮੰਗਾਈ? ਸਰਦਾਰ ਮਨਮੋਹਨ ਸਿੰਘ ਹੋਣਾ ਤੋਂ, ਤੇ ਉਹਨੀ ਵੀ ਬੜੇ ਸੋਹਣੇ ਉੱਠ ਕੇ ਤੇ ਮਾਫ਼ੀ ਮੰਗ ਲਈ। ਹੁਣ ਡਿਬੇਟਾਂ ਚੱਲ ਰਹੀਆਂ ਆ,
ਹੁਣ ਉੱਥੇ ਪਵਨ ਖੇੜਾ ਆਵੇ, ਫਲਾਨਾ ਕੋਈ ਆਵੇ, ਰਸਤੋਗੀ ਆਵੇ ਕੋਈ, ਉੱਥੇ ਸ਼ਾਇਦ ਦੁੱਖ ਘੱਟ ਲੱਗੇ। ਹਾਂਜੀ ਹਾਂਜੀ। ਉੱਥੇ ਹੁਣ ਤੁਸੀਂ ਇਹ ਦੇਖੋ, ਮੈਨੂੰ ਤਾਂ ਇਹੋ ਜਾਪਦਾ ਵੀ ਜਿਹੜੇ ਜਿਹੜਾ ਹੁਣ ਉੱਥੇ ਨਾ ਮੋਦੀ ਦੇ ਰਾਜ ਦੇ ਵਿੱਚ ਜਿਹੜਾ ਮੀਡੀਆ ਨੂੰ ਗੋਦੀ ਮੀਡੀਆ ਕਹਿਣ ਲੱਗ ਪਿਆ, ਹੁਣ ਗੋਦੀ ਮੀਡੀਆ ਦਾ ਜਿਹੜਾ ਕੰਮ ਆ ਉਹ ਇੱਕ ਕਹਿ ਲਓ ਵੀ ਉਹ ਜਿਹੜੀ ਕੋਠੇ ਦੇ ਉੱਤੇ ਨੱਚਦੀ ਹੁੰਦੀ ਹੈ ਨਾ, ਉਹਨਾਂ ਦੇ ਨਾਲੋਂ ਵੀ ਜਿਹੜਾ ਆ ਉਹ ਉਹਨਾਂ ਨੇ ਆਪਣੇ ਲੈਵਲ ਨੂੰ ਜਿਹੜਾ ਆ ਉਹ ਥੱਲੇ ਸਿੱਟ ਲਿਆ ਉਸ ਮੀਡੀਏ ਨੇ। ਤੁਸੀਂ ਦੇਖੋ, ਮੇਰਾ ਬੱਸ ਨਹੀਂ ਸੀ ਚੱਲਦਾ, ਮੇਰਾ ਹੁਣ ਦਿਲ ਕਰਦਾ ਵੀ ਮੈਂ ਕੋਈ ਇੱਦਾਂ ਦਾ ਨਾ ਕੋਈ ਚਲਾਵਾਂ, ਕੋਈ ਕੋਈ ਆਰਟੀਕਲ ਚਲਾਵਾਂ, ਕੋਈ ਸੋਸ਼ਲ ਮੀਡੀਏ ਦੇ ਉੱਤੇ ਚਲਾਵਾਂ ਵੀ ਤੁਸੀਂ ਜਿਹੜਾ ਇਹ ਏਡਾ ਕਿ ਲੋਕਾਂ ਨੂੰ ਤੁਸੀਂ ਬੇਵਕੂਫ ਹਾਂ, ਟੈਕਨੋਲੋਜੀ ਏਡੀ ਐਡਵਾਂਸ ਹੋ ਗਈ ਆ, ਦੁਨੀਆਂ ਚੰਦ 'ਤੇ ਪਹੁੰਚ ਗਈ ਆ, ਵੀਡੀਓ ਕਾਨਫਰੰਸਾਂ ਦੇ ਨਾਲ ਤੁਸੀਂ ਬੰਦੇ ਕਨੈਕਟ ਕਰ ਲੈਂਦੇ ਆ, ਤੁਸੀਂ ਦੁਨੀਆਂ ਸਾਰੀ 'ਚ ਬੈਠੇ ਸਕਾਈਪ ਥਰੂ ਸਾਰਿਆਂ ਨੂੰ ਪਤਾ ਨਹੀਂ ਦੁਨੀਆਂ ਦੇ ਕੋਨੇ ਕੋਨੇ 'ਚੋਂ ਕਨੈਕਟ ਕਰ ਲੈਂਦੇ ਆ, ਪਰ ਜਦੋਂ ਕੁੱਕੜ ਛਿੱਤਰ ਖੇਡ ਖੇਡੀ ਜਾਂਦੀ ਆ, ਰਾਈਟ, ਕੁੱਕੜ ਖੇਡ ਖੇਡੀ ਜਾਂਦੀ ਆ, ਉੱਥੇ ਇੱਕ ਦੂਜੇ ਦੇ ਵਾਲ ਪੱਟੇ ਜਾਂਦੇ ਆ, ਤੁਹਾਡੇ ਕੋਲੋਂ ਇੱਕ ਦੂਜੇ ਦੀ ਵੋਲੀਅਮ ਜਿਹੜੀ ਆ ਉਹ ਬੰਦ ਨਹੀਂ ਹੁੰਦੀ, ਕਿਉਂਕਿ ਹਾਂ ਤੁਸੀਂ ਨਾ ਉਹਦੀ ਗੱਲ ਸੁਣ ਦਿੰਦੇ ਨਾ ਉਹਦੀ, ਇਹ ਚੀਜ਼ ਦੀ ਜਿਹੜੀ ਗੱਲਬਾਤ ਟੀ ਆਰ ਪੀ ਆ। ਔਰ ਮੈਂ ਕਹਿੰਦਾ ਬਈ ਕਿੱਡੇ ਅਸੀਂ ਮੂਰਖ ਲੋਕ ਹੁੰਦੇ ਹਾਂ ਜਿਹੜਾ ਮੂਹਰੇ ਬੈਠ ਕੇ ਅੱਜ ਤੱਕ ਕਿਸੇ ਡਿਬੇਟ ਦਾ ਕੋਈ ਕਨਕਲੂਜ਼ਨ ਕੱਢਿਆ, ਕੋਈ ਕਨਕਲੂਜ਼ਨ ਨਹੀਂ ਕੱਢਿਆ। ਔਰ ਮੈਨੂੰ ਕਹਿੰਦਿਆਂ ਨੂੰ ਵੀ ਇੱਥੇ ਮਹਿਸੂਸ ਹੁੰਦਾ ਬਈ ਅੰਜਨਾ ਓਮ ਕੈਸ਼ਪ ਜਿਹੜੀ ਆ ਉਹ ਅੱਜ ਤੱਕ ਦੀ ਬੜੀ ਪਹੁੰਚੀ, ਉਹ ਆਪਣੇ ਆਪ ਨੂੰ ਪੱਤਰਕਾਰ ਕਹਿੰਦੀ ਆ, ਰਾਈਟ, ਉਹਦੀ ਸ਼ਕਲ ਦੇ ਉੱਤੇ ਲਿਖਿਆ ਆ ਬਈ ਕਿੰਨਾ ਉਹਦੇ ਅੰਦਰ ਐਟੀਟਿਊਡ ਆ, ਔਰ ਉਹਦੀ ਕਿੰਨੀ ਉਹਦੀ ਸ਼ਕਲ ਤੇ ਲਿਖਿਆ ਆ ਬਈ ਇਹ ਕਿਹੜੀ ਬੋਲੀ ਬੋਲਦੀ ਆ। ਔਰ ਤੁਸੀਂ ਜਦੋਂ ਸਰਵੋਤਮ ਐਂਕਰ ਦਾ ਜਾਂ ਸਰਵੋਤਮ ਨਿਊਜ਼ ਐਂਕਰ ਦਾ ਅਵਾਰਡ ਫੜਦੇ ਆ, ਅੰਦਰ ਤੁਹਾਡੀ ਅੰਤਰਾਤਮਾ ਤਾਂ ਕਹਿੰਦੀ ਆ ਵੀ ਤੁਸੀਂ ਕਰ ਕੀ ਰਹੇ ਹੋ, ਤੁਸੀਂ ਕਿਹੜੀ ਮੱਲ ਮਾਰੀ ਆ ਜਿਹੜੀ ਹੈ ਤੁਹਾਡੇ ਕੋਲੋਂ। ਇੱਥੇ ਡਿਬੇਟਾਂ ਹੁੰਦੀਆਂ ਆ 30 ਸਕਿੰਟ ਦੀ, ਅਸੀਂ ਡਿਬੇਟ ਕੀਤੀ ਖੁਦ ਇੰਡੋ ਕੈਨੇਡੀਅਨ ਮੀਡੀਆ ਕਲੱਬ ਨੇ ਡਿਬੇਟ ਕੀਤੀ ਆ, 30 ਸਕਿੰਟ ਤੋਂ ਵੱਧ ਦਾ ਟਾਈਮ ਨਹੀਂ ਦਿੱਤਾ, ਦੂਜਾ ਬੰਦਾ ਵਿੱਚ ਨਹੀਂ ਬੋਲਿਆ, ਕਿੱਦਾਂ ਦੂਜਾ ਬੰਦਾ ਵਿੱਚ ਬੋਲ ਦੇਵੇ, ਤੁਹਾਡੇ ਕੋਲ ਸਾਰਾ ਕੰਟਰੋਲ ਹੈ, ਤੁਸੀਂ ਬੰਦ ਨਹੀਂ ਕਰ ਸਕਦੇ। ਔਰ ਕਿੱਡੀ ਹੁਣ ਜਿਹੜੀ ਆ ਨਮੋਸ਼ੀ ਦੀ ਗੱਲ ਆ ਕਿ ਕਾਂਗਰਸ ਵੱਲੋਂ ਜਿਹੜੇ ਪ੍ਰਵਕਤਾ ਆ ਜਿਹੜੇ ਆ ਰਹੇ ਆ ਡਿਬੇਟ ਦੇ ਵਿੱਚ, ਉਹ ਸਾਰੇ ਸਰਦਾਰ ਆ, ਉਹ ਸਰਦਾਰਾਂ ਨੂੰ ਜਾਣ ਕੇ ਔਰ ਉਹਨਾਂ ਲੋਕਾਂ ਨੂੰ ਅੱਜ ਮੈਂ ਬਹੁਤ ਖੁਸ਼ ਹੋਇਆ, ਮੇਰਾ ਮਨ ਬਹੁਤ ਖੁਸ਼ ਹੋਇਆ। ਇੱਕ ਸਿੰਘ ਸਾਹਿਬ ਸੀ, ਸੇ ਦੋ ਬੀਬੀਆਂ ਸੀਗੇ ਜਿਹੜੇ ਦਿੱਲੀ ਕਤਲੇਆਮ ਦੇ ਜਿਹੜੇ ਵਿਕਟਮ ਸੀਗੇ, ਜਿਹਨਾਂ ਦੇ ਉੱਤੇ ਜਿਹਨਾਂ ਦੇ ਪਰਿਵਾਰਾਂ ਦੇ ਉੱਤੇ ਹੋਇਆ। ਸਤਨਾਮ ਸਿੰਘ ਜੀ, ਤੁਸੀਂ ਯਕੀਨ ਕਰਿਓ, ਉਹਨਾਂ ਨੇ ਗਾਲ ਹੀ ਨਹੀਂ ਇੱਕ ਕੱਢੀ, ਗਾਲ ਕੱਢਣ ਤੋਂ ਬਿਨਾਂ ਉਹਨਾਂ ਨੇ ਚਰਨ ਸਿੰਘ ਸਾਂਪਲਾ ਨੂੰ ਉਹ ਜਲੀਲ ਕੀਤਾ, ਉਹਨਾਂ ਨੇ ਪੁੱਛਿਆ ਔਰ ਗੱਲਾਂ ਨਾਲ ਜਲੀਲ ਕੀਤਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਦੇ ਹੋ ਕਹਿੰਦੇ ਹਾਂਜੀ। ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਾਸ ਰੱਖਣ ਦੇ ਨਾਤੇ ਤੁਸੀਂ ਸਾਡੇ ਭਰਾ ਹੋਏ, ਅਸੀਂ ਤੁਹਾਡੀਆਂ ਭੈਣਾਂ ਹੋਈਆਂ, ਔਰ ਤੁਸੀਂ ਸ਼ਰਮ ਕਰੋ ਕਿ ਤੁਸੀਂ ਆ ਕੇ ਸੱਜਣ ਕੁਮਾਰ ਨੂੰ ਤਾਂ ਉਸ ਪਾਰਟੀ ਨੂੰ ਇੱਥੇ ਬੈਠ ਕੇ ਬਚਾਅ ਕਰ ਰਹੇ ਹੋ ਉਸ ਪਾਰਟੀ ਦਾ, ਉਹਨਾਂ ਨੂੰ ਗੱਲ ਨਹੀਂ ਸੀ ਆਉਂਦੀ। ਮੈਨੂੰ ਨਾ ਲੱਗਦਾ ਮੰਗੇ ਵੀਰ, ਮੈਨੂੰ ਲੱਗਦਾ ਨਾ ਵੀ ਜਿਹੜਾ ਇਹਨਾਂ 35 ਸਾਲਾਂ ਵਿੱਚ ਕੁਛ ਐਸੇ ਇਹਨਾਂ ਨੇ ਸਿੱਖ ਤਿਆਰ ਕਰ ਲਏ ਆ ਜਿਹੜੇ ਕਿ ਭੇਸ ਭੂਸ਼ਾ ਉਹੀ ਆ, ਦਸਤਾਰ ਪੱਗਾਂ ਬੰਨਦੇ ਆ, ਸੋਹਣੇ ਦਿਲ ਗਾੜੇ ਰੱਖੇ ਹੋਏ ਆ, ਜਿਹੜੇ ਸਿੱਖੀ ਦੇ ਭੇਸ ਵਿੱਚ ਆਰ ਐਸ ਐਸ ਵਾਲੇ ਬੰਦੇ, ਬਿਲਕੁਲ ਜਿੱਦਾਂ ਹੁਣ ਅਮਰਿੰਦਰਜੀਤ ਸਿੰਘ ਬਿੱਟਾ ਆ, ਇਹ ਕਿਹੜੇ ਸਿੱਖ ਆ, ਕਿਹੜੇ ਸਿੱਖਾਂ ਦੇ ਵਿੱਚ ਇਹਨਾਂ ਜਿੰਦਾ ਸ਼ਹੀਦ, ਕਿਹੜੇ ਪਾਸੇ ਜਿੰਦਾ ਸ਼ਹੀਦ, ਇਹਨਾਂ ਦੀ ਤੁਸੀਂ ਗਿਣਤੀ ਜਿਹੜੀ ਆ ਕਰ ਸਕਦੇ ਆ, ਤੇ ਇਹ ਸਾਰੇ ਦੇ ਸਾਰੇ ਬਿਲਕੁਲ ਉਹ ਹੀ ਆ ਵੀ ਜਿੱਦਾਂ ਉਹ ਇੱਕ ਐਚ ਐਮ ਬੀ ਦਾ ਰਿਕਾਰਡ ਹੁੰਦਾ ਸੀਗਾ ਤੇ ਸਪੀਕਰ ਦੇ ਮੂਹਰੇ ਬੈਠ ਕੇ ਕੁੱਤਾ ਭੌਂਕਦਾ ਹੁੰਦਾ ਸੀ, ਤੇ ਇਹ ਸਾਰੇ ਉਹ ਮੈਕ ਦੇ ਮੂਹਰੇ ਭੌਂਕਣ ਵਾਲੇ ਜਿਹੜੇ ਆ ਜੀ ਇਹ ਕੁੱਤੇ ਆ, ਕਿਉਂਕਿ ਜਿਹੜਾ ਸਿੱਖ ਆ ਚਾਹੇ ਉਹ ਕਾਂਗਰਸ ਪਾਰਟੀ ਦੇ ਕਿੱਡੇ ਵੱਡੇ ਅਹੁਦੇ ਦੇ ਉੱਤੇ ਹੋਵੇ, ਉਹ ਜੇ ਸਿੱਖ ਆ ਤੇ ਉਹਦੇ ਅੰਦਰ ਹਾਂ ਦਾ ਨਾਰਾ ਜਿਹੜਾ ਆ ਉਹ ਸਿੱਖ ਪਰਿਵਾਰਾਂ ਦੇ ਲਈ ਜ਼ਰੂਰ ਹੋਊਗਾ। ਈਵਨ ਕਿ ਹੋ ਸਕਦਾ ਕਿ ਬਾਕੀ ਦੇ ਜਿਹੜੀਆਂ ਕਮਿਊਨਿਟੀਆਂ ਆ ਉਹਨਾਂ ਨੇ ਉਹ ਤੋਂ ਵੱਧ ਕੇ ਜਿਹੜਾ ਹਾਂ ਦਾ ਨਾਰਾ ਮਾਰਿਆ ਹੋਊਗਾ, ਪਰ ਜਿਹੜੇ ਇੱਦਾਂ ਦੇ ਟੁਕੜ ਬੋਲ ਸਿੱਖ ਆ, ਰਾਈਟ, ਇਹਨਾਂ ਦਾ ਕਰਕੇ ਹੀ ਜਿਹੜੀ ਆ ਸਿੱਖੀ ਦਾ ਘਾਣ ਹੁੰਦਾ। ਅਸਲ 'ਚ ਆਈਡੈਂਟੀ ਕਹਿੰਦੇ ਹੁੰਦੇ ਆ ਵੀ ਜੇ ਭੇਡ ਸ਼ੇਰ ਦੀ ਖਲ ਵਾ ਲਵੇ ਉਹ ਸ਼ੇਰ ਨਹੀਂ ਬਣ ਜਾਂਦੀ, ਜੇ ਸਾਂਪਲੇ ਵਰਗੇ ਸਿਰਾਂ ਦੇ ਉੱਤੇ ਦਸਤਾਰਾਂ ਸਜਾ ਲੈਣ ਇਹ ਸਿੱਖ ਨਹੀਂ ਬਣ ਸਕਦੇ। ਇੱਕ ਗੱਲ ਹੋਰ ਮੈਂ ਨੋਟ ਕਰਨਾ ਦੱਸਣਾ ਚਾਹੁੰਦਾ ਵਾ, ਹੁਣ ਤੁਸੀਂ ਗੱਲ ਤੁਹਾਡੀ ਭੁਲਾ ਤਾਂ ਮੈਨੂੰ ਕਰ, ਤੁਸੀਂ ਹੁਣ ਕੰਟੀਨਿਊ ਕਰ ਲਓ, ਗੱਲ ਭੁੱਲ ਗਿਆ, ਜੋਸ਼ ਜਿਹਾ ਆ ਗਿਆ ਸੀਗਾ ਤੁਹਾਡੀ ਗੱਲ ਸੁਣ ਕੇ। ਠੀਕ ਮੈਂ ਇਹ ਗੱਲ ਕਰ ਦਿੰਦਾ ਵਾ ਬਈ, ਹੁਣ ਅਸੀਂ ਇੰਨੀਆਂ ਗੱਲਾਂ ਕਰਕੇ ਅਸੀਂ ਤੁਹਾਡੇ 'ਤੇ ਗੱਲ ਛੱਡਤੀ ਹੈ ਬਈ, ਹੁਣ ਤੁਸੀਂ ਆਪਾਂ ਸੁਹਿਰਦਾਂ ਨਾਲ ਸੋਚਣਾ ਵਾ ਕਿਹੜੇ ਆਪਣੇ ਆ ਕਿਹੜੇ ਨਹੀਂ ਹੈਗੇ, ਉਹਨਾਂ ਨੂੰ ਮੂਹਰੇ ਲਿਆ ਕੇ ਇਹਨਾਂ ਨੂੰ ਪਰੇ ਕਰ ਦਿੰਦੇ ਹਾਂ। ਬਿਲਕੁਲ ਬਿਲਕੁਲ ਜੀ, ਇਹ ਆਪਾਂ ਹੁਣ ਤੁਹਾਡੇ 'ਤੇ ਛੱਡ ਦਿੰਦੇ ਹਾਂ, ਤੁਸੀਂ ਵਿਚਾਰ ਜ਼ਰੂਰ ਕਰਨਾ ਬਸ, ਸਾਡੇ 15-20 ਮਿੰਟ ਅੱਧਾ ਘੰਟਾ ਜਿਹੜਾ ਗੱਲਬਾਤ ਕੀਤੀ ਆ। ਹੁਣ ਇੱਕ ਹੋਰ ਮੈਨੂੰ ਗੱਲ ਯਾਦ ਆ ਗਈ, ਵਾਰ ਵਾਰ ਸਾਨੂੰ ਇਹ ਕਿਹਾ ਜਾਂਦਾ ਵੀ ਤੁਸੀਂ 84 ਭੁੱਲ ਜਾਓ,
ਭੁੱਲ ਜਾਓ ਤੁਸੀਂ 84 ਭੁੱਲਦੇ ਕਿਉਂ ਨਹੀਂ, ਸਾਨੂੰ ਵਾਰ ਵਾਰ ਇਹ ਕਿਹਾ ਜਾਂਦਾ। ਬਿਲਕੁਲ, ਮੈਨੂੰ ਵੀ ਬਹੁਤ ਵਾਰ ਪੁੱਛ ਲੈਂਦੇ ਆ। ਹਾਂਜੀ, ਮੈਂ ਤਾਂ ਇਹ ਪੁੱਛਦਾ ਹੁੰਦਾ ਵੀ ਕੀ ਤੁਸੀਂ 84 ਤੋਂ ਪਹਿਲਾਂ ਜਿਹੜਾ ਕੁਛ ਹੋਇਆ ਵਾ ਕੀ ਉਹ ਤੁਸੀਂ ਭੁੱਲ ਗਏ? ਭੁੱਲ ਗਏ ਹੋ, ਜਦੋਂ ਉਦੋਂ ਪਹਿਲਾਂ ਵਾਲੀਆਂ ਚੀਜ਼ਾਂ ਤੁਸੀਂ ਭੁੱਲ ਗਏ, ਜਾਂ ਤੁਸੀਂ ਹਰ ਸਾਲ ਇੰਦਰਾ ਗਾਂਧੀ ਦੀ ਸਮਾਧ ਢਾ ਦਿਓ, ਗਾਂਧੀ ਦੀ ਸਮਾਧ ਢਾ ਦਿਓ, ਗਾਂਧੀ ਜਯੰਤੀ ਮਨਾਉਣੀ ਬੰਦ ਕਰ ਦਿਓ, ਹਾਂਜੀ, ਇੰਦਰਾ ਗਾਂਧੀ ਦੀ ਸਮਾਧ ਢਾ ਦਿਓ, ਚਾਚੇ ਨਹਿਰੂ ਇਹਨਾਂ ਦੇ ਖਿਤਾਬ ਖੋਲੋ, ਰਾਈਟ, ਤੁਸੀਂ ਭੁੱਲ ਗਏ, ਇਹ ਪੋਲੀਟੀਕਲ ਬੰਦੇ ਸੀਗੇ, ਇਹਨਾਂ ਦਾ ਕਰ ਲਓ, ਅਸੀਂ ਭੁੱਲ ਜਾਂਗੇ, ਅਸੀਂ ਭੁੱਲ ਜਾਂਗੇ, ਇਹਨਾਂ ਨੂੰ ਭੁੱਲ ਕੇ ਦਿਖਾ ਲਓ, ਇਹਨਾਂ ਨੂੰ ਸੰਵਿਧਾਨ ਚੋਂ ਕੱਢ, ਸੰਵਿਧਾਨ ਨੂੰ ਦਿੱਤਾ ਕੀ ਇਹਨਾਂ ਨੇ, ਮੈਂ ਤਾਂ ਇਹ ਗੱਲ, ਬਿਲਕੁਲ ਜੀ, ਇਹ ਹੁਣ ਅਸੀਂ ਨਹੀਂ ਕਹਿ ਰਹੇ, ਇਹ ਹਿੰਦੁਸਤਾਨ ਇੰਡੀਆ ਦੀ ਜਨਤਾ ਆਪ ਆ ਕੇ ਮੂਹਰੇ ਦੱਸ ਰਹੀ ਆ। ਇੱਕ 8 ਸਾਲ ਦੀ ਕੁੜੀ ਨੇ ਕੇਸ ਕੀਤਾ ਸੀਗਾ ਵੀ ਮਹਾਤਮਾ ਗਾਂਧੀ ਨੂੰ ਮਹਾਤਮਾ ਦਾ ਟਾਈਟਲ ਦਿੱਤਾ ਕਿ ਨਹੀਂ, ਦਿੱਤਾ ਕਿ ਨਹੀਂ, ਉਹ ਨਹੀਂ ਪ੍ਰੂਫ ਹੋ ਸਕਿਆ ਅੱਜ ਤੱਕ। ਸੋ ਅਸੀਂ ਇਹ ਤੁਹਾਡੇ 'ਤੇ ਗੱਲਾਂ ਛੱਡ ਦਿੰਦੇ ਵੀ ਤੁਸੀਂ ਆਪ ਕੈਲਕੂਲੇਸ਼ਨ ਕਰੋ, ਕਿਉਂਕਿ ਅਸੀਂ ਤਾਂ ਬਹਿ ਕੇ ਸਾਨੂੰ ਸਿਰਫ ਗੱਲ ਤੁਹਾਡੇ ਤੱਕ ਪਹੁੰਚਾਉਣੀ ਆ, ਆਪਸ ਵਿੱਚ ਗੱਲ ਕਰਨ ਦਾ ਸਾਡਾ ਇਹੀ ਮੇਨ ਮਕਸਦ। ਇਹਨਾਂ ਨੂੰ ਆਪਸ ਵਿੱਚ ਲੜਾਈ ਪਈ, ਉਹ ਆ ਸਰਦਾਰ ਪਟੇਲ ਦੀ ਮੂਰਤੀ ਮੋਦੀ ਨੇ ਬਣਾ ਦਿੱਤੀ ਗੁਜਰਾਤ ਕਰਕੇ, ਤੇ ਕਾਂਗਰਸ ਵਾਲੇ ਕਹਿੰਦੇ ਆ ਵੀ ਸਰਦਾਰ ਪਟੇਲ ਜਿਹੜਾ ਆ ਉਹ ਕਾਂਗਰਸ ਦਾ ਮੇਨ ਬੰਦਾ ਸੀ, ਤੇ ਬੀਜੇਪੀ ਕਹਿੰਦੀ ਅੱਜ ਤੱਕ ਤੁਸੀਂ ਸਰਦਾਰ ਪਟੇਲ ਦਾ ਨਾਂ ਨਹੀਂ ਲਿਆ। ਇਹਨਾਂ ਨੂੰ ਆਪਸ ਵਿੱਚ ਇਹ ਨਹੀਂ ਪਤਾ ਇਹ ਕਰਦੇ ਕੀ ਆ ਕੀ ਨਹੀਂ ਕਰਦੇ। ਅਸਲ ਵਿੱਚ 3,000 ਕਰੋੜ ਆ ਨਾ ਉਹ ਵੱਢਣ ਫਿਰਦੇ ਆ ਕਿਤੇ, ਹਾਂਜੀ ਕਿਤੇ, ਸਹੀ ਗੱਲ ਆ, ਜਿੰਨਾ ਸਮਾਨ ਉਹਦਾ ਪਟੇਲ ਦੀ ਸਟੈਚੂ ਨੂੰ ਬਣਾਉਣ ਨੂੰ ਲਾਇਆ ਉਹ ਸਾਰਾ ਮੇਡ ਇਨ ਚਾਈਨਾ ਵਾ। ਬਿਲਕੁਲ ਬਿਲਕੁਲ ਜੀ, ਜਿਹਨਾਂ ਵੱਲ 3,000 ਕਰੋੜ ਕਿੱਥੇ ਗਿਆ ਇਹ ਆਪੇ ਦੇਖ ਲਓ ਕਿੱਥੇ ਗਿਆ। ਸੋ ਇਹ ਇੱਥੇ ਅਸੀਂ ਕਲੋਜ਼ ਕਰ ਦਿੰਦੇ ਹਾਂ। ਹੁਣ ਇਹਦੇ ਨਾਲ ਦਾ ਰਲਦਾ ਮਿਲਦਾ ਵਿਸ਼ੇ 'ਤੇ ਅਸੀਂ 15 ਮਿੰਟ ਗੱਲ ਕਰਨੀ ਆ। ਇਹ ਹੈ ਕਿ ਕੰਪਨੀ ਹੈਗੀ ਹੈ ਇੱਕ ਐਮਾਜ਼ੋਨ, ਐਮਾਜ਼ੋਨ ਦੇ ਉੱਤੇ ਕੁਛ ਚੀਜ਼ਾਂ ਵੇਚੀਆਂ ਜਾ ਰਹੀਆਂ ਵਾ, ਡੋਰਮੈਟ ਕਹਿ ਲਓ ਜਾਂ ਟੋਇਲਟ ਸੀਟ ਮੈਟ ਕਹਿ ਲਓ, ਜਿਹਦੇ ਉੱਤੇ ਦਰਬਾਰ ਸਾਹਿਬ ਦੀਆਂ ਮੂਰਤੀਆਂ ਲਾਈਆਂ ਹੋਈਆਂ ਅਤੇ ਹੋਰ ਗੁਰਦੁਆਰਿਆਂ ਦੀਆਂ ਮੂਰਤੀਆਂ ਲਾ ਕੇ ਵੇਚਿਆ ਜਾਂਦਾ ਵਾ। ਹੁਣ ਦੋ ਗੱਲਾਂ ਅਸੀਂ ਇੱਕ ਹੋਰ ਕਰਨੀਆਂ ਵਾ। ਇੱਕ ਤਾਂ ਇਹ ਕਿ ਅਸੀਂ ਜਦੋਂ ਬੇਅਦਬੀ ਦੀ ਗੱਲ ਕਰਦੇ ਹਾਂ ਬਈ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਆ, ਸਿੱਖ ਕੌਮ ਮੂਰਤੀਆਂ 'ਚ ਮੰਨਦੀ ਨਹੀਂ, ਪਹਿਲਾਂ ਤਾਂ ਗੱਲ ਆਪਾਂ ਹੁਣ ਭੂਮਿਕਾ ਜੀ ਨਹੀਂ, ਦਰਬਾਰ ਸਾਹਿਬ ਦੀ ਜਿਹੜੀ ਦਰਬਾਰ ਸਾਹਿਬ ਦੇ ਜਿਹੜਾ ਸਟਰਕਚਰ ਹੈ ਉਹਦੀ ਜਿਹੜਾ ਦਰਬਾਰ ਸਾਹਿਬ ਦੀ ਫੋਟੋ ਆ ਨਾ, ਹਾਂਜੀ ਨਹੀਂ ਪਰ ਉਹਨੂੰ ਤਾਂ ਅਸੀਂ ਮੰਨਦੇ ਹਾਂ ਰਾਈਟ, ਕਿਉਂਕਿ ਅਸੀਂ ਉਸ ਕਿਉਂਕਿ ਅਸੀਂ ਉਹਨੂੰ ਨਹੀਂ ਮੰਨਦੇ, ਉਹਦੀ ਪੂਜਾ ਨਹੀਂ ਕਰਦੇ, ਪਰ ਉਹ ਸਾਡਾ ਇੱਕ ਕਲਾ ਵੀ ਸਾਡਾ ਚਿੰਨ੍ਹ ਆ ਰਾਈਟ, ਇੱਕ ਵਿਸ਼ਾ ਦੀ ਗੱਲ ਕਰ ਰਹੇ ਹਾਂ ਸਟਰਕਚਰ ਵੀ, ਆਪਾਂ ਇਹ ਇੱਕ ਪਾਸੇ ਰੱਖਦੇ ਹਾਂ ਏ ਸਾਈਡ ਆ, ਆਪਾਂ ਇਹਦੀ ਗੱਲ ਕਰਦੇ ਹਾਂ। ਬੀ ਸਾਈਡ 'ਤੇ ਗੁਰੂ ਸਾਹਿਬ ਦੀਆਂ ਮੂਰਤਾਂ ਨੂੰ ਤੁਸੀਂ ਕੈਲੰਡਰਾਂ 'ਤੇ ਲਾਉਂਦੇ ਹੋ, ਤੁਸੀਂ ਆਪਦੀਆਂ ਐਡਵਰਟਾਈਜ਼ਮੈਂਟਾਂ ਕਰਦੇ ਹੋ। ਇਹ ਮੈਨੂੰ ਅਮੈਰੀਕਾ ਤੋਂ ਫੋਨ ਆਇਆ ਸੀਗਾ ਜੀ, ਭਾਈ ਸਾਹਿਬ ਕੈਲੀਫੋਰਨੀਆ ਤੋਂ, ਉਹਨਾਂ ਨੂੰ ਦੱਸਿਆ ਸੀਗਾ ਬਈ ਜੇ ਅਗਰ ਆਪਣੇ ਗੁਰੂ ਸਾਹਿਬ ਦੀਆਂ ਮੰਨ ਲਓ ਮੂਰਤੀਆਂ ਹੈ ਵੀ ਨਹੀਂ, ਪਰ ਜਦੋਂ ਮੂਰਤੀਆਂ ਬਣ ਕੇ ਮੂਹਰੇ ਆਉਂਦੀਆਂ ਜਾਂ ਫੋਟੋਆਂ ਬਣ ਕੇ ਮੂਹਰੇ ਆਉਂਦੀਆਂ, ਸਾਡਾ ਅਕੀਦਾ ਬਣ ਜਾਂਦਾ ਵਾ, ਠੀਕ ਹੈ ਕਿ ਨਹੀਂ? ਫਿਰ ਉਹਨਾਂ ਨੂੰ ਆਪਾਂ ਕੈਲੰਡਰਾਂ ਨੂੰ ਸੁੱਟਦੇ ਹਾਂ, ਫਿਰ ਮੂੰਫਲੀਆਂ ਪਾ ਕੇ ਵੇਚਦੇ ਹਾਂ, ਕੀ ਉਹ ਬੇਅਦਬੀ ਨਹੀਂ ਹੈਗੀ? ਦੂਸਰੀ ਗੱਲ ਆ ਦਰਬਾਰ ਸਾਹਿਬ ਦੇ ਜਿਹੜੇ ਚਿੰਨ੍ਹ ਲਾ ਕੇ ਜਾਂ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਡੋਰਮੈਟ ਮੈਟ ਜਿਹੜੇ ਬਣਾ ਕੇ ਕੰਪਨੀ ਵੇਚ ਰਹੀ ਆ, ਐਮਾਜ਼ੋਨ 'ਤੇ ਵਿਕ ਰਿਹਾ ਵਾ ਲੇਕਿਨ ਬਣਾਉਣ ਵਾਲੀ ਕੰਪਨੀ ਹੋਰ ਆ, ਇਹ ਬਹੁਤ ਗਲਤ ਆ। ਪਟੀਸ਼ਨ ਚੱਲ ਰਹੀ ਆ, ਔਨਲਾਈਨ ਪਟੀਸ਼ਨ ਚੱਲ ਰਹੀ ਆ, ਆਪਾਂ ਪਟੀਸ਼ਨ ਸਾਈਨ ਕਰੀਏ ਅਤੇ ਦੱਸ ਦਈਏ ਵੀ ਤੁਸੀਂ ਕਿੰਨਾ ਗਲਤ ਕੰਮ ਕਰ ਰਹੇ ਹੋ। ਪਰ ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਕਿ ਐਮਾਜ਼ੋਨ ਜਿਹੜੀ ਆ ਉਹ ਮਲਟੀ ਬਿਲੀਅਨ ਏਅਰ ਹੁਣ ਕੰਪਨੀ ਹੋ ਗਈ ਆ, ਵੱਡੀਆਂ ਵੱਡੀਆਂ ਗੌਰਮੈਂਟਾਂ ਜਿਹੜੀਆਂ ਆ, ਬੜੀ ਵੱਡੀਆਂ ਸਟੇਟਾਂ ਜਿਹੜੀਆਂ ਆ, ਉਹਦਾ ਆਫਿਸ ਆਪਣੇ ਅੰਦਰ ਲਿਆਉਣ ਦੇ ਲਈ ਪੈਰਾਂ ਭਰ ਹੋਈਆਂ ਪਈਆਂ। ਕੀ ਉਹਨਾਂ ਦੇ ਜਿਹੜੇ ਬੰਦੇ ਜਿਹੜੇ ਉਹਨਾਂ ਦੇ ਜਿਹੜੇ ਪ੍ਰੋਗਰਾਮਰ ਸੀਈਓ ਆ, ਉਹਨਾਂ ਕੋਲ ਇੰਨੀ ਸੈਂਸ ਵੀ ਹੈ ਨਹੀਂ? ਨਹੀਂ ਜੀ, ਉਹਨਾਂ ਦਾ ਬਿਜ਼ਨਸ ਆ, ਉਹਨਾਂ ਦਾ ਪ੍ਰੋਸਪੈਕਟ ਸਿਰਫ ਬਿਜ਼ਨਸ ਆ, ਉੱਥੇ ਤੁਸੀਂ ਭਾਵੇਂ ਗਊ ਮੂਤਰ ਵੇਚ ਲਓ ਅਤੇ ਭਾਵੇਂ ਨੂਡਲਸ ਵਿੱਚ ਚੱਲੋ, ਭਾਵੇਂ ਪਤੰਜਲੀ ਦਾ ਜਿਹੜਾ ਮਰਜ਼ੀ ਸਮਾਨ ਵੇਚੀ ਚੱਲੋ, ਹੁਣ ਉੱਥੇ ਡੋਰਮੈਟ ਵੀ ਆ ਗਿਆ। ਪਿੱਛੇ ਸਮੇਂ ਵਿੱਚ ਉੱਥੇ ਗੁਰੂ ਨਾਨਕ ਸਾਹਿਬ ਦੇ ਏਕੰਕਾਰ ਲੈ ਕੇ ਚੱਪਲਾਂ ਵੇਚੀਆਂ ਗਈਆਂ, ਚੱਪਲਾਂ ਦੇ ਉੱਤੇ ਉਹ ਡਿਜ਼ਾਇਨ ਬਣਾ ਕੇ ਵੇਚੇ ਗਏ ਆ। ਪਰਦੇਸੀ ਟੀਵੀ ਦੇ ਰਾਹੀਂ ਕੋਈ ਚੀਜ਼ ਵਿਕਣੀ ਆ, ਘੱਟੋ ਘੱਟ ਪਰਦੇਸੀ ਟੀਵੀ ਉਹਦੀ ਕੋਈ ਜਾਂਚ ਪੜਤਾਲ ਤਾਂ ਪਹਿਲਾਂ ਕੋਈ ਸੈਂਪਲ ਤਾਂ ਲਊਗਾ ਹੀ, ਫੇਰ ਹੀ ਬਲਕ ਹੁਣ ਉਹ ਗਊ ਮੂਤਰ ਵਿਕ ਰਿਹਾ ਵਾ। ਹੁਣ ਜੇ ਦੱਸਿਆ ਜਾਵੇ ਕਿ ਉਹ ਕਾਓ ਦਾ ਯੂਰਿਨ ਹੁੰਦਾ ਵਾ, ਕੀ ਤੁਸੀਂ ਵੇਚ ਸਕਦੇ ਹੋ? ਲੇਕਿਨ ਉਹ ਵਿਕ ਰਿਹਾ ਵਾ, ਐਮਾਜ਼ੋਨ 'ਤੇ ਮਿਲ ਰਿਹਾ ਵਾ। ਈਵਨ ਕਿ ਪਾਥੀਆਂ ਜਿਹਨੂੰ ਅਸੀਂ ਗਾਓ ਡੰਕ ਕਹਿੰਦੇ ਹਾਂ, ਤੁਸੀਂ ਐਮਾਜ਼ੋਨ 'ਤੇ ਉਹ ਵੀ ਲੱਭ ਸਕਦੇ ਹੋ।
ਹਾਂਜੀ, ਕਿਉਂਕਿ ਐਮਾਜ਼ੋਨ ਦੇ ਉੱਤੇ ਦੁਨੀਆ ਦੀ ਹਰ ਚੀਜ਼ ਜਿਹੜੀ ਹੈ ਇਸ ਵੇਲੇ। ਹੁਣ ਐਮਾਜ਼ੋਨ ਤੇ ਦੇਖੋ, ਇਹਦਾ ਮਤਲਬ ਇਹ ਨਹੀਂ ਹੈ ਕਿ ਐਮਾਜ਼ੋਨ ਦੇ, ਪਰ ਮੈਂ ਇਹ ਗੱਲ ਕਹਿੰਦਾ ਹੁਣ ਜਦੋਂ ਮੰਨ ਲਓ ਬਈ ਐਮਾਜ਼ੋਨ ਕਹਿੰਦਾ ਬਈ ਸਾਡੇ ਥਰੂ ਤੁਸੀਂ ਪਾਥੀਆਂ ਲੈ ਲਓ, ਹੁਣ ਐਮਾਜ਼ੋਨ ਦੇ ਜਿਹੜੇ ਬੰਦੇ, ਜਿਹੜੇ ਐਮਾਜ਼ੋਨ ਐਡੀ ਵੱਡੀ ਵੱਡੀ ਫਰਮ ਹੈ ਜਿਹੜੀ ਇਹ ਬਣ ਕੇ ਬੈਠਾ ਹੈ, ਉਹਦੇ ਕੋਈ ਨਾ ਕੋਈ ਜਿਹੜਾ ਕੁਛ ਸਟਰਕਚਰ ਹੋਊਗਾ ਬਈ ਪਹਿਲਾਂ ਇੱਕ ਜਿਹੜੀ ਚੀਜ਼ ਨੂੰ ਭੇਜੋ। ਹਾਂਜੀ ਜੀ, ਸੋ ਇਹੀ ਗਲਤ ਆ ਨਾ ਫਿਰ ਇਹ ਪ੍ਰੋਡਕਟ ਨੂੰ। ਉਹ ਕਹਿੰਦੇ ਵੀ ਕਿਸੇ ਕੰਪਨੀ ਦਾ ਕੋਈ ਵੀ ਪ੍ਰੋਡਕਟ ਹੋਵੇ, ਕੰਪਨੀ ਤੁਹਾਡੀ ਰੈਪੂਟੇਟਿਡ ਹੋਵੇ, ਤੁਸੀਂ ਕੋਈ ਵੀ ਪ੍ਰੋਡਕਟ ਨੂੰ ਆਨਲਾਈਨ ਆਪ ਹੀ ਵੇਚ ਸਕਦੇ ਹੋ। ਠੀਕ ਹੈ ਜੀ, ਕਿਉਂਕਿ ਐਮਾਜ਼ੋਨ ਦਾ ਕੋਈ ਪਾਰਟਨਰਸ਼ਿਪ ਬਣਨਾ ਪੈਂਦਾ ਵਾ, ਕੋਈ ਪ੍ਰੋਗਰਾਮ ਹੁੰਦੇ ਆ, ਉਹਦੇ ਵਿੱਚ ਤੁਸੀਂ ਪਾਰਟਨਰਸ਼ਿਪ ਬਣ ਕੇ ਜੋ ਮਰਜ਼ੀ ਪ੍ਰੋਗਰਾਮ ਵੇਚ ਸਕਦੇ ਹੋ ਤੁਸੀਂ ਅੱਗੇ। ਤੇ ਫਿਰ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਤਾਂ ਸੂਹ ਤੇ ਫਿਰ ਐਮਾਜ਼ੋਨ ਹੀ ਹੋਊਗਾ। ਗੱਲ ਤਾਂ ਐਮਾਜ਼ੋਨ ਤੇ ਜਿੰਮੇ ਆ ਰਿਹਾ ਸਾਰਾ ਕੁਛ, ਬਣਾਉਣ ਵਾਲੀ ਕੰਪਨੀ ਕੋਈ ਹੋਰ ਆ ਕਿਸੇ ਨੂੰ ਜਿਹੜੀ ਹੁਣ ਜਿਹੜੀਆਂ, ਚਲੋ ਸਾਨੂੰ ਤਾਂ ਪਤਾ ਜਿਹੜੀਆਂ ਤੁਸੀਂ ਟੈਕਨੀਕਲ ਗੱਲਾਂ ਇਹ ਕਰਦੇ ਵੀ ਐਮਾਜ਼ੋਨ ਦੇ, ਆਮ ਲੋਕਾਂ ਦਾ ਇਹੀ ਪਤਾ ਵੀ ਐਮਾਜ਼ੋਨ ਵੇਚ ਰਿਹਾ। ਹਾਂ, ਕਿਉਂਕਿ ਐਮਾਜ਼ੋਨ ਤਾਂ ਇੱਕ ਜ਼ਰੀਆ ਵਾ, ਜ਼ਰੀਆ ਜਦੋਂ ਸਾਈਨ ਅਪ ਕਰਾਉਂਦੇ ਆ, ਮੈਨੂੰ ਲੱਗਦਾ ਉਹ ਲਿਖਦੇ ਆ ਬਈ ਇਸ ਪ੍ਰੋਡਕਟ ਦੀ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ, ਤੁਸੀਂ ਆਪਦੀ ਜ਼ਿੰਮੇਵਾਰੀ ਨਾਲ ਵੇਚ ਰਹੇ ਹੋ, ਕਿਉਂਕਿ ਅਸੀਂ ਤੁਹਾਨੂੰ ਇੱਕ ਸਟੋਰ ਖੋਲ ਕੇ ਦੇ ਰਹੇ ਹਾਂ ਐਮਾਜ਼ੋਨ ਤੇ, ਉਹ ਸਟੋਰ ਵਿੱਚ ਉਹ ਜੋ ਮਰਜ਼ੀ ਵੇਚ ਸਕਦੇ ਆ। ਲੇਕਿਨ ਜਿਹੜੀਆਂ ਕੰਪਨੀਆਂ ਅਪਰੂਵ ਕਰਦੀਆਂ ਵਾ, ਕੀ ਉਹਨਾਂ ਕੋਲ ਕੋਈ ਪੈਟਰਨ ਨਹੀਂ? ਪਰ ਜਦੋਂ ਕੋਈ ਪੈਸੇ ਮਰ ਜਾਂਦੇ ਕੁਛ ਵੀ ਹੁੰਦੇ, ਐਮਾਜ਼ੋਨ ਪੈਸੇ ਤੁਹਾਡੇ ਰਿਟਰਨ ਕਰਦਾ ਆ? ਐਮਾਜ਼ੋਨ ਪੈਸਾ ਉਦੋਂ ਰਿਟਰਨ, ਕੋਈ ਇਹਨਾਂ ਦੀ ਪਾਲਿਸੀ ਹੁੰਦੀ ਮੰਗੇ ਵੀ, ਉਹਨਾਂ ਦੀ ਪਾਲਿਸੀ ਹੁੰਦੀ ਆ ਵੀ ਜੇ 30 ਦਿਨਾਂ ਤੱਕ ਤੁਹਾਡਾ ਸਮਾਨ ਨਹੀਂ ਵਿਕਦਾ ਫਿਰ ਤੁਹਾਨੂੰ ਪੈਸੇ ਮਿਲਦੇ ਆ। ਇਹ ਮੈਂ ਇੱਕ ਹੋਰ ਐਗਜ਼ਾਮਪਲ ਕਿਸੇ ਹੋਰ ਕੰਪਨੀ 'ਚ ਦੇ ਰਿਹਾ ਵਾ, ਉਹ ਇਸ ਤਰ੍ਹਾਂ ਕੰਮ ਕਰਦੀ ਆ। ਹਾਂਜੀ, ਆਪਾਂ ਗਿਆਨ ਸਿੰਘ ਦੀ ਕਾਲ ਲੈ ਲਈ। ਗਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਗੁਰੂ ਪਿਆਰੇ ਹੋ, ਇੱਕ ਅਮਰੀਕਾ ਦੀ ਗੱਲ ਕਰਦੇ ਆ, ਬਹੁਤ ਚਿਰ ਹੋਇਆ ਇੱਕ ਗੁਰੂ ਨਾਨਕ ਬੇੜੀ ਫੈਕਟਰੀ ਯੂਪੀ ਚ ਖੋਲੀ ਗਈ। ਠੀਕ ਹੈ ਜੀ, ਉਹ ਉਸ ਗੌਰਮੈਂਟ ਨੂੰ ਮਨਜ਼ੂਰੀ ਦਿੰਦੇ ਹੋਏ ਉਹਦਾ ਨਾਂ ਚੇਤੇ ਨਹੀਂ ਆਇਆ ਤੇ ਗੁਰੂ ਨਾਨਕ ਕੌਣ ਸੀ? ਕੌਣ ਸੀਗੇ? ਹਾਂਜੀ, ਉਸ ਗੌਰਮੈਂਟ ਨੂੰ ਚੇਤਾ ਨਹੀਂ ਆਇਆ ਵੀ ਗੁਰੂ ਨਾਨਕ ਕੌਣ ਸੀ? ਨਹੀਂ, ਮੈਂ ਕਿਸੇ ਕਦੇ ਕਿਸੇ ਸਿੱਖ ਸੰਸਥਾ ਨੇ ਭਗਵਾਨ ਰਾਮ ਜਾਂ ਭਗਵਾਨ ਕ੍ਰਿਸ਼ਨ ਦੀ ਬਿਆਨੀ ਕੀਤੀ ਹੈ? ਨਹੀਂ ਕੀਤੀ ਜੀ। ਨਹੀਂ, ਕਦੇ ਗਣੇਸ਼ ਜੀ ਜੋ ਜਿਹੜੇ ਮਹਾਰਾਜ ਕਹਿੰਦੇ ਆ ਜਾਂ ਸ਼ਿਵ ਜੀ ਦੀ, ਕਦੇ ਵੀ ਕਿਸੇ ਸਿੱਖ ਸੰਸਥਾ ਨੇ ਇੱਦਾਂ ਬੇਇੱਜ਼ਤੀ ਕੀਤੀ ਹੈ? ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਜਿਹਦੇ ਨਾਲ ਕੋਈ ਗੁਰੂ ਨਾਨਕ ਸਾਹਿਬ ਨੂੰ ਤਾਂ ਕੋਈ ਫਰਕ ਨਹੀਂ ਪੈਣਾ। ਹਾਂਜੀ ਹਾਂਜੀ, ਲੇਕਿਨ ਇਹ ਬਦਮਾਸ਼ ਬੰਦੇ ਨੇ ਜਿਹੜੇ ਕਿ ਇਹ ਇੱਦਾਂ ਦੇ ਕੰਮ ਕਰਦੇ। ਗਿਆਨ ਸਿੰਘ ਜੀ, ਮੈਂ ਥੋੜ੍ਹੀ ਜਿਹੀ ਗੱਲ ਐਡ ਕਰਨਾ ਚਾਹੁੰਦਾ ਵਾਂ। ਜਦੋਂ ਕੋਈ ਵੀ ਤੁਸੀਂ ਕੰਪਨੀ ਖਿਲਾਉਂਦੇ ਹੋ, ਉਹ ਭਾਵੇਂ ਆਸਟ੍ਰੇਲੀਆ ਹੋਵੇ, ਭਾਵੇਂ ਨਿਊਜ਼ੀਲੈਂਡ ਹੋਵੇ ਅਤੇ ਭਾਵੇਂ ਹੋਵੇ ਕੈਨੇਡਾ, ਉਹਦੇ ਵਿੱਚ ਤੁਸੀਂ ਕੋਈ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਕੋਈ ਵੀ ਕੰਪਨੀ ਖਿਲਾ ਲੈਂਦੇ ਹੋ, ਉੱਥੇ ਕੋਈ ਐਸੀ ਚੀਜ਼ ਨਹੀਂ ਲਿਖੀ ਹੋਈ ਵੀ ਤੁਸੀਂ ਇਸ ਨਾਂ ਦੀ ਕੰਪਨੀ ਨਹੀਂ ਖਿਲਾ ਸਕਦੇ। ਤੁਸੀਂ $60 ਇੱਥੇ ਇੱਕ ਕੰਪਨੀ ਖੁੱਲਦੀ ਹੈ, $60 'ਚ ਖੁੱਲ ਜਾਂਦੀ ਹੈ ਇੱਕ ਕੰਪਨੀ, ਕਾਰਪੋਰੇਸ਼ਨ ਖੁੱਲਦੀ ਹੈ ਉਹ $400 'ਚ ਖੁੱਲ ਜਾਂਦੀ ਹੈ। ਨਾਲ ਹੀ ਇੱਥੇ ਨਾਲ ਹੀ ਸਰਾਮ ਸਿੰਘ ਜੀ, ਇੱਥੇ ਨਾਲ ਹੀ ਇੱਕ ਲਾਈਨ ਹੋਰ ਲਿਖ ਦਿੱਤੀ ਹੋਊਗਾ, ਇੱਥੇ ਇਹ ਅਧਿਕਾਰ ਦੇਣ ਦੇ ਨਾਲ ਹੀ ਨਾਲ ਨਾ ਉਹਨਾਂ ਨੇ ਨਾਲ ਹੀ ਇੱਕ ਲਾਈਨ ਇੱਥੇ ਹੋਰ ਲਿਖ ਦਿੱਤੀ ਹੋ ਕਿ ਤੁਹਾਡੇ ਵੱਲੋਂ ਲਿਖਿਆ ਗਿਆ ਨਾਂ, ਤੁਹਾਡੇ ਵੱਲੋਂ ਰੱਖਿਆ ਗਿਆ ਨਾਂ ਜੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ, ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੋਇਆ, ਸੋ ਵਿਦਨ 24 ਆਵਰ ਉਹ ਚੇਂਜ ਕੀਤਾ ਜਾਊਗਾ। ਹਾਂਜੀ, ਧੰਨਵਾਦ ਜੀ, ਧੰਨਵਾਦ। ਨਹੀਂ ਕਰ ਸਕਦੇ ਆ ਨਾ 24 ਘੰਟਿਆਂ ਦੇ ਵਿੱਚ, ਲੇਕਿਨ ਜੇ ਨਹੀਂ ਕੀਤਾ 24 ਘੰਟੇ 'ਚ ਕਿਸੇ ਨੇ ਫੇਰ ਕਰਦੇ, ਕਿਉਂਕਿ ਪ੍ਰੋਡਕਟ ਜਿਹੜਾ ਵਾ, ਨਹੀਂ ਕਰ ਦਿੰਦੇ ਆ ਜੀ, ਕਿ ਜੇ ਤੁਸੀਂ ਕੋਈ ਵੀ ਨਾਂ ਰੱਖ ਲਓ, ਜੇ ਮੰਨ ਲਓ ਕਿ ਤੁਸੀਂ ਕੋਈ ਵੀ ਚੀਜ਼ ਦਾ ਨਾਂ ABC ਰੱਖਤਾ, ਤੁਸੀਂ ਉਹਦਾ ਕੱਢ ਕੇ ਤੁਸੀਂ ਦਿੰਦੇ ਆ ਵੀ ਇਹਦਾ ਮਤਲਬ ਸਾਡੀ ਲੈਂਗੁਏਜ ਦੇ ਵਿੱਚ ਆਹ ਨਿਕਲਦਾ ਆ, ਉਹਨੂੰ ਕੈਂਸਲ ਕਰ ਦਿੰਦੇ। ਇਹ ਵਧੀਆ ਚੀਜ਼ ਆ। ਹਾਂਜੀ, ਐਮਾਜ਼ੋਨ ਵਾਲੇ ਵੀਰ ਵੀ ਜੇ ਇਹ ਚੀਜ਼ਾਂ ਕਰ ਲੈਣ ਨਾ, ਮੈਨੂੰ ਲੱਗਦਾ ਪ੍ਰੋਡਕਟ ਦੇ ਉੱਤੇ ਕੁਆਲਿਟੀ ਵਾਲੇ ਵੀ ਰੱਖ ਦੇਣ ਬੰਦੇ ਵੀ ਕਿਸ ਤਰ੍ਹਾਂ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਜਿਵੇਂ ਹੁਣ ਆਪਣਾ ਗੂਗਲ ਦੀ ਗੱਲ ਕਰ ਲਈਏ ਜਾਂ ਐਪਲ ਦੀ ਗੱਲ ਕਰ ਲਈਏ, ਇੱਥੇ ਇਹਨਾਂ ਕੰਪਨੀਆਂ 'ਚ ਬਹੁਤ ਹਾਈ ਲੈਵਲ ਤੱਕ ਹਰੇਕ ਰਿਲੀਜੀਅਸ ਬੰਦੇ ਰੱਖੇ ਹੋਏ ਉਹਨਾਂ ਨੇ, ਉਹ ਹਰੇਕ ਰਿਲੀਜੀਅਸ ਦਾ ਕੋਈ ਵੀ ਪ੍ਰੋਡਕਟ ਜਦੋਂ ਕੱਢਦੇ ਆ, ਉਸ ਰਿਲੀਜੀਅਸ ਦੇ ਬੰਦੇ ਨੂੰ ਕੰਟੈਕਟ ਕਰਦੇ ਆ, ਕੰਟੈਕਟ ਕਰਕੇ ਹੀ ਉਹ ਪ੍ਰੋਡਕਟ ਨੂੰ ਲਾਈਨ ਵਿੱਚ ਜਾਂ ਉਹਨੂੰ ਮਾਰਕੀਟ ਵਿੱਚ ਭੇਜਦੇ ਆ। ਮੈਨੂੰ ਲੱਗਦਾ ਜੀ ਐਮਾਜ਼ੋਨ ਹੁਣ ਕੋਲੇ ਜੇ ਨਹੀਂ ਐਸੀ ਕੋਈ ਚੀਜ਼ ਹੈਗੀ ਤਾਂ ਮੈਨੂੰ ਕਰ ਦੇਣੀ ਚਾਹੀਦੀ। ਸੋਚਦੇ ਆ ਉਹ ਹੋਊਗੀ, ਸਾਰਾ ਕੁਝ ਹੋਊਗਾ। ਫਿਰ ਜਿਨ੍ਹਾਂ ਨੇ ਜੇ ਹੋਏ ਵੀ ਤਾਂ ਜੇ ਉਹਨਾਂ ਨੇ ਇਸ ਪ੍ਰੋਡਕਟ ਤੇ ਸਾਈਨ ਕੀਤੇ ਆ, ਉਸ ਬੰਦੇ ਨੇ ਸਾਈਨ ਕੀਤੇ ਆ ਜਿਹੜਾ ਉਸ ਧਰਮ ਨਾਲ ਰਿਲੇਟਡ ਆ, ਮੈਨੂੰ ਲੱਗਦਾ ਗਲਤ ਗੱਲ ਆ। ਗਲਤ ਗੱਲ ਆ। ਕੱਲ ਨੂੰ ਕਿਸੇ ਹੋਰ ਧਰਮ ਦੇ ਕੋਈ ਕੋਈ ਚੱਪਲਾਂ ਜਾਂ ਜੁੱਤੀਆਂ ਜਾਂ ਜਰਾਬਾਂ ਜਾਂ ਕੋਈ ਵੀ ਧਰਮ ਹੋਵੇ ਜਿਨ੍ਹਾਂ ਨੂੰ ਠੇਸ ਪਹੁੰਚੇ, ਨਹੀਂ ਪਰ ਹੁਣ ਇਹ ਇਨਫੋਰਮੇਸ਼ਨ ਜਿਹੜੀ ਆ ਕਢਾਉਣੀ ਚਾਹੀਦੀ ਆ। ਫੋਟੋ ਦੇ ਕੇ ਪਿਛਲੇ ਵੀਕ ਹੈਰਾਨ ਰਹਿ ਗਿਆ, ਜਿਹੜੇ ਅਕਾਲ ਸਾਹਿਬ ਦੇ ਜਹੇਦਾਰ ਬਣਾਏ ਆ ਗਿਆਨੀ,
ਹਰਪ੍ਰੀਤ ਸਿੰਘ ਉਹ ਤੇ ਮੈਂ ਪਤਾ ਨੀ ਮੈਨੂੰ ਸਿੱਖ ਤੁਸੀਂ ਸ਼ਕਲ ਮੈਂ ਵੀ ਸ਼ਕਲ ਦੇਖ ਕੇ ਹੈਰਾਨ ਹੋ ਗਿਆ ਜੀ ਸਿੱਖ ਪੰਥ ਨੂੰ ਜਾਂ ਉਹਨਾਂ ਦੀ ਸਿੱਖ ਕੌਮ ਨੂੰ ਕੀ ਦੇਣ ਆ ਵੀ ਕਿਉਂਕਿ ਜਿਸ ਬੰਦੇ ਦੀ ਸਿੱਖ ਕੌਮ ਨੂੰ ਕੋਈ ਦੇਣ ਨੀ ਹੈ ਸਿੱਖ ਪੰਥ ਨੂੰ ਕੋਈ ਦੇਣ ਨੀ ਆ ਅੱਜ ਤੱਕ ਜਹੇਦਾਰੀ ਜਿਹੜੀ ਆ ਉਹਨਾਂ ਦੇ ਹਿੱਸੇ ਹੀ ਆਈ ਆ ਬਿਲਕੁਲ ਬਿਲਕੁਲ ਜਿਹਨਾਂ ਨੇ ਸਿੱਖ ਕੌਮ ਦੀ ਸਿੱਖ ਕੌਮ ਲਈ ਜਿਹਨਾਂ ਦੀ ਕੋਈ ਦੇਣ ਸੀਗੀ ਜਾਂ ਜਿਹਨਾਂ ਨੇ ਕੋਈ ਸਿੱਖ ਕੌਮ ਨੂੰ ਸੇਧ ਦੇਣੀ ਸੀ ਜਾਂ ਕੋਈ ਨਿਸ਼ਾਨਾ ਦੇਣਾ ਸੀਗਾ ਪੜ੍ਹੇ ਲਿਖੇ ਆ ਕਹਿੰਦੇ ਪੀ ਮੈਂ ਕਿਹਾ ਬਈ ਜੇ ਤਾਂ ਉਹ ਪੜ੍ਹੇ ਲਿਖੇ ਆ ਕਹਿੰਦੇ ਬਈ ਪੜ੍ਹੇ ਲਿਖੇ ਬਹੁਤ ਆ ਪੀ ਐਚ ਡੀ ਕਰ ਰਹੇ ਪਤਾ ਨੀ ਕੁਛ ਇੱਦਾਂ ਕਰਦੇ ਮੈਂ ਕਿਹਾ ਬਈ ਸਭ ਤੋਂ ਪਹਿਲਾਂ ਤਾਂ ਫਿਰ ਉਹਨਾਂ ਨੂੰ ਪੜ੍ਹਾਈ ਲਿਖਾਈ ਦਾ ਇਸਤੇਮਾਲ ਕਰਕੇ ਕਹਿਣਾ ਚਾਹੀਦਾ ਸੀ ਬਈ ਆ ਪਿਓ ਪੁੱਤ ਬਾਦਲ ਟੋਲਾ ਜਿਹੜਾ ਇਸ ਤੇ ਸਾਰੇ ਦਾ ਸਾਰਾ ਜਿਹੜਾ ਇਹ ਦੋਸ਼ੀ ਆ ਹਾਂਜੀ ਪੜ੍ਹੇ ਲਿਖੇ ਉਹ ਪੜ੍ਹੇ ਲਿਖੇ ਹੁਣ ਤਾਂ ਆਪਣੀ ਅਗਰ ਵਰਤਣੀ ਚਾਹੀਦੀ ਆ ਫਿਰ ਉਹ ਤੋਂ ਬਾਅਦ ਤਾਂ ਫਿਰ ਜਿਹੜੀ ਪੜ੍ਹਾਈ ਲਿਖਾਈ ਤਾਂ ਫਿਰ ਇੱਕ ਉਹ ਤਾਂ ਫਿਰ ਖੂਹ ਚ ਪਾਤੀ ਨਾ ਖੂਹ ਚ ਪਾਤੀ ਨਾ ਹੁਣ ਦੂਜੀ ਗੱਲ ਜਿਹੜੇ ਦਰਬਾਰ ਸਾਹਿਬ ਵਿੱਚ ਖੰਡ ਪਾਠ ਕੀਤੇ ਆ ਉਹ ਪੜ੍ਹਾਈ ਵਿੱਚ ਵੀ ਆਉਂਦੇ ਆ ਬਿਲਕੁਲ ਪੜ੍ਹਾਈ ਮਤਲਬ ਕੀ ਆ ਤੁਸੀਂ ਗਿਆਨੀ ਹੋ ਗਿਆਨਵਾਨ ਹੋ ਪੜ੍ਹਾਈ ਦਾ ਕੀ ਮਤਲਬ ਅਕਾਲ ਤਖਤ ਸਾਹਿਬ ਦੇ ਤੁਸੀਂ ਜਹੇਦਾਰ ਹੋ 2 ਸਾਲ ਦੀ ਵੇਟ ਚੱਲਦੀ ਹੋਵੇ ਤੁਹਾਡੇ ਰਾਜ ਦੇ ਵਿੱਚ ਬਾਦਲ ਆਉਂਦਾ ਆ ਕੱਲ ਨੂੰ ਅੱਜ ਆਉਂਦਾ ਤੇ ਕੱਲ ਨੂੰ ਖੰਡ ਪਾਠ ਕਰਾ ਕੇ ਤੁਰ ਜਾਂਦਾ ਕਿੱਥੇ ਪੜ੍ਹਾਈ ਤੁਹਾਡੀ ਪੜ੍ਹਾਈ ਲਿਖਾਈ ਕਿੱਥੇ ਗਈ ਕਿੱਥੇ ਗਈ ਹਾਂਜੀ ਜੇ ਤੁਸੀਂ ਕੈਲਕੂਲੇਸ਼ਨਾਂ ਨਹੀਂ ਕਰ ਰਹੇ ਤੇ ਤੁਹਾਡੇ ਸਾਹਮਣੇ ਤੁਸੀਂ ਪਲੇਟ 'ਚ ਜੋ ਮਰਜ਼ੀ ਰੱਖ ਦਿਓ ਤੁਸੀਂ ਅੱਖਾਂ ਬੰਦ ਕਰਕੇ ਤੁਹਾਡੇ ਮੂੰਹ 'ਚ ਪਾ ਦਿਓ ਪੜ੍ਹਾਈ ਕਿੱਥੇ ਗਈ ਤੁਹਾਡੀ ਬਾਦਲ ਦੀ ਬਰਾਬਰ ਦੀ ਟੱਕਰ ਦੇ ਲੀਡਰ ਆ ਰਹੇ ਆ ਰਣਜੀਤ ਸਿੰਘ ਬ੍ਰਹਮਪੁਰਾ ਸੇਖਵਾਂ ਵਰਗੇ ਆ ਰਹੇ ਆ ਤੇ ਤੁਸੀਂ ਉਹਨਾਂ ਦੇ ਆਉਣ ਦੇ ਉੱਤੇ ਦਰਵਾਜ਼ਿਆਂ ਦੇ ਉੱਤੇ ਲੌਕ ਲਾ ਤੇ ਸੋ ਇਹ ਤੁਹਾਡੀ ਉੱਥੇ ਜਹੇਦਾਰੀ ਕਿੱਥੇ ਗਈ ਜਦੋਂ ਤੁਸੀਂ ਉਹ ਜਿੱਥੇ ਉਹ ਚੱਪਲਾਂ ਦੀ ਜੁੱਤੀਆਂ ਦੀ ਸੇਵਾ ਕਰਨ ਗਏ ਸੀਗੇ ਬਾਕੀ ਜਿਹੜੀ ਜਿਹੜੀ ਫੌਜ ਸੀਗੀ ਨਾਲ ਅਕਾਲੀ ਦਲ ਦੀ ਉਹ ਇਕੱਲੇ ਕਿਉਂ ਨਹੀਂ ਜਾਂਦੇ ਬਿਲਕੁਲ ਉਹ ਲਾਈਨ ਬਣਾ ਕੇ ਉਹ ਕਿਉਂ ਨਹੀਂ ਬਹਿੰਦੇ ਬਿਲਕੁਲ ਉਦੋਂ ਕਿਉਂ ਨਹੀਂ ਸੇਵਾ ਤੁਹਾਨੂੰ ਯਾਦ ਆਉਂਦੀ ਸੇਵਾ ਇਹਨਾਂ ਨਾਲ ਹੀ ਯਾਦ ਆਉਂਦੀ ਆ ਇਹਦਾ ਮਤਲਬ ਇਹ ਆ ਵੀ ਜਿਹੜੇ ਪਾਪ ਬਾਦਲ ਸਾਹਿਬ ਜੀ ਉਹਨਾਂ ਨੇ ਕੀਤੇ ਆ ਅਸੀਂ ਵੀ ਕੀਤੇ ਆ ਹਾਂਜੀ ਇਹੀ ਮਤਲਬ ਤਾਂ ਇਹੀ ਹੋਇਆ ਨਾ ਵੀ ਅਸੀਂ ਵੀ ਉਹਨਾਂ ਦੇ ਭਾਗੀਦਾਰ ਆ ਬਿਲਕੁਲ ਪਹਿਲਾਂ ਤਾਂ ਇਹ ਭੋਲਾ ਦੇਖੋ ਕਹਿੰਦੇ ਰੱਬ ਘਸੁੰਨ ਨਹੀਂ ਮਾਰਦਾ ਰੱਬ ਡੰਡਾ ਨਹੀਂ ਮਾਰਦਾ ਪਰ ਲੱਤ ਨਹੀਂ ਮਾਰਦਾ ਰੱਬ ਕੀ ਮਾਰਦਾ ਰੱਬ ਮੱਤ ਮਾਰਦਾ ਜੀ ਇਹ ਚੀਕ ਨਿਕਲਦੀ ਜਦੋਂ ਰੱਬ ਮੱਤ ਮਾਰ ਦਿੰਦਾ ਹਨਾ ਫਿਰ ਤੁਸੀਂ ਘਸੋਨੇ ਰੱਬ ਦੇ ਬੰਦਿਆਂ ਨੇ ਘਸੁੰਨ ਮਾਰਨੇ ਆ ਫਿਰ ਤੁਸੀਂ ਮੱਤ ਜਦੋਂ ਤੁਹਾਡੀ ਬਾਜਾਂ ਦੀ ਤੁਸੀਂ ਕਰਤੂਤਾਂ ਹੀ ਇੱਦਾਂ ਦੀਆਂ ਕਰ ਜਾਂਦੇ ਆ ਕਾਰਨਾਮੇ ਇੱਦਾਂ ਦੀਆਂ ਕਰ ਜਾਂਦੇ ਆ ਤੇ ਲੋਕ ਫਿਰ ਛਿੱਤਰ ਜਿਹੜੇ ਆ ਤੁਹਾਡੇ ਜਦੋਂ ਮੱਤ ਮਾਰ ਹੁਣ ਮੱਤ ਹੀ ਮਾਰ ਦਿੱਤੀ ਆ ਮਾਤੀ ਮਾਰੀ ਉਹ ਸੀ ਸਪੋਰਟ ਸ਼ੂ ਦੇ ਉੱਤੇ ਪਹੁੰਚ ਉਹ ਵੀ ਵਿਚਾਰੇ ਦੇ ਸ਼ੂ ਖਰਾਬ ਕਰਕੇ ਉਧਰੋਂ ਕੈਮਰੇ ਵਾਲਾ ਆ ਗਿਆ ਮੈਂ ਤਾਂ ਹੈਰਾਨ ਰਹਿ ਗਿਆ ਉਧਰੋਂ ਕੈਮਰੇ ਵਾਲਾ ਕਿਹੜਾ ਡਾਕਟਰ ਮੋਹਰੇ ਦੇਖੋ ਲਾਇਆ ਡਾਕਟਰ ਦਲਜੀਤ ਸਿੰਘ ਚੀਮਾ ਰਾਈਟ ਪਹਿਲਾਂ ਉਹ ਹੈ ਪਤਾ ਨੀ ਕਿੱਥੇ ਦਾ ਆ ਲਿਆ ਕੇ ਆਨੰਦਪੁਰ ਸਾਹਿਬ ਤੋਂ ਉਹਨੂੰ ਫੈਬਰੀਕੇਟਡ ਕਰਕੇ ਉੱਥੇ ਐਡੇ ਤਕੜੇ ਤਕੜੇ ਬੰਦੇ ਜਿਹੜੇ ਬੈਠੇ ਹੁਣ ਰੋਪੜ ਦੇ ਵਿੱਚ ਜਿਹਨਾਂ ਨੂੰ ਪਿੱਛੇ ਕਰਕੇ ਉਹਨੂੰ ਚੀਮੇ ਨੂੰ ਸੀਟ ਦੇ ਕੇ ਜਿਤਾਇਆ ਹੋਵੇ ਰਹੇ ਉਹ ਬੰਦਾ ਕੈਮਰਾ ਆਉਂਦਿਆਂ ਸਾਰੀ ਚਪਲ ਨੀ ਹੁੰਦੀ ਚਪਲ ਨੂੰ ਹੀ ਦੇ ਪੋਲਿਸ਼ ਕਰਨਾ ਪਿਆ ਚਪਲ ਹੀ ਪੋਲਿਸ਼ ਕਰੀ ਜਾਂਦਾ ਦੱਸੋ ਬੰਦਾ ਇੰਨਾ ਪਾਪ ਕਿੱਥੇ ਹੋਇਆ ਉਹਦੇ ਨਹੀਂ ਉਹ ਮੱਤ ਵੱਜ ਗਈ ਮੱਤ ਜਿਹੜੀ ਆ ਫਿਰ ਜਦੋਂ ਮੱਤ ਤੇ ਪਰਦਾ ਪੈਂਦਾ ਨਾ ਸਤਨਾਮ ਸਿੰਘ ਜੀ ਇਹ ਫਿਰ ਬੜਿਆਂ ਬੜਿਆਂ ਦੀ ਮੱਤ ਮਾਰ ਦਿੰਦਾ ਕਿਉਂਕਿ ਜਿਹੜੇ ਪਾਤਸ਼ਾਹ ਨੇ ਤਾਂ ਫਿਰ ਮੱਤ ਹੀ ਮਾਰਨੀ ਹੈ ਉਹਨਾਂ ਨੇ ਘਸੋਣ ਥੋੜੀ ਮਾਰਨੀ ਉਹਨਾਂ ਨੇ ਲੱਤ ਥੋੜੀ ਮਾਰਨੀ ਹੈ ਸੋ ਇਹ ਮੱਤ ਵੱਜੀ ਉਹ ਜਿਹੜੀ ਆ ਦਹਿਸ਼ਤੀ ਆ ਪਰ ਫਿਰ ਵੀ ਅੱਜ ਵੀ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਵੀ ਪਾਪ ਬਖਸ਼ਾ ਲਓ ਕਰ ਲਓ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚੋਂ ਮੈਂ ਇੱਕ ਗੱਲ ਕਹਿੰਦਾ ਹੁੰਦਾ ਵੀ ਰੱਬ ਬਿਆਨਤ ਆ ਕਿਉਂਕਿ ਵਾਕਿਆ ਉਹ ਗੱਲ ਵੀ ਘਸੋਣ ਦਾ ਮਾਰਨਾ ਨਹੀਂ ਆਪਾਂ ਹਮੇਸ਼ਾ ਹੀ ਇੱਕ ਗੱਲ ਕਹਿੰਦੇ ਹੁੰਦੇ ਸੀ ਜਦੋਂ ਆਮ ਤੌਰ 'ਤੇ ਕੋਈ ਗੱਲ ਹੋਣੀ ਪੰਜਾਬ ਕਿਹੜਾ ਬੁੱਢਾ ਬਾਦਲ ਮਰਦਾ ਸੀ ਬੁੱਢਾ ਬਾਦਲ ਮਰਦਾ ਕਿੱਦਾਂ ਕਹਿੰਦੇ ਹੁੰਦੇ ਸੀ ਆਮ ਪੰਜਾਬੀ ਦੇ ਮੂੰਹ ਦੇ ਉੱਤੇ ਮਰਦਾ ਨੀ ਇਸੇ ਕਰਕੇ ਨਹੀਂ ਸੀ ਕਿਉਂਕਿ ਰੱਬ ਨੇ ਹੋਣਾ ਸੀ ਉਹਦੇ ਜੀ ਇਹ ਚੀਜ਼ਾਂ ਦਿਖਾਲਣੀਆਂ ਸੀਗੀਆਂ ਵਾਕਿਆ ਹੀ ਮੈਂ ਕਹਿੰਦਾ ਵੀ ਮੈਂ ਖੁਦ ਕਹਿੰਦਾ ਆ ਬਈ ਉਹਨੂੰ ਜਿਹੜਾ 2-4 ਸਾਲ ਜਿਹੜਾ ਆ ਹੋਰ ਜਿਉਣਾ ਚਾਹੀਦਾ ਆ ਹੋਰ ਦੇਖਣਾ ਚਾਹੀਦਾ ਵੀ ਕੀ ਲੋਕਾਂ ਦੇ ਵਿੱਚ ਰੋਹ ਆ ਉਹਦੇ ਖਿਲਾਫ਼ ਕਿਉਂਕਿ ਅਕਾਲੀ ਦਲ ਜਿਹੜਾ ਆ 1920 ਦੇ ਵਿੱਚ ਬਣਿਆ ਸੀ ਤੇ 2019 ਦੇ ਵਿੱਚ ਜਿਹੜਾ ਆ ਮੈਨੂੰ ਲੱਗਦਾ ਜਿਹੜਾ ਜੀ ਉਹਦਾ ਕਹਿ ਲਓ ਵੀ ਭੋਗ ਜਿਹੜਾ ਪਾਉਣ ਦੀਆਂ ਤਿਆਰੀਆਂ ਜਿਹੜੀਆਂ ਇਹਨਾਂ ਦੇ ਪਰਿਵਾਰ ਨੇ ਜਿਹੜੀਆਂ ਕਰ ਦਿੱਤੀਆਂ ਦੂਸਰੀ ਗੱਲ ਹੈ ਜੀ ਮਗੇ ਵੀਰ ਆਪਣਾ ਪ੍ਰੋਗਰਾਮ ਨੂੰ ਕਹਿੰਦੇ ਵੀ ਸਾਡੇ ਰਾਜਨੀਤਿਕ ਲੋਕ ਵੀ ਕਹਿੰਦੇ ਦੇਖਦੇ ਆ ਜੀ ਉੱਥੇ ਚੰਗੀ ਗੱਲ ਆ ਜੀ ਦੇਖਣਾ ਚਾਹੀਦਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮਰ ਗਈ ਛੱਡ ਕੇ ਜਮੀਰ ਖਰਾਬ ਹੋਵੇ ਖਤਮ ਹੋਵੇ
ਬਾਕੀ ਹੈ ਜਿਹੜਾ ਇਹਦਾ ਪਰਿਵਾਰ ਹੁਣ ਹੋਇਆ ਹੈ ਮੂਹਰੇ ਵੀ ਅਸੀਂ ਇਹਨੂੰ ਸਜ਼ਾ ਦਵਾ ਦਿੱਤੀ ਹੈ, ਇਹਨੂੰ ਮੂਹਾਂ ਕਰ ਦਿੱਤਾ ਤੇ ਕੀ ਡਰਾਮੇ ਕਰ ਰਹੇ ਆ। ਬਿਲਕੁਲ ਬਿਲਕੁਲ ਡਰਾਮੇ ਹੈ ਜੀ, ਹੋਰ ਕੀ ਇਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਹੱਥ ਆ। ਬੀਜੇਪੀ ਸਰਕਾਰ ਜਦੋਂ ਵੀ ਬੀਜੇਪੀ ਸਰਕਾਰ ਆਈ ਆ ਪਾਵਰ ਦੇ ਵਿੱਚ, ਬੀਜੇਪੀ ਦੀ ਸਰਕਾਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਹੈ, ਇਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕਤਲੇਆਮ ਦੇ ਜਿਹੜੇ ਪਰਿਵਾਰ ਸੀ ਉਹਨਾਂ ਦੇ ਲਈ ਕਰੋੜਾਂ ਰੁਪਈਆਂ ਦਾ ਜਿਹੜਾ ਫੰਡ ਆ ਉਹ ਗੌਰਮੈਂਟ ਤੋਂ ਲੈ ਕੇ ਆਪਣੇ ਉੱਤੇ ਖਰਚਿਆ। ਬਿਲਕੁਲ ਸਹੀ ਹੈ ਜੀ, ਹਾਂਜੀ ਜੀ, ਆਪਣੇ ਪੋਕੇ ਚ ਪਾ ਰਿਹਾ ਇਹਨਾਂ। ਬਿਲਕੁਲ ਹਾਂਜੀ ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਕਿਉਂਕਿ ਸੱਜਣ ਕੰਮ ਹਾਂਜੀ 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 ਦੇਖੋ ਜੀ, ਕਰੋੜਾਂ ਰੁਪਈਆਂ ਦੀ ਜਾਇਦਾਦ ਆ ਸੱਜਣ ਕੁਮਾਰ ਦੀ। ਔਰ ਇਹ ਮੈਨੂੰ ਇਹ ਨਹੀਂ ਸਮਝ ਲੱਗਦੀ ਬਈ ਦੇਖੋ ਬਾਕੀਆਂ ਨੂੰ ਪੰਜ ਪੰਜ ਸਾਲ ਦੀ ਸਜ਼ਾ ਹੋਈ ਆ, ਸੱਜਣ ਕੁਮਾਰ ਨੂੰ ਉਮਰ ਕੈਦ ਦੀ ਹੋਈ ਆ। ਸੋ ਇਹਦਾ ਮਤਲਬ ਕਿ ਸੱਜਣ ਕੁਮਾਰ ਜਿਹੜਾ ਆ ਉਹ 100% ਤੋਂ ਵੀ ਜ਼ਿਆਦਾ ਦੋਸ਼ੀ ਸਾਬਤ ਹੋ ਗਿਆ। ਉਹਦੇ ਨਾਲ ਦੀ ਨਾਲ ਹੀ ਜਿੰਨੀ ਉਹਦੀ ਜ਼ਮੀਨ ਜਾਇਦਾਦ ਸੀ, ਜਿੰਨਾ ਉਹਦਾ ਕਾਰੋਬਾਰ ਸੀ, ਉਹ ਸਾਰਾ ਜ਼ਬਤ ਕਰਕੇ ਉਹ ਸਾਰੇ ਪਰਿਵਾਰਾਂ ਦੇ ਵਿੱਚ ਜਿਹੜੇ ਸਿੱਖ ਪਰਿਵਾਰ ਸੀ ਉਹਨਾਂ ਦੇ ਵਿੱਚ ਜਿਹੜਾ ਆ ਉਹ ਡਿਵਾਈਡ ਹੋਣਾ ਚਾਹੀਦਾ ਸੀਗਾ, ਕਿਉਂਕਿ ਇਹਨਾਂ ਨੇ ਹਾਂਜੀ ਇਹਨਾਂ ਨੇ ਕੱਲ ਨੂੰ ਅਪੀਲਾਂ ਕਰਕੇ ਬਾਹਰ ਜਾਣਾ, ਉਸ ਵੇਲੇ ਉਹਦਾ ਪਾਸਪੋਰਟ ਲੈ ਕੇ ਉਹਨੂੰ ਉਸੇ ਵੇਲੇ ਸਿੱਖਾਂ ਦੇ ਅੰਦਰ ਕਰ ਦਿੰਦੇ ਸਾਰਾ ਕੁਝ ਉਹਦਾ ਜ਼ਬਤ ਕਰਕੇ। ਔਰ ਜਿਹਨਾਂ ਨੂੰ ਵੀ ਪੰਜ ਪੰਜ ਸਾਲ ਦੀਆਂ ਵੀ ਸਜ਼ਾਵਾਂ ਹੋਈਆਂ, ਚਾਹੇ ਉਹਨਾਂ ਦੇ ਹਿੱਸੇ ਇੱਕ ਇੱਟ ਵੀ ਆਉਂਦੀ ਸੀ ਉਹ ਇੱਟ ਵੀ ਉਹਨਾਂ ਦੇ ਕੋਲੋਂ ਖੋਲਣੀ ਚਾਹੀਦੀ ਸੀਗੀ ਕਿ ਉਹਨਾਂ ਦੇ ਜਿਹੜੇ ਨਿਆਣੇ ਨਿੱਕੇ ਸੀਗੇ, ਹਾਂ ਜਿਹੜੇ ਉਹਨਾਂ ਦੇ ਨਿਆਣੇ ਨਿੱਕੇ ਜਾਂ ਉਹਨਾਂ ਦੇ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗੇ ਵੀ ਇਹਨਾਂ ਨੇ ਕੀ ਕਰਤੂਤ ਕੀਤੀ ਸੀ ਅੱਜ ਤੋਂ 35 ਸਾਲ ਪਹਿਲਾਂ। ਜੀ ਜੀ ਹਾਂਜੀ, ਨੌਜਵਾਨ ਲੜਕੀਆਂ ਨਾਲ ਛੱਡੀਆਂ, ਬੱਚੇ ਨਾਲ ਛੋਟੇ ਛੋਟੇ ਦੋ ਦੋ ਘੰਟੇ ਦੇ ਛੱਡੇ ਇਹਨਾਂ ਨੇ, ਇਹਨਾਂ ਨੇ ਕਿਹੜਾ ਕੰਮ ਜਿਹੜਾ ਨਹੀਂ ਕੀਤਾ, ਗੰਦੀ ਹਰਕਤ ਨਹੀਂ ਕੀਤੀ, ਉਹਨੂੰ ਕਿਉਂ ਇੰਨੇ ਟਾਈਮ ਦਾ ਸਮਾਂ ਦੇ ਦਿੱਤਾ ਦਿੱਤਾ ਗਿਆ। ਬਿਲਕੁਲ ਜੀ ਹਾਂਜੀ, ਇਹਨਾਂ ਦਿਨਾਂ ਨਹੀਂ, ਮੈਨੂੰ ਬਹੁਤੀ ਇੰਗਲਿਸ਼ ਨਹੀਂ ਆਉਂਦੀ, ਤਾਂ ਸਾਨੂੰ ਤਾਂ ਹੀ ਬਿਲਕੁਲ ਜੀ, ਸਾਡੇ ਨਿਆਣਿਆਂ ਨੂੰ ਜਦੋਂ ਬਿਲਕੁਲ ਨਿਆਣੇ ਹੋਰ ਵੀ ਜ਼ਿਆਦਾ ਭਾਵੁਕ ਹੁੰਦੇ ਆ ਇਸ ਚੀਜ਼, ਉਹ ਇਸੇ ਕਰਕੇ ਕਹਿੰਦੇ ਉਹ ਇਸੇ ਕਰਕੇ ਕਹਿੰਦੇ ਆ ਵੀ ਤੁਸੀਂ ਭੁੱਲ ਜਾਓ, ਵੀ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਾਂ ਜਮਾਂ ਹੀ ਭੁੱਲ ਜਾਣ, ਵੀ ਉਹਨਾਂ ਨੂੰ ਯਾਦ ਨਾ ਰਵੇ। ਢਾ ਦਿਓ ਗਾਂਧੀ ਦੀਆਂ ਸਵਾਰਕਾਂ, ਸਾਰਾ ਕੁਝ ਢਾ ਦਿਓ, ਢਾ ਦਿਓ ਜੋ ਕੁਛ ਤੁਸੀਂ ਕੀਤਾ, ਕਿਲੇ ਢਾ ਦਿਓ, ਸਾਰੇ ਢਾ ਦਿਓ, ਸਾਰੇ ਤਾਜ ਮਹਿਲ ਢਾ ਦਿਓ। ਬਿਲਕੁਲ ਜੀ, ਅਸੀਂ ਭੁੱਲ ਜਾਂਗੇ। ਹਾਂਜੀ, ਰਾਵਣ ਨੂੰ ਫੂਕਣਾ ਹਟ ਜਾਓ, ਹਾਂਜੀ ਹਰੇਕ ਸਾਲ ਫੂਕਦੇ ਹੋ ਤੁਸੀਂ, ਰਾਈਟ, ਏਦਾਂ ਦੀਆਂ ਜਨਮ ਸ਼ਤਾਬਦੀ ਮਨਾਉਂਦੇ ਹੋ, ਕਰਦੇ ਹੋ, ਹਟ ਜਾਓ ਸਾਰਾ ਕੁਛ, ਸਾਰਾ ਕੁਝ ਭੁੱਲ ਜਾਓ। ਬਿਲਕੁਲ, ਅਸੀਂ ਭੁੱਲ ਜਾਂਗੇ। ਹਾਂਜੀ, ਜੇ ਚੀਜ਼ਾਂ ਸੰਭਵ ਹੈਗੀਆਂ ਵਾ ਫਿਰ ਅਸੀਂ ਭੁੱਲਣਾ ਸੰਭਵ ਹੋਜੂਗਾ। ਬਿਲਕੁਲ, ਜੇ ਤੁਸੀਂ ਨਹੀਂ ਭੁੱਲ ਸਕਦੇ ਹਜ਼ਾਰਾਂ ਸਾਲ ਪੁਰਾਣੇ ਰਾਵਣ ਨੂੰ ਨਹੀਂ ਭੁੱਲ ਸਕਦੇ, ਤ੍ਰੇਤਾ ਦੁਆਪਰ ਚ ਦੀ ਗੱਲ ਕਰਦੇ ਆ, ਉਹ ਕ੍ਰਿਸ਼ਨ ਮੁਰਾਰੀ ਦੀ ਗੱਲ ਕਰਦੇ ਆ ਦੁਆਪਰ ਵਿੱਚ, ਸਤਯੁਗ ਦੀਆਂ ਗੱਲਾਂ ਕਰਦੇ, ਉਹ ਭੁੱਲ ਨਹੀਂ ਸਕਦੇ ਅਸੀਂ ਆਪ 50 ਸਾਲ ਤੋਂ। ਹੋਰ ਦੂਰ ਤਾਂ ਛੱਡੋ, ਬਾਬਰੀ ਮਸਜਿਦ ਢਾ ਕੇ ਰਾਮ ਮੰਦਿਰ ਬਣਾਉਣ ਤੱਕ ਦੀਆਂ ਤੁਸੀਂ ਹਰਕਤਾਂ ਕਰਦੇ ਆ, ਇਹੀ ਲੈ ਲਓ ਇਹੀ ਭੁੱਲ ਜਾਓ, ਇਹਨਾਂ ਚੀਜ਼ਾਂ ਨੂੰ ਭੁੱਲ ਜਾਓ, ਤੁਸੀਂ ਭੁੱਲਦੇ ਹੋ, ਅਸੀਂ ਭੁੱਲ ਜਾਂਦੇ। ਸੋ ਇਹ ਪ੍ਰੋਗਰਾਮ ਅੱਜ ਮੈਨੂੰ ਲੱਗਦਾ ਜੀ ਕਾਫੀ ਦੂਰ ਤੱਕ ਜਾਣਾ ਜੀ, ਤੇ ਅਸੀਂ ਚਾਹੁੰਦੇ ਵੀ ਇਹੀ ਆ ਵੀ ਅੱਜ ਜਿਹੜਾ ਪ੍ਰੋਗਰਾਮ ਘੰਟਾ ਕੀਤਾ ਵਾ ਉਹਨਾਂ ਲੋਕਾਂ ਤੱਕ ਪਹੁੰਚੇ ਤੇ ਸਮਝਣ ਤੇ ਥੋੜੇ ਜਿਹੇ ਜਿੰਨੀ ਕੁ ਸਾਨੂੰ ਮਾਤਾ ਅਸੀਂ ਗੱਲ ਕਰਨ ਦੀ ਕੋਸ਼ਿਸ਼। ਬਿਲਕੁਲ, ਇੱਥੇ ਦੋ ਗੱਲਾਂ ਸੁਨਾਮ ਸਿੰਘ ਜੀ ਕਹਿ ਕੇ ਜਾਣੀਆਂ ਜੀ, ਦੇਖੋ ਚਲੋ ਪਾਉ ਲੈ ਲੈ ਲਓ ਪਹਿਲਾਂ ਮੈਂ ਕਹਿ ਕੇ ਜਾਣੀ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਜੀ ਲਖਸ਼ਮੀ ਰਾਮ ਗੌੜ ਸਿੰਘ ਤਾਂ ਬੜੀ ਛੇਤੀ
ਬਿਲਕੁਲ ਅੰਬਾਲੇ ਫਾਂਸੀ ਦੇ ਕੇ ਅੱਜ ਵੀ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਆਰ ਐਸ ਐਸ ਦੇ ਵਿੱਚ। ਮੈਂ ਉਸ ਗੁਰਦੁਆਰਾ ਸਾਹਿਬ ਸਟੇਜ ਤੇ ਕਿਹਾ ਸੀਗਾ ਤੇ ਅਸੀਂ 84 ਕਿੱਦਾਂ ਭੁੱਲ ਜਾਈਏ, ਤੁਸੀਂ ਰਾਵਣ ਦੀ ਕਰਤੂਤ ਨੂੰ ਭੁੱਲ ਗਏ। ਭੁੱਲ ਗਏ, ਸਹੀ ਗੱਲ ਆ। ਤੁਸੀਂ ਦੁਰਯੋਧਨ ਦੀ ਕਰਤੂਤ ਨੂੰ ਭੁੱਲ ਗਏ। ਭੁੱਲ ਗਏ ਦੇਖੋ ਮੈਂ ਗੱਲ ਕਹਿ ਕੇ ਜਾਣੀ, ਪਾਰਟੀ ਕੋਈ ਵੀ ਹੋਵੇ ਪਰ ਜਿਹੜੇ ਸਿੱਖ ਆ ਜਿਹੜੇ ਦਸਤਾਰ ਸਜਾਉਂਦੇ ਆ ਘੱਟੋ ਘੱਟ ਜਦੋਂ ਆਪਾਂ ਕਾਂਗਰਸ ਦੇ ਵਿੱਚ ਜਾਂਦੇ ਹਾਂ, ਦੇਖੋ ਪੋਲੀਟੀਕਲ ਕੈਰੀਅਰ ਤੁਹਾਡਾ ਕੁਛ ਵੀ ਹੋ ਸਕਦਾ ਆ, ਪਰ ਜਿਹੜੀ ਸਾਡੀ ਆਇਡੈਂਟੀ ਆ ਜੇ ਉਹਦੇ 'ਤੇ ਕਿਸੇ ਨੇ ਅਟੈਕ ਕੀਤਾ, ਸਾਡੇ ਧਰਮ 'ਤੇ ਅਟੈਕ ਕੀਤਾ, ਅਤੇ ਜੇ ਤੁਸੀਂ ਉਸ ਪਾਰਟੀ ਦੇ ਵਿੱਚ ਖੜ੍ਹੇ ਕਾਂਗਰਸ ਦੇ ਵਿੱਚ ਖੜ੍ਹ ਕੇ ਉਹਦੇ ਖਿਲਾਫ਼ ਬੋਲੂਗੇ ਤਾਂ ਉਹ ਪਾਰਟੀ ਦੇ ਜਿਹੜੀ ਤੁਹਾਡੀ ਹੈ ਕਾਂਗਰਸ ਦੀ ਜਿਹੜੀ ਵਿਚਾਰਧਾਰਾ ਉਹਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ। ਸੋ ਇਹ ਗੱਲਾਂ ਤੁਹਾਨੂੰ ਜਿਹੜੀਆਂ ਆ ਇਹ ਸਮਝਣੀਆਂ ਪੈਣੀਆਂ, ਬਹੁਤ ਜ਼ਰੂਰੀ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਗੱਲ ਕਰਦੇ ਭੁੱਲਣ ਦੀ, ਇਹ ਸੀਤਾ ਨੂੰ ਭੁੱਲ ਜਾਣ ਜੀ, ਭੁੱਲ ਜਾਓ। ਮੈਂ ਤੁਹਾਨੂੰ ਸੁਣਾਉਣਾ, ਥੋੜਾ ਜਿਹਾ ਖਿਆਲ ਨਾਲ ਸੁਣਿਆ, ਇਹ ਸ਼ਾਇਦ ਤੁਹਾਨੂੰ ਪਤਾ ਹੋਊਗਾ। ਪਹਿਲੀ ਬੇਵਕੂਫੀ ਕੀਤੀ ਲਕਸ਼ਮਣ ਨੇ, ਉਦੋਂ ਸਮੰਬਰ ਦਾ ਟਾਈਮ ਸੀ, ਰੂਪਨਖਾ ਆ ਗਈ, ਉਹਨੇ ਆ ਕੇ ਪਸੰਦ ਕਰ ਲਿਆ, ਚਲ ਨਹੀਂ ਉਹਨਾਂ ਨੂੰ ਚੰਗੀ ਲੱਗੀ ਉਹਦੇ ਘਰੇ ਛੱਡਿਆ ਉਹਦੀ, ਬਿਲਕੁਲ ਠੀਕ। ਉਹਨਾਂ ਨੇ ਨੱਕ ਪੜਤਾ, ਇਹ ਕੁਛ ਹੀ ਹੋਣਾ ਸੀ, ਫਿਰ ਉਹ ਸੀਤਾ ਨੂੰ ਲੈ ਗਿਆ ਚਾਹ ਕੇ, ਠੀਕ ਹੈ। ਫਿਰ ਇਹਨਾਂ ਨੇ ਸੀਤਾ ਨੂੰ ਅਗਨੀ ਪ੍ਰੀਖਿਆ ਲੈ ਕੇ ਘਰੇ ਰੱਖਿਆ, ਇਹ ਪਵਿੱਤਰ ਹੈ, ਠੀਕ ਹੈ। ਉਦੋਂ ਬਾਅਦ ਕਿਹੜੀ ਨੌਬਤ ਆ ਗਈ ਸੀ ਵੀ ਜਿਹੜੀ ਸੀਤਾ ਨੂੰ ਬਣਵਾਸ ਦੇਣਾ ਪੈ ਗਿਆ, ਬਾਅਦ ਚ ਬਾਹਰ ਕੱਢਣਾ ਪੈ ਗਿਆ। ਉਹ ਇਹੀ ਸੀ ਵੀ ਇਹਨਾਂ ਨੂੰ ਪਤਾ ਲੱਗ ਗਿਆ ਇਹਦੇ ਪੇਟ ਤੇ ਬੱਚਾ ਰਾਵਣ ਦਾ, ਉਹਨੂੰ ਬਾਹਰ ਕੱਢਤਾ ਗਰਭਵਤੀ ਨੂੰ। ਉਦੋਂ ਬਾਅਦ ਕੀ ਹੋਇਆ, ਉਹਨੇ ਜਾ ਕੇ ਬੱਚੇ ਨੂੰ ਜਨਮ ਦੇ ਲਿਆ, ਦੂਜਾ ਬੱਚਾ ਵਾਲਮੀਕ ਨੇ ਬਣਾਤਾ, ਕੱਖਾਂ ਕਾਨਿਆਂ ਚ ਕਹਿੰਦੇ ਜਾਨ ਪਾਤੀ ਉਹਨੇ, ਕੱਖ ਬੂਸ ਕੱਟੇ ਕਰਕੇ ਉਹ 2-4 ਕਿਲੋਮੀਟਰ ਦੇ ਏਰੀਏ ਚ ਦੇਖ ਲੈਂਦਾ ਰੱਬ ਨੂੰ, ਕੱਖਾਂ ਕਾਨਿਆਂ ਚ ਲਿਆ ਕੇ ਜਾਨ ਪਾਉਂਦਾ ਫਿਰਿਆ, ਕਿੱਡੀ ਬਟੋਗੜੀ ਸਕੇ ਲਿਆ, ਤੇ ਉਹ 2-4 ਕਿਲੋਮੀਟਰ ਚੋਂ ਵੇਖ ਲੈਂਦੇ ਬੱਚਾ ਉਹਦੇ ਕੋਲ ਹੈਗਾ ਕਿ ਨਹੀਂ ਹੈਗਾ। ਦੂਜਾ ਬੱਚਾ ਉਹਨੇ ਬਣਾਤਾ, ਜੋ ਦੋਨੇ ਭਰਾ ਗੱਭਰੂ ਹੋ ਗਏ, ਇਹਨਾਂ ਨੇ ਅਜਮੇਰ ਜੱਗ ਰਚ ਲਿਆ, ਅਜਮੇਰ ਜੱਗ ਰਚ ਲਿਆ, ਤੇ ਕੁੱਟ ਕੇ ਦੋਨਾਂ ਭਰਾਵਾਂ ਨੇ ਨਾਸਾਂ ਬੰਨਦੀਆਂ, ਇਹ ਛਿੱਤਰ ਦੇ ਜਾ ਰਿਹਾ, ਇਹ ਗੱਲਾਂ ਨਾ ਕਦੋਂ ਮੰਨਣ ਲੱਗੇ ਹੈ, ਇਹ ਕੁਛ ਸਾਡੀ ਹੈ, ਸਾਡਾ ਗੁਰੂ ਕਹਿੰਦਾ ਬਿਨਾਂ ਸ਼ਾਸਤਰ ਕੇਸ ਨੂੰ ਨਰਿੰਗ ਭੇਟ ਜਾਣੂ, ਗਹੇ ਕਾਨ ਕਿਤੇ ਨਾ ਸੁਧਾਰੂ, ਅਸੀਂ ਤਾਂ ਹੱਥ ਲਮਕਾ ਕੇ ਤੁਰੇ ਫਿਰਦੇ ਹਾਂ ਖੁਸ਼ ਰਿਆਂ ਨੂੰ, ਸਾਡੇ ਨਾਲ ਇਹ ਕੁਛ ਹੀ ਹੋਣਾ, ਸਾਨੂੰ ਸੋਚਣ ਵਾਲੀਆਂ ਗੱਲਾਂ ਇਹ, ਵੀ ਜਿਹਦਾ ਤਾਂ ਗੁਰੂ ਕਹਿੰਦਾ ਵੀ ਤੁਸੀਂ ਪੂੰਜੀ ਬੰਨਣ ਵਾਸਤੇ ਨਿਊ ਪਾਓ, ਤੇ ਸਾਡਾ ਗੁਰੂ ਕਹਿੰਦਾ ਬਿਨਾਂ ਸ਼ਾਸਤਰ ਨੂੰ ਮੇਰੇ ਕੋਲ ਆਏ ਹੋ ਨਾ, ਮੈਂ ਦਰਸ਼ਨ ਨੀ ਦੇਣੇ, ਤੇ ਅਸੀਂ ਹੱਥ ਲਮਕਾ ਕੇ ਤੁਰੇ ਫਿਰਦੇ ਹਾਂ, ਇਹ ਇਹ ਨਵੇਂ ਨਵੇਂ ਹਥਿਆਰ ਚੱਕੀ ਫਿਰਦੇ ਆ, ਸਾਨੂੰ ਸ਼ਰਮ ਨੀ ਆਉਂਦੀ ਫਿਰ ਇਸ ਗੱਲ ਦੀ, ਜਦੋਂ ਅਸੀਂ ਬਿਨਾਂ ਸ਼ਾਸਤਰ ਨਾਲ ਤੁਰਨਾ ਫਿਰ ਚਿੱਤਰ ਹੀ ਖਾਣੇ ਆ। ਅਕਾਲੀ ਹੋਣ ਤੇ ਪ੍ਰਾਊਡ ਹੋਣਾ ਚਾਹੀਦਾ, ਪਰ ਬਾਦਲ ਦੇ ਅਕਾਲੀ ਹੋਣ ਦਾ ਪ੍ਰਾਊਡ ਨਹੀਂ ਹੋਣਾ ਚਾਹੀਦਾ, ਕਿਉਂਕਿ ਅਕਾਲੀ ਉਹ ਹੁੰਦਾ ਹੈ ਜੋ ਅਕਾਲ ਨੂੰ ਸਮਰਪਿਤ ਹੋਵੇ। ਹਾਂਜੀ, ਅਕਾਲ ਨੂੰ ਜਿਹੜਾ ਉਸ ਅਕਾਲ ਪੁਰਖ ਨੂੰ ਸਮਰਪਿਤ ਆ ਉਹ ਅਕਾਲੀ, ਨਾ ਕਿ 4 ਵੋਟਾਂ ਬਾਦਲ ਨੂੰ ਪਵਾ ਦੇਵੇ ਉਹ ਅਕਾਲੀ। ਸੋ ਅਕਾਲੀ ਹੋਣ ਦੇ ਉੱਤੇ ਪ੍ਰਾਊਡ ਹੋਣਾ ਚਾਹੀਦਾ, ਇਹ ਨਹੀਂ ਹੈ ਕਿ ਆਈ ਐਮ ਪ੍ਰਾਊਡ ਟੂ ਬੀ ਅਕਾਲੀ ਕਿ ਮੈਂ ਬਾਦਲ ਦਾ ਅਤੇ ਅਕਾਲੀ ਦਾ ਲਿਆ। ਸੋ ਇਸ ਕਰਕੇ ਜਿਹੜਾ ਕਾਂਗਰਸ ਦੇ ਵਿੱਚ ਵੀ ਸਿੱਖ ਜਾਂਦਾ ਆ ਉਹਨੂੰ ਸਭ ਤੋਂ ਪਹਿਲਾਂ ਪ੍ਰਾਊਡ ਹੋਣਾ ਚਾਹੀਦਾ, ਆਈ ਐਮ ਪ੍ਰਾਊਡ ਟੂ ਬੀ ਅ ਸਿੱਖ, ਕਿ ਮੈਂ ਸਿੱਖ ਹਾਂ।
ਸੋ ਉਹਨਾਂ ਦੀ ਵਿਚਾਰਧਾਰਾ ਜੇ ਮੇਰੇ ਧਰਮ ਦੇ ਅਗੇਂਸਟ ਜਾਂਦੀ ਆ ਤੇ ਇਹ ਉੱਥੋਂ ਮੇਰਾ ਫਰਜ਼ ਬਣਦਾ ਕਿ ਮੈਂ ਇਹਨੂੰ ਵਾਕਆਊਟ ਕਰ ਜਾਵਾਂ। ਸਿੱਖ ਦੀ ਪਾਰਟੀ ਕੋਈ ਵੀ ਹੋ ਸਕਦੀ ਹੈ ਕਿਉਂਕਿ ਇਹ ਡੈਫੀਨੇਸ਼ਨ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ, ਔਰ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ ਦੇਸ਼ ਦੀ ਆਜ਼ਾਦੀ ਦੇ ਵੇਲੇ ਮਾਸਟਰ ਤਾਰਾ ਸਿੰਘ ਜਿਹੜਾ ਹੈ ਉਹ ਇੱਕ ਗੁਰਸਿੱਖ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਆ, ਪਰ ਉਹ ਅਕਾਲੀ ਉਹਨਾਂ ਦੀ ਜਿਹੜੀ ਪੋਲੀਟੀਕਲ ਪਾਰਟੀ ਸੀ ਉਹ ਕਾਂਗਰਸ ਸੀ। ਸੋ ਪੋਲੀਟੀਕਲ ਕੈਰੀਅਰ ਤੁਹਾਡਾ ਕੁਛ ਵੀ ਹੋ ਸਕਦਾ, ਪਰ ਜਿਹੜਾ ਤੁਹਾਡਾ ਅਕੀਦਾ ਆ, ਤੁਹਾਡਾ ਧਰਮ ਆ, ਉਹਦੇ ਉੱਤੇ ਤੁਹਾਨੂੰ ਜਿਹੜਾ ਪਹਿਰਾ ਆ ਉਹ ਦੇਣਾ ਚਾਹੀਦਾ ਆ। ਸੋ ਇੱਥੇ ਜਿਹੜੇ ਕਹਿ ਲਓ ਵੀ ਸਿੱਖ ਜਿਹੜੇ ਕਾਂਗਰਸ ਦੇ ਵਿੱਚ ਚੱਲ ਗਏ ਆ ਉਹ ਪਹਿਰਾ ਕਾਹਤੇ ਦੇ ਰਹੇ ਆ, ਜਿਹੜੇ ਕਾਂਗਰਸ ਦੇ ਅਸੂਲ ਆ। ਸੋ ਜਿਵੇਂ ਗਿਆਨ ਸਿੰਘ ਹੁਣੀ ਕਿਹਾ ਸੀਗਾ ਵੀ ਕਾਂਗਰਸ ਦੇ ਵਿੱਚ ਆਉਣ ਦੇ ਉੱਤੇ ਉਹਨਾਂ ਦੀ ਜ਼ਮੀਰ ਮਾਰ ਦਿੱਤੀ ਜਾਂਦੀ, ਉਹਨਾਂ ਦੀ ਮਾਂ ਵੀ ਕਾਂਗਰਸ ਆ, ਉਹਨਾਂ ਦਾ ਪੇ ਵੀ ਕਾਂਗਰਸ ਆ। ਸੋ ਉਹ ਭੁੱਲ ਜਾਂਦੇ ਆ ਕਿ ਸਿੱਖ ਦਾ ਪੇ ਕੌਣ ਆ ਅਤੇ ਸਿੱਖ ਦੀ ਮਾਂ ਕੌਣ ਆ। ਸੋ ਇਹ ਗੱਲਾਂ ਜਿਹੜੀਆਂ ਸਾਨੂੰ ਜਿਹੜੀਆਂ ਕਿਸੇ ਵੀ ਪਾਰਟੀ ਦੇ ਵਿੱਚ ਪੋਲੀਟੀਕਲ ਕੈਰੀਅਰ ਬਣਾਉਣ ਦੇ ਲਈ ਤੁਸੀਂ ਚੱਲ ਜਾਓ। ਹੁਣ ਤੁਸੀਂ ਜੋਬਾਂ ਕਰਦੇ ਹੋ, ਹੁਣ ਤੁਸੀਂ ਜੋਬ ਕਰਦੇ ਹੋ ਪੰਜਾਬ ਪੁਲਿਸ ਦੀ, ਤੁਸੀਂ ਕਿਤੇ ਪੁਲਿਸ ਵਾਲੇ ਥੋੜ੍ਹੀ ਬਣ ਜਾਂਦੇ ਆ, ਰਹਿੰਦੇ ਤਾਂ ਤੁਸੀਂ ਸਿੱਖ ਹੀ ਆ ਨਾ। ਸੋ ਪੋਲੀਟੀਕਲ ਤੁਸੀਂ ਜਿਹੜੇ ਇਹ ਤੁਹਾਡੀ ਇੱਕ ਜੋਬ ਆ, ਤੁਹਾਡਾ ਪੋਲੀਟੀਕਲ ਕੈਰੀਅਰ ਆ। ਸੋ ਪੋਲੀਟੀਕਲ ਕੈਰੀਅਰ ਤੁਸੀਂ ਕਿਸੇ ਵੀ ਪਾਰਟੀ ਦੇ ਨਾਲ ਕਰ ਸਕਦੇ ਆ, ਪਰ ਇਹ ਨਹੀਂ ਕਿ ਉਸ ਪੋਲੀਟੀਕਲ ਕੈਰੀਅਰ ਦੇ ਖਾਤਰ ਤੁਸੀਂ ਆਪਣੇ ਧਰਮ ਨੂੰ ਜਿਹੜਾ ਆ ਉਹ ਦਾਅ 'ਤੇ ਲਾ ਦਿਓ। ਇਹ ਗੱਲਾਂ ਜਿਹੜੀਆਂ ਆ ਉਹ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਸਿੱਖ ਆ ਉਹਨਾਂ ਨੇ ਕੀਤੀਆਂ। ਸੋ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਕੋਸ਼ਿਸ਼ ਕੀਤੀ ਸੀ ਲੋਕਾਂ ਦੇ ਦਿਮਾਗ 'ਚ ਪਾਉਣ ਦੀ ਕਿ ਮੇਰੀ ਪਾਰਟੀ ਕਾਂਗਰਸ ਹੋ ਸਕਦੀ, ਪਰ ਸਿੱਖੀ ਮੈਨੂੰ ਜਿਹੜੀ ਆ ਉਹ ਜਾਨ ਤੋਂ ਵੀ ਪਿਆਰੀ ਆ। ਪਰ ਹੁਣ ਸੱਜਣ ਕੁਮਾਰ ਦੇ ਟਾਈਮ ਦੇ ਉੱਤੇ ਕੋਈ ਬਿਆਨ ਨਾ ਦੇ ਦੇਣਾ, ਅਤੇ ਕਰਤਾਰਪੁਰ ਦੇ ਕੋਰੀਡੋਰ ਦੇ ਉੱਤੇ ਇੱਦਾਂ ਦੇ ਬਿਆਨ ਜਿਹੜੇ ਦੇ ਦੇਣੇ, ਇੱਥੋਂ ਸਾਫ ਜ਼ਾਹਰ ਹੁੰਦਾ ਆ ਵੀ ਜਿਹੜੀ ਸਿੱਖੀ ਜਿਹੜੀ ਆ ਉਹ ਨਹੀਂ, ਉਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ, ਸਿਰਫ ਵੋਟਾਂ ਲੈਣ ਦੇ ਲਈ ਗੁਰਕਾ ਸਾਹਿਬ ਹੱਥ 'ਚ ਫੜ ਕੇ ਜਿਹੜੀ ਆ ਸਭ ਕੀ ਤਲਵੰਡੀ ਵੱਲ ਨੂੰ ਸੌਹਾਂ ਖਾ ਲਈਆਂ ਵੋਟਾਂ ਲੈਣ ਦੇ ਲਈ, ਆਪਣੇ ਆਪ ਨੂੰ ਦਸਵੇਂ ਪਾਤਸ਼ਾਹ ਦੇ ਪਰਿਵਾਰ ਨਾਲ ਜੋੜ ਲਿਆ। ਸੋ ਕਿਉਂਕਿ ਮੈਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਜਿਹੜਾ ਆ ਇੰਨੇ ਕੁ ਭੋਲੇ ਕਾਹਦੇ ਬਣ ਜਾਂਦੇ ਹਾਂ ਵੀ ਜਦੋਂ ਸਾਡੇ ਗੁਰੂ ਸਾਹਿਬਾਨਾਂ ਦੀ ਗੱਲ ਆਉਂਦੀ ਆ ਅਸੀਂ ਗੱਗਾ ਬੰਦ ਕਰਦੇ ਵੀ ਜਿਹੜਾ ਆ ਵਿਸ਼ਵਾਸ ਕਰਨ ਨੂੰ ਜਿਹੜਾ ਆ ਉਹ ਤਿਆਰ ਹੋ ਜਾਂਦੇ ਹਾਂ। ਸੋ ਇਸੇ ਚੀਜ਼ ਦਾ ਜਿਹੜਾ ਫਾਇਦਾ ਆ ਜਿਹੜਾ ਆ ਉਹ ਅੱਜ ਤੱਕ ਉਠਾਇਆ ਗਿਆ। ਸੋ ਪਲੀਜ਼ ਜਾਗੋ, ਜਾਗਣ ਦੀ ਜ਼ਰੂਰਤ ਆ। ਆਸ ਕਰਦੇ ਹਾਂ ਪ੍ਰੋਗਰਾਮ ਜਿਹੜਾ ਆ ਜੀ ਤੁਹਾਨੂੰ ਚੰਗਾ ਲੱਗਾ ਹੋਊਗਾ। ਕੱਲ੍ਹ ਨੂੰ 6 ਵਜੇ ਜੀ ਪਹਿਲਾਂ ਡਾਕਟਰ ਕੁਲਦੀਪ ਕੌਰ ਨਾਲ ਲਾਈਵ ਗੱਲਾਂ ਬਾਤਾਂ ਕਰਿਓ ਜੀ, ਜੋ ਵੀ ਉਹ ਮੈਡੀਸਿਨ ਵਗੈਰਾ ਲੈ ਕੇ ਆਉਂਦੇ ਆ, ਹੱਲ ਲੈ ਕੇ ਆਉਂਦੇ ਆ। 6 ਵਜੇ ਟੋਰਾਂਟੋ ਟਾਈਮ ਜ਼ਰੂਰ ਲਾ ਲਿਓ ਪ੍ਰੋਗਰਾਮ, ਅਤੇ 7 ਵਜੇ ਫਿਰ ਅਸੀਂ ਆ ਜਾਵਾਂਗੇ। ਬਿਲਕੁਲ ਜੀ, ਨਾਲੇ ਕੱਲ੍ਹ ਨੂੰ ਤੁਹਾਨੂੰ ਬਹੁਤ ਵਧੀਆ ਇੱਕ ਜਾਣਕਾਰੀ ਦੇਵਾਂਗੇ ਜੀ। ਬਿਲਕੁਲ, ਮਨ ਖੁਸ਼ ਹੋ ਜੂਗਾ ਜੀ। ਅਸੀਂ ਕਾਫ਼ੀ ਚਿਰ ਤੋਂ ਇਹ ਇੱਕ ਅਕੀਦਾ ਥੋੜ੍ਹਾ ਜਿਹਾ ਇੱਕ ਰਾਹ ਜਿਹਾ ਬਣਾਉਣ ਨੂੰ ਫਿਰਦੇ ਸੀਗੇ। ਕੱਲ੍ਹ ਨੂੰ 7 ਵਜੇ ਪ੍ਰੋਗਰਾਮ ਵਿੱਚ ਅਸੀਂ ਇਹਦੀ ਜ਼ਰੂਰ ਗੱਲਬਾਤ ਕਰਨੀ ਹੈ। ਚਲੋ ਜੀ, ਮਿਲਦੇ ਹਾਂ ਫਿਰ ਕੱਲ੍ਹ ਨੂੰ ਨਵੀਂ ਜਾਣਕਾਰੀ ਨਵੀਂ ਸਵੇਰ ਦੇ ਨਾਲ ਇਸੇ ਚੈਨਲ ਦੇ ਉੱਤੇ ਇਸੇ ਟਾਈਮ ਦੇ ਨਾਲ ਜੀ। ਦਿਓ ਤਦ ਤੱਕ ਇਜਾਜ਼ਤ, ਰੱਬ ਰਾਖਾ ਜੀ, ਸਤਿ ਸ਼੍ਰੀ ਅਕਾਲ।